ਹਾਂਜੀ ਸਤਿ ਅਲੈਕੁਮ ਤੁਸੀਂ ਦੇਖ ਰਹੇ ਹੋ ABC ਦੀ ਪੰਜਾਬੀ ਲੋ ਜੀ ਮੈਂ ਚੈਪਟਰ ਨੰਬਰ 12 ਲੈ ਕੇ ਆਇਆ ਜੀ ਕੁਜੀ ਮਰਚੀ ਦਾ ਜਿਹਦੇ ਵਿੱਚ ਅਸੀਂ ਪੜਾਂਗੇ ਚੈਪਟਰ ਨੰਬਰ 12 ਦੇ ਵਿੱਚ ਜੀ ਕੁਜੀ ਮਰਚੀ ਦੇ ਵਿੱਚ ਟੈਕਨੀਕ ਅਧਿਕਾਰੀ ਕੋ ਪ੍ਰਿੰਸੀਪਲ ਦੀ ਸਕਿਉਰੀਜ਼ਾ ਇਹਦੇ ਬਾਰੇ ਅਸੀਂ ਪੜਨਾ ਹੈ ਜਿਹਦੇ ਵਿੱਚ ਸ਼ੁਰੂ ਦੱਸਿਆ ਗਿਆ ਹੈ ਕੈਟਾਗਰੀ ਇੰਟਰਨੈਸ਼ਨਲ ਦੀ ਗੱਲੀ ਜਿਹੜੀ ਕੈਟਾਗਰੀਜ਼ ਨੇ ਇੰਟਰਨੈਸ਼ਨਲ ਗੱਡੀਆਂ ਦੇ ਜਿਵੇਂ ਅਸੀਂ ਸੀ ਪਦੰਤੇ ਵਿੱਚ ਪੜ ਕੇ ਆ ਚੁੱਕੇ ਹਾਂ ਐਮ ਜਿਹੜੀ ਵੀ ਕੋਲੀ ਐਮ ਐਮਓ ਨ ਐਮ ਦੂ ਐਵੰਦਰੇ ਐਨ ਓਨ ਐਨ ਦੂ ਐਵੰਦਰੇ ਓ 1 ਓ 2 ਓ 3 ਓ 4 ਠੀਕ ਹੈ ਜੀ ਦੇਗੇ ਨ ਦੇ ਬਾਰੇ ਕੁਐਸਚਨ ਨਹੀਂ ਸੀ ਨ ਦੇ ਬਾਰੇ ਮਜ਼ੀਦ ਡਿਟੇਲ ਦੇ ਵਿੱਚ ਨਹੀਂ ਜਾਣ ਲਗੇ ਆ ਵੀ ਅਸੀਂ ਡਿਟੇਲ ਦੇ ਵਿੱਚ ਜਾਾਂਗੇ ਜਿਹੜੀ ਜਿਹੜੀਆਂ ਚੀਜ਼ਾਂ ਦੇ ਬਾਰੇ ਕੁਐਸਚਨ ਨੇ ਕੁਐਸਚਨ ਹੈਗੇ ਨੇ ਜਿਵੇਂ ਕਿ ਮੋਸਟ ਇੰਪੋਰਟੈਂਟ ਚੀਜ਼ ਐ ਸਮੇਨ ਲਈ ਟਰਾਂਸਪੋਰਟ ਸਪੈਸਿਫਿਕ ਕੀ ਐ ਉਜ਼ੋ ਸਪੈਸ਼ਲ ਕੀ ਐ ਇਹ ਦੋ ਚੀਜ਼ਾਂ ਵਿੱਚ ਫਰਕ ਸਮਝਣ ਦੀ ਚੀਜ਼ ਐ ਠੀਕ ਐ ਜੀ ਲੋਡ ਐ ਖਾਸ ਕਰਕੇ ਤੇ ਕੀ ਦੇ ਵੀ ਜ਼ਿਆਦਾ ਕੰਮ ਬੰਦ ਨਹੀਂ ਕਨਫਿਊਜ਼ਨ ਹੁੰਦੀ ਹੈ ਯਾਰ transport ਤੋਂ specifico ਕੀ ਹੈ ਉਸੋ ਸਪੈਸ਼ੀਅਲ ਹੈ ਕੀ ਹੈ ਇੰਨੀ ਕੋ ਮੁਸ਼ਕਲ ਚੀਜ਼ ਹੈ ਨਹੀਂ ਹੈ ਅਗਰ ਬਦਨ ਕੋ ਪਹਿਲੇ ਨਵੇਂ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਕਰੋ ਵੀਡੀਓ ਬਹੁਤ ਬਹੁਤ ਸ਼ੇਅਰ ਕਰੋਗੇ ਬਾਕੀ ਨਹੀਂ ਹੈਲਪ ਹੋ ਸਕੇ ਤੇ ਗੱਲ ਕਰ ਰਹੀ ਅਸੀਂ ਉਦੋ transporto specifico transporto specifico ਤੋਂ ਮੁਰਾਦ ਇੱਕ ਚੀਜ਼ ਸੈਂਡਵਿਚ ਬਿਠਾ ਲਓ transporto specifico ਤੋਂ ਮੁਰਾਦ ਜਿਹੜੀ ਚੀਜ਼ਾਂ transport ਕਰਨ ਵਾਲੀਆਂ ਨੇ ਯੇਨਗੀ ਸਪੈਸੀਫਿਕ ਚੀਜ਼ ਟ੍ਰਾਂਸਪੋਰਟ ਕਰਨ ਦਾ ਸਿਸਟਮ ਹੋਵੇਗਾ ਠੀਕ ਹੈ ਯਾਨੀ ਕਿ ਉਸ ਗੱਡੀ ਦੇ ਉੱਤੇ ਉਹਦੇ ਤੋਂ ਇਲਾਵਾ ਕੋਈ ਹੋਰ ਚੀਜ਼ ਟ੍ਰਾਂਸਪੋਰਟ ਨਹੀਂ ਕਰ ਸਕਦੇ ਹੁਣ ਤੁਹਾਡੇ ਜ਼ਿਹਨ ਵਿੱਚ ਆਉਣ ਲੱਗ ਪਾਉਣਗੇ ਕਿ ਗੱਡੀਆਂ ਕਿਹੜੀਆਂ-ਕਿਹੜੀਆਂ ਹੁੰਦੀਆਂ ਨੇ ਜਿਹੜੀ ਟ੍ਰਾਂਸਪੋਰਟ ਸਪੈਸੀਫਿਕ ਹੋ ਯਾਨੀ ਕਿ ਸਿਰਫ ਉਸ ਚੀਜ਼ ਦਾ ਟ੍ਰਾਂਸਪੋਰਟ ਕਰਨ ਲਈ ਯਾਨੀ ਕਿ ਜਿਵੇਂ ਕਿ ਸਾਨੂੰ ਪਤਾ ਕਿ ਜਿਵੇਂ ਸਾਨੂੰ ਪਹਿਲੇ ਗੱਡੀਆਂ ਨਜ਼ਰ ਆਈਆਂ ਕਲਚਿਸਟਰੂਜ਼ ਉਹ ਮਿਰਚ ਦੀ ਪੈਰੀ ਵੀ ਲੋ ਆਤੀ ਪਈ ਅਲੀ ਗੱਡੀਆਂ ਨੇ ਚਸਟੇਰ ਨੇ ਚਸਟੇਰ ਨੇ ਕਿਉਂ ਚਸਟੇਰ ਨੇ ਵਿੱਚ ਹੁਣ ਟਰੱਕ ਇੱਕ ਚਸਟੇਰ ਨੇ ਵਿੱਚ ਤੁਸੀਂ ਟ੍ਰਾਂਸਪੋਰਟ ਕਰ ਸਕਦੇ ਹੋ ਬੈਂਜ਼ੀਨਾਂ ਵੀ ਪਾਣੀ ਵੀ ਦੁੱਧ ਵੀ ਕਾਫੀ ਸਾਰੀਆਂ ਚੀਜ਼ਾਂ ਇਸ ਵਾਸਤੇ ਬਹੁਤ ਸਪੈਸੀਫਿਕ ਕਿਉਂ ਹੁੰਦੇ ਨੇ ਕਿਉਂਕਿ ਹਰ ਚੈਸਟੇਅਰ ਨੇ ਵਿੱਚ ਇੱਕ ਸਪੈਸੀਫਿਕ ਚੀਜ਼ ਜਾਏਗੀ ਜਦੇ ਜਦੇ ਬਾਰੇ ਮੈਂ ਅਗਰ ਡਿਟੇਲ ਵੀ ਦੱਸਦਾ ਬਿੱਤੂਰੇ ਟਰਾਂਸਪੋਰਟ ਕਰਨ ਵਾਲੀ ਬਿਜ਼ਾਰ ਕੀ ਜਿਹੜੇ ਹੁੰਦੇ ਨੇ ਬਿੱਤੂਰੇ ਬਿਜ਼ਾਰ ਕਿਸੇ ਠੀਕ ਹੈ ਜੀ ਫਿਰ ਇਹਦੇ ਦੁਤਲਾਵਾ ਕੰਟੇਨਰਸ ਕੰਟੇਨਰ ਟਰਾਂਸਪੋਰਟ ਕਰਨ ਲਈ ਟਰੱਕ ਜਿਹੜੇ ਹੁੰਦੇ ਨੇ ਵੈਸੇ ਦੇ ਟ੍ਰਾਟਰ ਇਸ ਤਰ੍ਹਾਂ ਦੇ ਜਿਹੜੇ ਟਰੱਕ ਹੁੰਦੇ ਨੇ ਵਿਚ ਸਮੇਂ ਦੀ ਮਾਰਕੀ ਨਾਲ ਜਿਹੜੇ ਹੁੰਦੇ ਨੇ ਕਿਉਂਕਿ ਕੰਟੇਨਰ ਵਗੈਰਾ ਟਰਾਂਸਪੋਰਟ ਕਰਦੇ ਨੇ ਉਹ ਟਰਾਂਸਪੋਰਟ ਸਪੈਸੀਫਿਕ ਹੁੰਦੇ ਨੇ ਐਨੀਮਾਲੀ ਵਿਵੀਦਤਿ ਲਾਵਾ ਤੇ ਇਦਤੁ ਲਾਵਾ ਇਦਰ ਰਿਪਿਊਟੀ ਸੋਲੀਦੀ ਔਰਬਾਨੀ ਇਹ ਸਾਰੀਆਂ ਗੱਡੀਆਂ ਟਰਾਂਸਪੋਰਟ ਸਪੈਸੀਫਿਕ ਹੁੰਦੀਆਂ ਨੇ ਕਿਉਂ ਟਰਾਂਸਪੋਰਟ ਸਪੈਸੀਫਿਕ ਹੁੰਦੀਆਂ ਨੇ ਇਹ ਇਸ ਕਰਕੇ ਟਰਾਂਸਪੋਰਟ ਸਪੈਸੀਫਿਕ ਹੁੰਦੀਆਂ ਕਿਉਂਕਿ ਸਪੈਸ਼ਲ ਚੀਜ਼ਾਂ ਹੀ ਟਰਾਂਸਪੋਰਟ ਕਰਨੀ ਨੇ ਜਿਵੇਂ ਕਿ ਉਸੋ ਸਪੈਸ਼ਲ ਇਹ ਦੋ ਡਿਫਰੈਂਟ ਨੇ ਹੈਨਾ ਕਿਉਂਕਿ ਟਰਾਂਸਪੋਰਟ ਕਰ ਲੈਣੀ ਗੁਣੀ ਕੁਛਾਂ ਕੁਛ ਟਰਾਂਸਪੋਰਟ ਕਰਨੀਆਂ ਵੀ ਜਿਹੜਾ ਕਲਚ ਸਟਰੂਜ਼ ਹੋਇਆ ਬੇਤਨੀਏਰਾ ਇਹ ਟਰਾਂਸਪੋਰਟ ਕਰ ਰਿਹਾ ਹੈ ਬਜਰੀ ਸਿਮੰਟ ਰੱਲੇ ਹੋਇਆ ਆਟੀਪੀ ਇੱਕ ਟੈਂਪਰੇਚਰ ਅੰਡਰ ਕੰਟਰੋਲ ਜਿਦਾ ਹੁੰਦਾ ਉਹ ਚੀਜ਼ਾਂ ਟਰਾਂਸਪੋਰਟ ਕਰ ਰਹੀ ਹੈ ਚੈਸਟੇਰ ਨੇ ਲਿਕਵਿਡ ਕਿਸੇ ਕਿਸਮ ਦਾ ਤੇ ਜਿਹੜੇ ਦੁੱਧ ਪਾਣੀ ਔਇਲ ਗੈਸ ਕੁਝ ਵੀ ਹੋ ਸਕਦਾ ਹੈ ਬਿਜ਼ਾਰ ਕੇ ਵਤੂਰੇ ਜਿਹੜਾ ਗੱਡੀਆਂ ਟਰਾਂਸਪੋਰਟ ਕਰ ਲਈ ਕੰਟੇਨਰ ਟਰਾਂਸਪੋਰਟ ਕਰ ਲਈ ਤਰਾਤਰੀ ਸਰਾਦਾਲੀ ਅਨੀਮਾਲੀ ਬੀਵੀ ਜੀਮ ਦੇ ਜਾਨਵਰ ਟ੍ਰਾਂਸਪੋਰਟ ਕਰਨ ਲਈ ਅਨੀਮਾਲੀ ਬੀਵੀ ਸਪੈਸ਼ਲ ਚੀਜ਼ ਟ੍ਰਾਂਸਪੋਰਟ ਕਰਦੀਆਂ ਨੇ ਇਹ ਚੀਜ਼ਾਂ ਠੀਕ ਹੈ ਰਫੂ ਦੀ ਸੋਲਿਡ ਰਬਾਨੀ ਉਹ ਗੰਦਾ ਸ਼ੇਅਰ ਵਾਲਾ ਚੱਕ ਲੈ ਜਾਣ ਵਾਲੀਆਂ ਹੁਣ ਇਸ ਗੱਡੀ ਦੇ ਵਿੱਚ ਮੰਨ ਲਓ ਰਫੂ ਤੇ ਰਬਾਨੀ ਵਿੱਚ ਜਾਨਵਰ ਥੋੜੀ ਟ੍ਰਾਂਸਪੋਰਟ ਕਰਦੇ ਆਂ ਅਨੀਮਾਲੀ ਬੀਵੀ ਵਿੱਚ ਜਿਵੇਂ ਬਤੂਰੇ ਥੋੜੀ ਟ੍ਰਾਂਸਪੋਰਟ ਕਰਦੇ ਆਂ ਵੇਤੂਰੇਆਂ ਵਾਲੀ ਗੱਡੀ ਵਿੱਚ ਜਿਵੇਂ ਚਸਤੇਰ ਦੇ ਵਿੱਚ ਦੁੱਧ ਲਿਕਵਿਡ ਵਗੈਰਾ ਪੈਟਰੋਲ ਡੀਜ਼ਲ ਟ੍ਰਾਂਸਪੋਰਟ ਕਰਦੇ ਨੇ ਬਸ ਸਪੈਸੀਫਿਕ ਚੀਜ਼ ਉਹ ਥੋੜੀ ਟਰਾਂਸਪੋਰਟ ਕਰ ਸਕਦੇ ਆ ਇਸੇ ਤਰ੍ਹਾਂ ਆਤੀ ਪੀ ਵਿੱਚ ਕੈਲਸ਼ੀਅਮ ਥਰੂਸੋ ਦਾ ਮਟੀਰੀਅਲ ਟਰਾਂਸਪੋਰਟ ਨਹੀਂ ਕਰ ਸਕਦੇ ਇਸ ਕਰਕੇ ਇਹਨੂੰ ਕਹਿੰਦੇ ਨੇ ਟਰਾਂਸਪੋਰਟ ਸਪੈਸੀਫਿਕੋ ਦੂਸਰੀ ਮਹਿੰਜੀ ਚੀਜ਼ ਐ ਜਿਹੜੀ ਕਨਫਿਊਜ਼ ਕਰਦੀ ਐ ਉਸ ਅ ਸਪੈਸ਼ਲ ਇਹ ਬੰਦੇ ਨੂੰ ਸਮਝ ਨਹੀਂ ਆਉਂਦੀ ਐ ਉਸ ਅ ਸਪੈਸ਼ਲ ਇਹਤ ਮਰਾਦ ਸਪੈਸ਼ਲੀ ਇਸਤੇਮਾਲ ਕੀਤੀ ਜਾਂਦੀ ਐ ਇਸ ਚੀਜ਼ ਸਪੈਸ਼ਲ ਕੰਮ ਦੇ ਲਈ ਠੀਕ ਐ ਸਪੈਸ਼ਲ ਗੱਡੀ ਐ ਠੀਕ ਐ ਇਹ ਇਹ ਹੁਣ ਟਰਾਂਸਪੋਰਟ ਨਹੀਂ ਕਰਦੀ ਚੀਜ਼ ਹੁਣ ਇਹ ਜਿਹੜੀ ਚੀਜ਼ ਐ ਨਾ ਹੁਣ ਉਸ ਅ ਸਪੈਸ਼ਲ ਐ ਇਹ ਸਪੈਸ਼ਲ ਕੰਮ ਦੇ ਲਈ ਹੈ ਸਪੈਸਿਫਿਕ ਕੰਮ ਦੇ ਲਈ ਹੈ ਸਿਰਫ ਉਥੇ ਹੀ ਯੂਜ਼ ਹੋਵੇਗੀ ਟਰਾਂਸਪੋਰਟ ਨਹੀਂ ਕਰਦੀ ਉਹ ਉਹਦੇ ਵਿੱਚ ਯੂਜ਼ ਹੋ ਰਿਹਾ ਸੀ ਲਫ਼ਜ਼ ਟਰਾਂਸਪੋਰਟ ਦਾ ਠੀਕ ਹੈ ਟਰਾਂਸਪੋਰਟ ਸਪੈਸਿਫਿਕ ਉਹ ਇਹਦੇ ਵਿੱਚ ਟਰਾਂਸਪੋਰਟ ਦਾ ਲਫ਼ਜ਼ ਨਹੀਂ ਯੂਜ਼ ਹੋ ਰਿਹਾ ਕਿਉਂਕਿ ਗੱਡੀ ਟਰਾਂਸਪੋਰਟ ਕਰਨ ਲਈ ਹੈ ਨਹੀਂ ਇਹਦੇ ਵਿੱਚ ਗੱਡੀਆਂ ਜਿਹੜੀਆਂ ਆਉਂਦੀਆਂ ਨੇ ਇੱਥੇ ਤੇ ਚਾਰ ਐਗਜ਼ਾਮਪਲ ਆ ਨੇ ਇਹਦੇ ਤੁਲਾ ਵਿੱਚ ਗੱਡੀਆਂ ਨਹੀਂ ਆਤੋ ਪੰਪ ਅਪਰ ਕਲਚਸਟਰਸ ਦੇ ਜਿਹੜਾ ਕਿ ਉੱਤੋਂ ਨਜ਼ਰ ਆ ਰਹੀ ਹੈ ਦੂਜੇ ਨੰਬਰ ਦਾ ਗਿਆ ਐਵੀਕੋਲੀ ਪਰਸ ਕੋਰਸਸ ਦਾਲੇ ਬਿਕੋ ਇਸ ਕੋਰਸ ਉਸ ਦਾ ਦਾਲੇਵਤੋਂ ਨਜ਼ਰ ਆ ਰਹੀ ਥੇ ਇਹ ਐਮਬੂਲੈਂਸ ਐਮਰਜੈਂਸੀ ਵੀ ਨਜ਼ਰ ਆ ਰਹੀ ਤੁਹਾਨੂੰ ਇੱਥੇ ਔਰ ਆਤੋ ਗਰੂ ਆਤੋ ਗਰੂ ਨਜ਼ਰ ਆ ਰਹੀ ਆਤੋ ਗਰੂ ਵੀ ਕਿਉਂਕਿ ਆਤੋ ਗਰੂ ਹੁੰਦੀ ਹੈ ਜਿਹੜੀ ਕਿ ਉਹ ਚੱਕ ਗੱਡੀਆਂ ਨੂੰ ਚੀਜ਼ਾਂ ਨੂੰ ਅੱਗੇ ਪਿੱਛੇ ਰੱਖਣ ਵਾਲੀ ਚੀਜ਼ ਸਿਸਟਮ ਠੀਕ ਹੈ ਉਹ ਜਿਹੜੀ ਹੈ ਸਪੈਸ਼ਲਿਸਟ ਚੀਜ਼ਲੀ ਹੁੰਦੀ ਹੈ ਇਸ ਕਰਕੇ ਕਿਉਂਕਿ ਟ੍ਰਾਂਸਪੋਰਟ ਦੇ ਨਾਲ ਕੁਝ ਚੀਜ਼ੇ ਕਰਦੀ ਹੈ ਆਤੋ ਸਪੈਦਰੀ ਚ ਜਿਹੜੀ ਕਿ ਇੱਥੇ ਫੋਟੋ ਨਜ਼ਰ ਆ ਰਹੀ ਆਤੋ ਸਪੈਦਰੀ ਚ ਯਾਨੀ ਕਿ ਗੰਦ ਚੱਕਣ ਵਾਲੀ ਸ਼ਹਿਰ ਦੇ ਵਿੱਚ ਜਿਹੜੀ ਗੱਡੀ ਹੁੰਦੀਆਂ ਨੇ ਠੀਕ ਹੈ ਸ ਉਹ ਵੀ ਹੁਣ ਕੋਈ ਹੋਰ ਚੀਜ਼ ਤੇ ਨਾ ਟਰਾਂਸਪੋਰਟ ਕਰ ਸਕਦੀ ਇਸ ਕਰਕੇ ਉਸ ਸਪੈਸ਼ial ਹੈ ਸਪੈਸ਼ਲੀ ਸਿਰਫ ਫਾਈਲੀ ਹੈ ਜਿਵੇਂ ਕਿ ਹੁਣ ਸਾਡੇ ਗੱਡੀਾਂ ਨਜ਼ਰ ਆ ਰਹੀ ਹੈ ਤੇ ਵੀ ਕਿ ਅ ਇਹ ਵਿਜਲੀ ਦੇ ਤਰਫੋਂ ਕੋ ਹੁੰਦੀ ਹੈ ਜਿਵੇਂ ਕਿ ਪਬਲਿਸਿਟੀ ਲਈ ਗੱਡੀ ਹੁੰਦੀ ਹੈ ਜਿਵੇਂ ਕਿ ਉਹ ਦੁਕਾਨਾਂ ਵਾਲੀਆਂ ਗੱਡੀਆਂ ਹੁੰਦੀਆਂ ਨੇ ਜਿਵੇਂ ਕਿ ਜਾ ਕੇ ਉਹ ਮੇਲੇ ਮੋਲੇਾਂ ਤੇ ਗੱਡੀ ਲਗਾ ਕੇ ਦਾ ਦੁਕਾਨਾ ਖੋਲ ਲੈਂਦੇ ਨੇ ਇਹ ਉਸੋ ਸਪੈਸ਼ial ਦੇ ਵਿੱਚ ਆਉਂਦੀਆਂ ਨੇ ਇਹ ਸਪੈਸ਼ਲੀ ਇਸ ਕੰਮ ਲਈ ਇਸਤੇਮਾਲ ਹੁੰਦੀਆਂ ਨੇ ਇਹ ਗੱਡੀਆਂ ਹੈ ਨਾ ਇਸ ਕਰਕੇ ਇਹ ਟ੍ਰਾਂਸਪੋਰਟ ਨਹੀਂ ਕਰਦੀਆਂ ਵੀ ਹੈ ਨਾ ਇਹਨਾਂ ਦੇ ਦਰੇਤਾ ਬਜਰੀ ਇਹ ਉਹ ਇਦਾਂ ਦੀ ਵੀ ਚੀਜ਼ ਟ੍ਰਾਂਸਪੋਰਟ ਕਰਦੇ ਇਸ ਕਰਕੇ ਐਂਬੂਲੈਂਸ ਐਂਬੂਲੈਂਸ ਵੀ ਅਸੀਂ ਦੇਖੀਏ ਜਿਹੜਾ ਉੱਤੇ ਲੱਗੀ ਹੋਈ ਹੈ ਐਂਬੂਲੈਂਸ ਵੀ ਜਿਹੜੀ ਹੈ ਇਹ ਉਸੋ ਸਪੈਸ਼ਲ ਵੀ ਚਾਹੁੰਦੀ ਹੈ ਸਪੈਸ਼ਲੀ ਐਂਬੂਲੈਂਸ ਬੰਦੇ ਟ੍ਰਾਂਸਪੋਰਟ ਕਰਨ ਲਈ ਜਿਹੜੇ ਬੰਦੇ ਵਗੈਰਾ ਨੇ ਯਾਨੀ ਕਿ ਸਪੈਸ਼ਲੀ ਇਸਤੇਮਾਲ ਕਰ ਲਈਏ ਇਹ ਟ੍ਰਾਂਸਪੋਰਟ ਉਹ ਉਹ ਦੇ ਵਿੱਚ ਟ੍ਰਾਂਸਪੋਰਟ ਦਾ ਲਫ਼ਜ਼ ਤੇ ਨਹੀਂ ਇਸਤੇਮਾਲ ਕਰ ਸਕਦੇ ਨਾ ਸਾਨੂੰ ਸਮਝ ਆਉਂਦੀ ਹੈ ਕਿ ਟ੍ਰਾਂਸਪੋਰਟ ਉਹ ਸਪੈਸੀਫਿਕ ਹੋਰ ਚੀਜ਼ ਨੇ ਜਿਹੜੀ ਚੀਜ਼ ਦਾ ਕੁਝ ਨਾ ਕੁਝ ਟਰਾਂਸਫਰ ਕਰਦੇ ਨੇ ਸਪੈਸੀਫਿਕ ਚੀਜ਼ ਟਰਾਂਸਫਰ ਕਰਦੇ ਆਂ ਔਰ ਉਜ਼ਰ ਸਪੈਸ਼ial ਹੈ ਹੋਰ ਚੀ ਸਿਸਟਮ ਹੈ ਜਿਹਦੇ ਵਿੱਚ ਸਪੈਸ਼ਲੀ ਇੱਕ ਕੰਮ ਦੇ ਲਈ ਇਸਤੇਮਾਲ ਹੁੰਦੀ ਹੈ ਠੀਕ ਹੈ ਇਹ ਟਰਾਂਸਪੋਰਟ ਕਰਨ ਲਈ ਨਹੀਂ ਹੈ ਵੀ ਠੀਕ ਹੈ ਸਭ ਤੋਂ ਪਹਿਲੇ ਫਸਟ ਆਫ 올 ਮੈਂ ਤੁਹਾਨੂੰ ਗੱਲ ਕਰਾਂਗਾ ਅਤ ਵਿਕੋਲੀ ਟਰਾਂਸਪੋਰਟੋ ਸਪੈਸੀਫਿਕੋ ਜਿਹੜੀਆਂ ਗੱਡੀਆਂ ਟਰਾਂਸਪੋਰਟ ਕਰਦੀਆਂ ਸਪੈਸੀਫਿਕੋ ਕਿਹੜੀ ਕਿਹੜੀ ਗੱਡੀ ਚ ਦੇ ਵੀ ਜਾਂਦੀਆਂ ਨੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕਲਚੇਸਟਰੂਜ਼ੋ ਬੇਟਿਨੀਰੀਏ ਏ ਜਿਹੜੀ ਨੇ ਇਹ ਟ੍ਰਾਂਸਪੋਰਟ ਸਪੈਸੀਫਿਕ ਆਉਂਦੀਆਂ ਠੀਕ ਹੈ ਇਹਦੇ ਤੋਂ ਇਲਾਵਾ ਵਿਕੋਲੀ ਆਪਤੀ ਪੀ ਜਿਹੜੀਆਂ ਟ੍ਰਾਂਸਪੋਰਟ ਸਪੈਸੀਫਿਕ ਆਉਂਦੀਆਂ ਨੇ ਟ੍ਰਾਂਸਪੋਰਟ ਸਪੈਸੀਫਿਕ ਤੋਂ ਮੁਰਾਦ ਯਾਨੀ ਕਿ ਜਿਹੜੀ ਚੀਜ਼ ਲਈ ਬਣੀ ਹੋਈ ਹੈ ਜਿਹਦੇ ਕੰਮ ਲਈ ਬਣੀ ਹੋਈ ਹੈ ਜਿਵੇਂ ਕਿ ਅ ਵਿਤੂਰੇ ਬਿਜ਼ਾਰ ਕੇ ਜਿਹੜੇ ਹੁੰਦੇ ਨੇ ਵਿਤੂਰੇ ਟ੍ਰਾਂਸਪੋਰਟ ਕਰਨੀ ਹੁੰਦੇ ਨੇ ਇਹ ਬਿਜ਼ਾਰ ਕੇ ਜਿਹੜੇ ਨੇ ਇਹ ਸਿਰਫ ਗੱਡੀਆਂ ਹੀ ਟ੍ਰਾਂਸਪੋਰਟ ਕਰ ਸਕਦੇ ਨੇ ਇਹਦਾ ਮਤਲਬ ਹੈ ਟ੍ਰਾਂਸਪੋਰਟ ਸਪੈਸੀਫਿਕ ਯਾਨੀ ਕਿ ਸਪੈਸ਼ਲ ਚੀਜ਼ ਟ੍ਰਾਂਸਪੋਰਟ ਕਰਨ ਲਈ ਠੀਕ ਹੈ ਇਨਕੇ ਇਹਦੇ ਵਿੱਚ ਉਹਨਾਂ ਜਿਹੜੇ ਬਾਜ਼ਾਰ ਕਿਨੇ ਦੇ ਵਿੱਚ ਕਦੇ ਅਸੀਂ ਬਜਰੀ ਤੇ ਤਸਰੀਤ ਨਹੀਂ ਲੈ ਕੇ ਜਾ ਸਕਦੇ ਆਤੀਪੀ ਦਾ ਸਮਾਨ ਤੈਨੂੰ ਲੈ ਕੇ ਜਾਂਦੇ ਪੈਟਰੋਲ ਤੈਨੂੰ ਲੈ ਕੇ ਜਾ ਸਕਦੇ ਠੀਕ ਹੈ ਇਸ ਕਰਕੇ ਆਤੀਪੀ ਸਪੈਸ਼ਲ ਹੁੰਦੀ ਹੈ ਸਪੈਸ਼ਲ ਸਮਾਨ ਲਈ ਕਿਉਂਕਿ ਟੈਂਪਰੇਚਰ ਕੰਟਰੋਲਡ ਹੁੰਦਾ ਠੀਕ ਹੈ ਇਸ ਕਰਕੇ ਆਤੀਪੀ ਜਿਹੜੀ ਹੈ ਇਹ ਟ੍ਰਾਂਸਪੋਰਟ ਸਪੈਸੀਫਿਕ ਹੁੰਦਾ ਚੈਸਟਰਨਾਂ ਉਹ ਚੈਸਟਰਨਾਂ ਵਿੱਚ ਦਾ ਸੋਚੇ ਯਾਰ ਚੈਸਟਰਨਾਂ ਜਿਹੜੇ ਹੁੰਦੇ ਨੇ ਉਹਦੇ ਵਿੱਚ ਦੁੱਧ ਵੀ ਲੈ ਜਾਣਾ ਦੁੱਧ ਵੀ ਲੈ ਕੇ ਜਾਂਦੇ ਨੇ ਲਿਕਵਿਡ ਪਾਣੀ ਵੀ ਤੇਲ ਵੀ ਡੀਜ਼ਲ ਵੀ ਗੈਸ ਵੀ ਸਭ ਕੁਝ ਲੈ ਕੇ ਜਾਂਦੇ ਨੇ لیکن ਜਿਹੜਾ ਵੀ ਚਸਤੇਰ ਨਾ ਹੁੰਦਾ ਨਾ ਬਣਿਆ ਇੱਕ ਚੀਜ਼ ਲਈ ਮਿਸਾਲ ਦਰਤਾ ਜਿਹੜਾ ਦੁੱਧ ਲਈ ਬਣਿਆ ਹੋਵੇਗਾ ਨਾ ਇਹ ਨਹੀਂ ਕਿ ਇੱਕ ਵਾਰੀ ਦੁੱਧ ਲੈ ਕੇ ਦੂਜੀ ਵਾਰੀ ਉਹਦੇ ਪੈਟਰੋਲ ਲੈ ਜਾਣਗੇ ਉਹ ਸਪੈਸ਼ਲ ਦੁੱਧ ਲਈ ਹੀ ਬਣਿਆ ਹੋਵੇਗਾ ਠੀਕ ਹੈ ਜਿਹੜਾ ਇੱਕ ਚਸਤੇਰ ਨਾ ਬਣਿਆ ਹੋਵੇਗਾ ਪੈਟਰੋਲ ਹੀ ਉਹਦੇ ਵਿੱਚ ਬਾਰ-ਬਾਰ ਪੈਟਰੋਲ ਲੈ ਕੇ ਜਾਣਾ ਪਵੇਗਾ ਠੀਕ ਹੈ ਇਸ ਕਰਕੇ ਇਹ ਵੀ ਜੇ ਟ੍ਰਾਂਸਪੋਰਟ ਸਪੈਸੀਫਿਕ ਹੋ ਵੀ ਜਾਂਦੇ ਨੇ ਇਸ ਵੇਤure ਬਿਜ਼ਾਰ ਕੀ ਜਿਵੇਂ ਤੁਹਾਨੂੰ ਦੱਸ ਚੁੱਕੇ ਹਾਂ ਇਹ ਗੱਡੀ ਟ੍ਰਾਂਸਪੋਰਟ ਕਰ ਲਈ ਹੁੰਦੇ ਨੇ ਇਹ ਇਦ ਤੋਂ ਇਲਾਵਾ ਬਿਜ਼ਾਰ ਕੇ ਦੇ ਨਾਲ ਕਨਫਿਊਜ਼ ਨਹੀਂ ਹੋਣਾ ਆ ਵੀ ਅਗੇ ਤੁਹਾਨੂੰ ਇਸ ਕੋਰਸ ਸਤਰਾਧਾਲੇ ਵੀ ਗੱਡੀਆਂ ਜਿਹੜੀਆਂ ਅਗੇ ਤੁਹਾਨੂੰ ਮਿਲਣੀਆਂ ਨੇ ਉਸ ਉਸ ਦਾ ਸਪੈਸ਼ਲ ਹੈ ਜੇ ਕੋਰਸ ਸਤਰਾਧਾਲੇ ਗੱਡੀ ਗੱਡੀ ਚੱਕ ਕੇ ਲੈ ਜਾਂਦੀ ਹੁਣ ਗੱਡੀ ਚੱਕ ਕੇ ਲੈ ਜਾਣਾ ਕੰਮ ਤੇ ਬਿਜ਼ਾਰ ਕੇ ਦਾ ਵੀ ਹੈ ਇੱਕ ਜਦਾ ਗੱਡੀਆਂ ਲੈ ਕੇ ਚੱਕ ਕੇ ਲੈ ਜਾਂਦਾ ਔਰ ਜਿਹੜੇ ਨੇ ਆਪਣਾ ਕੋਰਸ ਸਤਰਾਧਾਲੇ ਜਿਵੇਂ ਕਿ ਤੁਹਾਨੂੰ ਅਸੀਂ ਅਗੇ ਪੜਨਾ ਹੈ ਉਹ ਜਿਹੜੇ ਨੇ ਉਹ ਵੀ ਗੱਡੀ ਚੱਕ ਕੇ ਲੈ ਜਾਂਦੇ ਨੇ ਲੇਕਿਨ ਉਹ ਐਕਸੀਡੈਂਟ ਜ਼ਿਆਦਾ ਗੱਡੀਆਂ ਚੱਕ ਲੈਣੇ ਕੋਰਸ ਸਤਰਾਧਾਲੇ ਕਹਿੰਦੇ ਨੇ ਹੁਣ ਉਹ ਉਸ ਦਾ ਸਪੈਸ਼ਲ ਹੈ ਇਹ ਟਰਾਂਸਪੋਰਟ ਸਪੈਸੀਫਿਕ ਹੋਇਆ ਇਸ ਕਰਕੇ ਥੋੜਾ ਕਨਫਿਊਜ਼ ਤੇ ਉਸ ਤੋਂ ਇਲਾਵਾ ਜੀ ਕੰਟੇਨਰ ਵਗੈਰਾ ਲੈ ਕੇ ਜਾਣ ਵਾਲੇ ਜਿਹੜੇ ਟਰਾਂਸਪੋਰਟ ਹੁੰਦੇ ਨੇ ਕਾਜ਼ੇ ਮੋਬੀਲ ਦੀ ਟਾਈਪ ਨੂੰਨੀਫିକਾਟੋ ਕਾਜ਼ੇ ਮੋਬੀਲ ਲੈ ਕੇ ਜਾਂਦੇ ਨੇ ਠੀਕ ਹੈ ਵੀ ਕੰਟੇਨਰ ਟਾਈਪ ਹੀ ਹੁੰਦੇ ਨੇ ਔਰ ਕੰਟੇਨਰ ਵਗੈਰਾ ਠੀਕ ਹੈ ਇਹ ਕੀ ਹੁੰਦੇ ਨੇ ਗੱਡੀਆਂ ਬੀਸਿਕਲੀ ਇਹ ਤੇ ਇਹਦੇ ਲਈ ਗੱਡੀ ਜਿਹੜੀਆਂ ਨੇ ਆਤੋ ਆਰਟੀਕੂਲੇਟ ਯੂਜ਼ ਹੁੰਦੀਆਂ ਨੇ ਨਾ ਤੇ ਪੀਸਸੋ ਮਿਰਮੋਰ ਕਿਓ ਵੇਗਾ ਇਹ ਰ ਇਹਦੇ ਵਾਲਾ علاوہ ਇਹ ਐਨੀਮਾਲੀ ਸਮੀ ਐਨੀਮਾਲੀ ਵੀ ਵੀ ਔਰ ਜੀਵਦੇ ਜਾਨ ਨੂੰ ਟਰਾਂਸਪੋਰਟ ਕਰਨ ਵਾਲੀ ਗੜੀਆਂ ਇਹਨਾਂ ਦੇ ਵਿੱਚ ਵੀ ਸਿਰਫ ਜਾਨਵਰ ਹੀ ਟਰਾਂਸਪੋਰਟ ਹੁੰਦੇ ਨੇ ਨਾ ਔਰ ਰਿਫਿਊਤੀ ਸੋਲੀਦੀ ੁਰਬਾਨੀ ਇਹ ਵੀ ਸਪੈਸੀਫਿਕ ਟਰਾਂਸਪੋਰਟ ਸਪੈਸੀਫਿਕ ਉਹ ਵੀ ਜਾਂਦੀਆਂ ਨੇ ਕਿਹੜੀ ਕਿਹੜੀ ਟਰਾਂਸਪੋਰਟ ਸਪੈਸੀਫਿਕ ਵਿੱਚ ਆਉਂਦੀਆਂ ਨੇ ਇਹ ਸਾਰੀਆਂ ਗੜੀਆਂ ਤੁਹਾਨੂੰ ਉਹਨਾਂ ਦਿਖਾਈਆਂ ਨੇ ਜਿਹੜੀਆਂ ਤੁਹਾਨੂੰ ਸਕਰੀਨ ਤੇ ਨਜ਼ਰ ਨਹੀਂ ਆਈਆਂ ਸਾਰੀਆਂ ਟਰਾਂਸਪੋਰਟ ਸਪੈਸੀਫਿਕ ਉਹ ਵੀ ਜਾਂਦੀਆਂ ਨੇ ਠੀਕ ਹੈ ਜੀ ਤੇ ਸ਼ੁਰੂ ਕਰਦੇ ਹਾਂ ਜੀ ਇਜੇ ਤੋਂ ਬਾਅਦ ਅਸੀਂ ਗੱਲ ਕਰਾਂਗੇ ਅੱਜ ਤੋਂ ਵਿਕੋਲੀ ਹੈ ਦੂਸਰ ਸਪੈਸ਼ਲ ਹੈ ਉਹ ਦੂਸਰ ਸਪੈਸ਼ਲ ਹੈ ਔਰ ਟ੍ਰਾਂਸਪੋਰਟ ਸਪੈਸੀਫਿਕ ਕੋਈ ਕੁਐਸਚਨ ਆਉਣਾ ਹੈ ਇਕੱਠੇ ਰਲੇ ਮਿਲੇ ਇਸ ਕਰਕੇ ਕਨਫਿਊਜ਼ ਨਹੀਂ ਹੋਣਾ ਵੀ ਤੇ ਕਹਿੰਦੇ ਨੇ ਬੇ ਪਹਿਲਾ ਕੁਐਸਚਨ ਹੈ ਇਹ ਇਹ ਵਿਕੋਲੀ ਚੇਸਤੇ ਕਰਨਾਂ ਜਿਹੜੀ ਗੱਡੀ ਚੇਸਤੇ ਕਰਨ ਵਾਲੀ ਹੈ ਚੇਸਤੇ ਜਿਵੇਂ ਤੁਹਾਨੂੰ ਦੱਸਿਆ ਦੁੱਧ ਵਾਲੀ ਸਪੈਸ਼ਲ ਹੋਣਗੇ ਯਾਨੀ ਕਿ ਟ੍ਰਾਂਸਪੋਰਟ ਸਪੈਸੀਫਿਕ ਹੋਣੀ ਹੈ ਠੀਕ ਹੈ ਔਰ ਪੈਟਰੋਲਾ ਵਾਲੇ ਵੱਖਰੇ ਤੇ ਜੋ ਵੀ ਬਾਕੀ ਲਿਕਵਿਡ ਲੈ ਕੇ ਜਾਂਦੇ ਨੇ ਉਹਦੇ ਲਈ ਵੱਖਰੇ ਹੋਣਗੇ ਠੀਕ ਹੈ ਇਸਕੇ ਰਿਜਿਸਟਰ ਨੋ ਟ੍ਰਾਂਸਪੋਰਟ ਸਪੈਸਿਫਿਕ ਹੁੰਦੇ ਨੇ ਕਿਨੇ ਚੈਸਟਰ ਮੈਂ ਸੋਨਸੇ ਇਹ ਦੋ ਆ ਇਨਸਟੈਬਿਲਿਮੈਂਟ ਨੂੰ ਇਨਸਟੇਬਲ ਕਰ ਦੇਣੇ ਠੀਕ ਹੈ ਜੀ ਇਨਸਟੈਬਿਲਿਮੈਂਟ ਨੂੰ ਕਰ ਦੇਣੇ ਦਾ ਕਉਜ਼ਾ ਦੀ ਫਨੋਮੇਨਾ ਦਲਾ ਸਬੱਤਿਮੈਂਟ ਉਹ ਕਿਉਂਕਿ ਵਜਾ ਬਣਦੀ ਹੈ ਕਿ ਜਿਹੜਾ ਸਬੱਤਿਮੈਂਟ ਉਹ ਫਿਸਲਦਾ ਜਾਂ ਚਲਦਾ ਰਹਿੰਦਾ ਹੈ ਦ ਲਿਕਵਿਡ ਦਾ ਟ੍ਰਾਂਸਪੋਰਟਤਾ ਦੋ ਜਿਹੜਾ ਲਿਕਵਿਡ ਤੁਸੀਂ ਟ੍ਰਾਂਸਪੋਰਟ ਕਰ ਰਹੇ ਹੋ ਤਾਂ ਨਾ ਜੇ ਲਿਕਵਿਡ ਹਾਰਡ ਕੋਰਪ ਤੇ ਜੇ ਤੁਸੀਂ ਟ੍ਰਾਂਸਪੋਰਟ ਕਰ ਰਹੇ ਹੋ ਨਾ ਜੇ ਟਾਂਕੀ ਤੁਹਾਡੀ ਅੱਧੀ ਹੈ ਤੇ ਫੇਰ ਬਹੁਤ ਜ਼ਿਆਦਾ ਉਹ ਤੁਹਾਡੀ ਗੱਡੀ ਨੂੰ ਅਨਸਟੇਬਲ ਕਰਨ ਦੀ وجہ ਬਣਦਾ ਹੈ ਇਸ ਤਬੀਲੀਤਾ ਜਿਹੜੀ ਹੈ ਉਹਦੀ ਜ਼ਿਆਦਾ ਵਜਾ ਮੰਨਦਾ ਜੀ ਲੀਕਵਰ ਕੱਟ ਜੇ ਫੁੱਲ ਪਰਿਆ ਹੋਵੇ ਤਾਂ ਫਿਰ જરા ਥੋੜਾ ਖਤਰਾ ਕੱਟ ਹੁੰਦਾ ਹੈ ਔਰ ਲੀਕਵਰ ਕਿਉਂਕਿ ਜਦ ਤੁਸੀਂ ਮੰਨ ਲਓ ਚੜਾਈ ਚੜਨਾ ਤੇ ਲੀਕਵਰ ਸਾਰਾ ਪਿੱਛੇ ਜਾਣਾ ਉਤਰਾਈ ਉਤਰਨ ਤੇ ਸੇਰਾ ਗਿਆ ਜਾਣਾ ਸੱਜੇ ਖੱਬੇ ਤੁਸੀਂ ਮੋੜਦੇ ਹੋ ਮੋੜਾਂ ਦੇ ਉੱਤੋਂ ਤੇ ਤੁਸੀਂ ਤੁਹਾਡਾ ਲੀਕਵਰ ਜਿਹੜਾ ਹੈ ਇਹ ਸਾਰਾ ਕਿੱਧਰ ਜਾਏਗਾ ਬੇਸਿਕਲੀ ਸੱਜੇ ਮੋੜਦੇ ਹੋ ਤੇ ਲੀਕਵਰ ਸਾਰਾ ਖੱਬੇ ਵੱਲ ਚਲਾ ਜਾਏਗਾ ਠੀਕ ਹੈ ਇਸ ਕਰਕੇ ਇਹ ਬਹੁਤ ਬੜੀ ਇਹ ਬਹੁਤ ਖਤਰਨਾਕ ਚੀਜ਼ ਹੈ ਐਂਸ ਟ੍ਰੈਵਲ ਕਰਨ ਲਈ ਗੱਡੀ ਨੂੰ ਕਹਿੰਦੇ ਵਿਕੋਲੀ ਚੇਸਤੇਰ ਨੇ ਗੱਡੀ ਚੇਸਤੇਰ ਨੇ ਵਲੇ ਸੋਣ ਸਜਿਆ ਤਾਂ ਇਨਸਟੈਬਿਲਿਟੀ ਇਨਸਟੈਬਿਲਿਟੀ ਦੀ ਵਜ੍ਹਾ ਬਣਦੀ ਹੈ ਚੇਸਤੇਰ ਨਾਲ ਗੱਡੀ ਅਕੋਜ਼ਾ ਦੀ ਫਾਨੋਮੈਨੋਨ ਦਿਸਬਾਤੀ ਮੈਂ ਤੋਂ ਜਿਹੜਾ ਕਿ ਫਿਸਲਦੇ ਅੰਦਰ ਲਿਕਵਿਡ ਨੂੰ ਟ੍ਰਾਂਸਪੋਰਟਾਤੋ ਜਿਹੜਾ ਲਿਕਵਿਡ ਨੂੰ ਸੀ ਟ੍ਰਾਂਸਪੋਰਟ ਕਰ ਰਹੇ ਹੋ ਜਿਹੜਾ ਅੰਦਰ ਫਿਸਲਦਾ ਹੈ ਇਹ ਵਜ੍ਹਾ ਬਣਦਾ ਹੈ ਕਾਦੀ ਵਜ੍ਹਾ ਬਣਦਾ ਹੈ ਗੱਡੀ ਨੂੰ ਇਨਸਟੈਬਲ ਕਰਨ ਦੀ ਦਰੂਸ ਕਿੰਵੇਂ ਵੇਅਰ ਹੋਇਆ ਅਗੈਨ ਵੇ ਇਹ ਵਿਕੋਲੀ ਚੇਸਤੇਰ ਨਾਲ ਜਿਹੜੀ ਗੱ ਅ ਯਾਨੀ ਕਿ ਫਿਸਲਣਾ ਜਿਮਾਇਤ ਜਾਂ ਉਚੜਨ ਵਾਲੀ ਲਿਕਵਿਡਾ ਲੈਟਰਲ ਸਾਈਡਾਂ ਤੇ ਇੰਕੁਰਵਾ ਫਿਸਲਣ ਦੀ ਗੱਲ ਵਜਾ ਬਣਦਾ ਹੈ ਲੈਟਰਲ ਸਾਈਡਾਂ ਤੇ ਮੋੜਾਂ ਦੇ ਵਿੱਚ ਜ਼ੈਰੀ ਗੱਲ ਦਰੁਸ ਕਿੰਨੇ ਹੋਇਆ ਲਿਕਵਿਡ ਜੇ ਤੇ ਇਹ ਵੀ ਕੋਲੀ ਚੇਸੇ ਨੇ ਗੱਡੀ ਚੇਸੇ ਨੇ ਵਾਲੀ ਹੈ ਸੋਨੋ ਸੇ ਜੇ ਤੋ ਆਫਾਨ ਹਮੈਨੋ ਦਲਾ ਦੈਲਾ ਸਬੱਤਿਮੈਂਟ ਉਲਤਰਾਲੇ ਨਲਾ ਰੋਟਾਟਰੀਆ ਸਬੱਤਿਮੈਂਟ ਰੱਲੇ ਸੱਡਾਂ ਤੋਂ ਲਟਰਾਲ ਸੱਡਾਂ ਤੋਂ ਜਿਹੜੀ ਹੈ ਗੱਡੀ ਸਬੱਤਿਮੈਂਟ ਹੋਵੇਗੀ ਯਾਨੀ ਕਿ ਫਿਸਲੇਗੀ ਰੋਟਾਟਰੀਆ ਵਿੱਚ ਮੋੜਾਂ ਨਾਲ ਹੀ ਸਾਫ ਹੋਵੇਗਾ ਰੋਟਾਟਰੀ ਵੀ ਰੋਟੋਂ ਦੇ ਉੱਤੇ ਜਿੱਥੇ ਬੋਲਕੜੀ ਕੁੰਦੀ ਹੈ ਉੱਥੇ ਵੀ ਮੋੜਾਂ ਨਾਲ ਹੀ ਸਾਫ ਹੋਵੇਗਾ ਇਸ ਕਰਕੇ ਅਦਰੁਸ ਕਨਪੀਅਰ ਹੋਇਆ ਇਹ ਬਿਕੋਲੀ ਚ ਇਸ ਤੇਰਨਾ ਕਹਨੇ ਗੀ ਗੱਡੀ ਚ ਇਸ ਤੇਰਨੇ ਵਾਲੀ ਸੋਨੇ ਸੇ ਜੇ ਤੂਫਾਨ ਮਾਨਵ ਦੀ ਸੋਬਰਾ ਕਾਰੀ ਕੋ ਦੈਲਾ ਆਸੇ ਪੋਸਟਰੀਅਰ ਕਹਨੇ ওভারਲੋਡ ਹੋ ਜਾਏਗੀ ਪਿਛਲਾ ਟੈਰਾਂ ਦੇ ਉੱਤੇ ਕਿ ਮੈਂ ਬੋਲ ਰਿਹਾ ਜੇ ਕੋਈ ਸਿਚੁਏਸ਼ਨ ਦੱਸ ਕਰਨ ਇਹ ਚੜਾਈ ਚੱਲ ਰਹੀ ਹੋਇਆ ਫਿਰ ਪਿੱਛੇ ਆਖਣ ਲੋਅਰ ਲੋਡ ਹੋ ਜੇਗੀ ਕਿਉਂਕਿ ਲੀਕ ਕੋਡ ਥੋੜਾ ਸਾਰਾ ਪਿੱਛੇ ਆ ਗਿਆ ਤਾਂ ਫਿਰ ਤਾਂ ਗੱਲ ਸਮਝ ਆਵੇ ਲੇਕਿਨ ਇੱਥੇ ਕੋਈ ਵੀ ਸਿਚੁਏਸ਼ਨ ਨਹੀਂ ਦੱਸ ਰਿਹਾ ਕਰਨ ਕਹਿੰਨ ਨੇ ਕਿ ਜਿਹੜੀ ਗੱਡੀ ਐ ਚਿਸਟਰ ਨਾਲ ਜਿਹੜਾ ਹੁੰਦਾ ਹੈ ওভার ਲੋਡ ਹੋ ਜਾਏਗਾ ਪਿਛਲਾ ਪਿਛਲੇ ਦੂਰੇ ਨੂੰ ਐਦਾਂ ਕੋ ਨਹੀਂ ਹੋ ਵਾਲੇ ਹੁੰਦਾ ਐ ਵੀ ਸਰ ਕੇ ਗਲਤੀ ਨੇ ਫਾਲਸ ਹੋਇਆ ਇਹ ਵੀ ਕੋਲੀ ਚਿਸਟਰ ਨੇ ਨੋਨ ਐਸ ਪੋਸੋਨੋ ਵਿਜਿਆਰੇ ਅਪੇਨੋ ਕਾਰੀਕੋ ਕਰਨੇ ਲੋਡ ਹੋ ਗਿਆ ਨਹੀਂ ਇਹਨਾਂ ਨੂੰ ਕਾਰੀ ਲੈ ਕੇ ਜਾ ਸਕਦੇ ਫੁੱਲ ਕਰਕੇ ਨਹੀਂ ਲੈ ਕੇ ਜਾ ਸਕਦੇ पर प्रॉब्लम इ दी स्टेबिलिटी में स्टेबिलाइज़्ड क्योंकि प्रॉब्लम अनस्टेबल इन रखने ਲਈ देखो जी जे फॉलो ਹੋਣਗੇ 80 90% ਹੋਵੇਗਾ ਲਿਕਵਿਡ ਵਿੱਚ ਤਾਂ ਆਸਾਨੀ ਹੋਵੇਗੀ ਜੇ ਲਿਕਵਿਡ ਘੱਟ ਹੋਵੇ 50% ਹੋਵੇ ਤੇ ਫਿਰ ਲਿਕਵਿਡ ਨੂੰ ਟ੍ਰਾਂਸਪੋਰਟ ਕਰਨਾ ਮੁਸ਼ਕਲ ਹੁੰਦਾ ਹੈ ਕਿ ਜਦ ਤੁਸੀਂ ਬ੍ਰੇਕ ਮਾਰਗੇ ਸਿੱਧਾ ਅੱਗੇ ਆ ਜਾਏਗਾ ਸਾਰਾ ਲਿਕਵਿਡ ਟਰੇਸ ਦਿਓਗੇ ਸਾਰਾ ਪਿੱਛੇ ਚਲੇ ਜਾਏਗਾ ਚੜਾਈ ਤੇ ਥੱਲੇ ਉਹ ਚੜਾਈ ਤੇ ਉਤਰਾਹੀ ਤੇ ਅੱਗੇ ਚੜਾਈ ਤੇ ਪਿੱਛੇ ਜੜਾ ਉਤਰਾਹੀ ਤੇ ਅੱਗੇ ਇਸ ਕਰਕੇ ਇੱਕ ਗਲਤ ਕੈਨਨ ਪੇ ਫਾਲਸ ਹੋਇਆ ਕਿ ਪੈਨੋਕਾਰੀ ਕੋ ਨਹੀਂ ਕਰਕੇ ਲਿਆ ਜਾ ਸਕਦੇ ਜਾ ਸਕਦੇ ਫਾਲਸੋ ਇਵਿਕੋਲੀ ਚੇਸਤੇ ਯਰ ਨਿਡੇ ਪਰ ਪ੍ਰਕੋਰੈਂਡੋ ਉਨਾ ਕੋਰਵਾ ਜਿਹੜੀ ਗੱਡੀ ਚੱਲਣ ਲੱਗੀ ਹੈ ਮੋੜ ਦਿੱਤਾ ਸੋਨ ਸਜੇ ਤੂਫਾਨੋ ਮੈਨੋ ਦਲਾ ਇਸ ਪ੍ਰੈਸ਼ੀਓਨੇ ਦਲਕਾਰੀ ਕੋ ਕਨੇ ਪ੍ਰੈਸ਼ਰ ਜਿਹੜਾ ਕਾਰੀ ਕੋ ਦਬਾਓ ਜਿਹੜਾ ਉਹ ਕੱਟ ਜਾਏਗਾ ਵਜ਼ੰਦਾ ਦਲਕਾ ਕੋਜ਼ਾ ਦਲਾ ਸਬਾਤੀਮੈਂਟੋ ਲੇਟਰਾਲੇ ਕਨੇ ਸਬਾਤੀਮੈਂਟੋ ਲੇਟਰਾਲੇ ਕਨੇ ਮੋੜਾਂ ਦੇ ਹੁੰਦਾ ਕਿਉਂਕਿ ਫਿਸਲ ਜਾਣ ਦੇ ਵਜ੍ਹਾ ਨਾਲ ਜਿਹੜਾ ਫਿਸਲਦਾ ਉਛਲਦਾ ਸਾਈਡਾਂ ਤੇ ਚਲਾ ਜਾਂਦਾ ਪਾਣੀ ਲਿਕਵਿਡ ਕੋਈ ਵੀ ਲਿਕਵਿਡ ਜਿਹੜਾ ਵੀ ਹੈ ਤਕਨ ਇਹ ਉਹਦੀ ਵਜਿਨ ਨਾਲ ਪ੍ਰੈਸ਼ਰ ਘਟਦਾ ਹੈ ਗਲਤ ਕਿ ਇਹ ਫਾਲਸ ਹੈ ਪ੍ਰੈਸ਼ਰ ਵੱਧਦਾ ਹੈ ਉਹਦੀ ਵਜਿਨ ਨਾਲ ਗੱਡੀਆਂ ਅਨਸਟੇਬਲ ਹੁੰਦੀ ਹੈ ਇਸ ਕਰਕੇ ਇਹ ਫਾਲਸੋ ਅੱਗੇ ਕਹਿੰਦੇ ਵੀ ਇਹ ਟ੍ਰਾਂਸਪੋਰਟ ਹੋਣ ਜੀ ਫੋਕਸ ਰੱਖਣਾ ਜਿਹੜੇ ਮੈਂ ਤੁਹਾਨੂੰ ਦੱਸਿਆ ਸੀ ਜੀ ਜਿਹੜੀਆਂ ਗੱਡੀਆਂ ਹੈ ਨੇ ਉਹ ਟ੍ਰਾਂਸਪੋਰਟ ਸਪੈਸੀਫਿਕੋ ਇਹਨਾਂ ਦੇ ਨਾਲ ਕਨਫਿਊਜ਼ ਨਹੀਂ ਹੋਣਾ ਉਹ ਸਪੈਸ਼ਲ ਨਾਲ ਅਗਲੇ ਅਗਲਾ ਇਸ ਤਰ੍ਹਾਂ ਸੀ ਨੈਕਸਟ ਪੇਜ ਨੇ ਜਿਹੜਾ ਉਹਦਾ ਸਪੈਸ਼ਲ ਜਦ ਤੁਸੀਂ ਪੜਨਾ ਫਿਰ ਟ੍ਰਾਂਸਪੋਰਟ ਤੋਂ ਸਪੈਸੀਫਿਕ ਨੂੰ ਉਹਦੇ ਨਾਲ ਕਨਫਿਊਜ਼ ਨਹੀਂ ਹੋਣਾ ਇਹ ਤਸਵੀਰ ਜਿਹੜੀ ਹੈ ਇਹ ਤੁਸੀਂ ਜ਼ਿਹਨ ਦੇ ਵਿੱਚ ਬਿਠਾ ਲਓ ਇਹਦੇ ਜਿਹੜੀ ਗੱਡੀਆਂ ਲਕੀਆਂ ਨੇ ਇਹਦੇ ਨੂੰ ਇਹਨਾਂ ਨੂੰ ਜ਼ਿਹਨ ਵਿੱਚ ਬਿਠਾ ਲਓ ਠੀਕ ਹੈ ਇਹ ਤੁਹਾਨੂੰ ਕੁਐਸਚਨਾਂ ਵਿੱਚ ਆਉਣੀਆਂ ਨੇ ਟ੍ਰਾਂਸਪੋਰਟ ਤੋਂ ਸਪੈਸੀਫਿਕ ਤੋਂ ਮਤਲਬ ਯਾਨੀ ਕਿ ਐ ਸਪੈਸੀਫਿਕ ਇੱਕ ਮਟੀਰੀਅਲ ਟ੍ਰਾਂਸਪੋਰਟ ਕਰ ਲਈਏ ਜਾਂ ਐ ਚੀਜ਼ ਟ੍ਰਾਂਸਪੋਰਟ ਕਰ ਲਈਏ ਠੀਕ ਹੈ ਜਿਵੇਂ ਤੁਹਾਨੂੰ ਮਜ਼ਾਰਦ ਦੀ ਮਿਸਾਲ ਦਿੱਤੀ ਬਿਜਾਰ ਕੇ ਦੀ ਬੇਤਨਿਆਰੀ ਦੀ ਜਾਤੀ ਵੀ ਦੀ ਜੈਸੇਰ ਨੇ ਦੀ ਠੀਕੇ ਐਨੀਮਲੀ ਵੀ ਵੀ ਦੀ ਤੇ ਉਸ ਅ ਸਪੈਸ਼ਲ ਹੁੰਦੀ ਹੈ ਗੱਡੀਆਂ ਉਸ ਅ ਸਪੈਸ਼ਲ ਦੇ ਮਰਾਦ ਯਾਨੀ ਕਿ ਸਪੈਸ਼ਲੀ ਇਸਤੇਮਾਲ ਹੁੰਦੀਆਂ ਨੇ ਜਿਵੇਂ ਗੇਮਸਾਂ ਤੋਂ ਗੱਡੀਆਂ ਸਕੋਰਸਸਤਦਾਲੇ ਐਮਬੂਲੈਂਸ ਉਸ ਅ ਸਪੈਸ਼ਲ ਹੇ ਆਤੋ ਪੌਮਪੇ ਕਲਚਿਸਟਰੂਜ਼ੋ ਇਹ ਵੀ ਯੂਜ਼ ਅ ਸਪੈਸ਼ਲ ਹੁੰਦੀਆਂ ਨੇ ਔਰ ਵਿਕੋਲੀ ਵਰ ਨੈਗੋਸ਼ੀਓ ਵਿਕੋਲੀ ਐ ਪਬਲੀਚਿਟਾਰੀ ਔਰ ਬਿਸਤ੍ਰਾਨੀ ਜਿਹੀ ਗੱਡੀਆਂ ਨੇ ਆਤੋ ਗਰੂ ਵਗੈਰਾ ਵਾਲੀਆਂ ਇਹ ਸਾਰੀਆਂ ਯੂਜ਼ ਅ ਸਪੈਸ਼ਲ ਹੁੰਦੀਆਂ ਨੇ ਇਹ ਅਸੀਂ ਪੜਾਂਗੇ ਅੱਗੇ Ora si parla del trasporto specifico, cioè quali sono le Betoniere, atipi, cisterne, bazarche, case mobili di tipo unificato, animali vivi, rifiuti soldi urbani, o di un trasporto specifico. transporto il trasporto di animali vivi? è un di gare che ਇਹ ਰਿਕਵੈਸਟ ਹਾਂ ਦਾ ਇਸਤੇਮਾਲ ਕਰੋ ਦੀ ਬੀਕੋਲੀ ਟ੍ਰਾਂਸਪੋਰਟੋ ਸਪੈਸੀਫੀਕੋ ਜੇ ਤੁਹਾਨੂੰ ਜਾਨਵਰ ਟ੍ਰਾਂਸਪੋਰਟ ਕਰਨਾ ਹੈ ਕੀ ਕਰਨਾ ਹੈ ਟ੍ਰਾਂਸਪੋਰਟੋ ਸਪੈਸੀਫੀਕੋ ਬੀਕੋਲੀ ਕਿਹੜੀ ਗੱਡੀ ਟ੍ਰਾਂਸਪੋਰਟੋ ਸਪੈਸੀਫੀਕੋ ਟ੍ਰਾਂਸਪੋਰਟ ਕਰਨੀ ਹੈ ਦਰੁਸ ਕਿੰ ਆ ਵੀਰ ਆਇਆ ਅਗਿਆ ਨੀ ਬੇ ਇ ਬੀਕੋਲੀ ਦੀ ਰਿਫੂਟੀ ਸੋਲਿਦੀ ਉਰਬਾਨੀ ਰਿਫੂਟੀ ਸੋਲਿਦੀ ਉਰਬਾਨੀ ਜਦ ਤੁਸੀਂ ਗੱਡੀ ਦੇਖੋਗੇ ਜ਼ਹਿਨ ਵਿੱਚ ਆ ਜਾਣਾ ਚਾਹੀਦਾ ਦੋ ਇਸ ਟ੍ਰਾਂਸਪੋਰਟੋ ਸਪੈਸੀਫੀਕੋ ਸੀਗੀ ਕਿ ਨਹੀਂ ਕਨੇ ਰਿਕੈਸਾ ਉਜ਼ਦ ਦੀ ਬਿਕੋਲੀ ਗੱਡੀ ਦੀ ਇਸਤੇਮਾਲ ਕਰਨੀ ਗੱਡੀ ਹੈ ਟ੍ਰਾਂਸਪੋਰਟ ਕਨੇ ਬੇ ਜੇ ਡਿਫਿਊਟੀ ਅਰਬਾਨੀ ਇਸਮਾਲ ਕਰਨ ਦੇ ਰਿਕੈਸਤਾ ਕਰਨਾ ਹੈ ਉਜ਼ ਇਸਤੇਮਾਲ ਕਰਨੀ ਦੀ ਬਿਕੋਲੀ ਗੱਡੀ ਪਰ ਟ੍ਰਾਂਸਪੋਰਟ ਸਪੈਸੀਫੀਕੋ ਦਰਸ ਕਿਨ ਬੇ ਵੇਰਾ ਟ੍ਰਾਂਸਪੋਰਟ ਸਪੈਸੀਫੀਕੋ ਹੀ ਕਰਨੀ ਹੈ ਪਰ ਇਲ ਟ੍ਰਾਂਸਪੋਰਟ ਅਨ ਮਰਚੀ ਦੇ ਪੇਰੀਬਿਲੀ ਇਲ ਰੇਜੀਮੇ ਐਟਿਵੀ ਜੇ ਟ੍ਰਾਂਸਪੋਰਟ ਕਰਦੇ ਹੋ ਮਰਚੀ ਦੇ ਪੇਰੀਬਿਲੇ ਰੇਜੀਮੇ ਐਟਿਵੀ ਐਟਿਵੀ ਦੀ ਜਿਹੜੇ ਅ ਅਨਰਾਉਂਦੀਆਂ ਨੇ a temperatura controllata gi rendene ir richiesta uso las mie e di richiesta استعمال کرو ਤੁਸੀਂ ਪਰ transport to per trasporto specifico ਕਿਹੜੀ ਗੱਡੀ ਸਮਾਨ ਦੇ transport ਵਿਕੋਲਿਤ specific transport specifico ਦਰਸ ਕਿੰ ਭੀ ਹੋ ਰਿਹਾ ਹੈ ਕਨਬੇ ਪਰ transport e mobile di arrendamento mobili di mobili di arrendamento ਹੁੰਦਾ ਜਿਵੇਂ ਕਿ ਫਰਨੀਚਰ ਵਾ ਕਿਸੇ ਜਮ ਦਾ transport ਕਰਨਾ ਸੋਫੇ ਸ਼ੋਫੇ ਇਹ ਵਕਾ ਦਾ ਫਰਨਚਰ ਜੋ ਵੀ ਹੁੰਦਾ ਇਹ transport ਕਰਨ ਲਈ ਇਹ ਰਿਕਵੈਸਟ ਉਹਦਾ لازمی ਤੁਸੀਂ ਇਸਤੇਮਾਲ ਕਰੋ ਵਿਕੋਲੀ ਟ੍ਰਾਂਸਪੋਰਟ ਸਪੈਸੀਫਿਕੋ ਜਿਹੜੀ ਗੱਡੀ ਐ ਟ੍ਰਾਂਸਪੋਰਟ ਸਪੈਸੀਫਿਕ ਹੋਣੀ ਚਾਹੀਦੀ ਐ ਦੇਖੋ ਜੀ ਤੁਸੀਂ ਜਿਹੜਾ ਘਰ ਦਾ ਸਮਾਨ ਵਗੈਰਾ ਕੋਈ ਟ੍ਰਾਂਸਪੋਰਟ ਕਰ ਕਰਦੇ ਹੋਣੇ ਸਾਰੇ ਬੰਦੇ ਤੇ ਕਿੱਧਰ ਕਰਦੇ ਆ ਬੰਦੇ ਤਾਂ ਆਪਣੀ ਗੱਡੀ ਤੇ ਕੀ ਫਰਕ ਉਹਨਾਂ ਦਾ ਕਰ ਲੈਂਦੇ ਨੇ ਤੇ ਉਹਦੇ ਲਈ ਕੋਈ ਟ੍ਰਾਂਸਪੋਰਟ ਸਪੈਸੀਫਿਕੋ ਥੋੜੀ ਚਾਹੀਦੀ ਐ ਗੱਲ ਕਿਨੇ ਫਾਲਸ ਹੋਇਆ ਕਹਿੰਨੇ ਵੀ ਅਗੇ ਇਲ ਕਾਰ ਇਲ ਪਾਰਨ ਟ੍ਰਾਂਸਪੋਰਟ ਉਹਦੀ ਕਾਰ ਦਾ ਕੋਨ ਪਾਲੇ ਪਾਲੇ ਤ ਜੇ ਕੋਈ ਕਾਰ ਦਾ ਪੇਪਰ ਤੁਸੀਂ ਟ੍ਰਾਂਸਪੋਰਟ ਕਰ ਲਗਿਓ ਪਾਲ ਦੇ ਨਾਲ ਕਾਗਜ਼ ਟ੍ਰਾਂਸਪੋਰਟ ਕਾਰਗੇ ਪਾਲਰ ਦੇ ਨਾਲ ਪਾਲਤ ਹੁੰਦਾ ਨਾ ਹੋਈ ਜਿਹੜਾ ਲੱਕੜ ਦਾ ਬਣਿਆ ਹੋਇਆ ਥੱਲੇ ਹੁੰਦਾ ਉਹਦੇ ਉੱਤੇ ਸਮਾਨ ਵਗੈਰਾ ਰੱਖ ਕੇ ਤੇ ਉਹ ਐਲੀਵੇਟਰ ਵਗੈਰਾ ਨਾਲ ਚੱਕ ਕੇ ਤੇ ਪਿਛੇ ਲੈ ਜਾਂਦੇ ਨੇ ਠੀਕ ਹੈ ਕਾਰੀਗਤੋਰੇ ਜਿਹੜਾ ਇਸਤੇਮਾਲ ਕਰਦਾ ਹੈ ਤੇ ਕਾਰੀਗਤੋਰੇ ਉਹਦੇ ਉੱਤੇ ਸਮਾਨ ਰੱਖ ਕੇ ਤੇ ਫਿਰ ਚੱਕ ਕੇ ਟਰਾਕਾ ਸ਼ਿਕਾਇਆ ਰੱਖਦਾ ਹੈ ਕਹਿੰਦੇ ਨੇ ਕਿ ਕਿ ਕਰਤਾ ਪੇਪਰ ਵਗੈਰਾ ਜਾਂ ਇਸ ਤਰ੍ਹਾਂ ਕੋਈ ਵੀ ਸਮਾਨ ਹੋਵੇਗਾ ਪਲੇਟੇ ਉੱਤੇ ਰੱਖਦੇ ਨੇ ਪਾਲੇ ਤੇ ਉੱਤੇ ਰੱਖਦੇ ਨੇ ਇਹ ਉਹ ਚੁੱਕ ਕੇ ਰੱਖਦੇ ਨੇ ਰਿਕਵੈਸਟ ਉਹ ਦੋ ਇਹ ਕਨ ਲਾਜ਼ਮੀ ਇਸਤੇਮਾਲ ਕਰੋ ਵਿਕੋਲੀ ਤਰਾਸਪੋਰਟ ਸਪੈਸੀਫਿਕ ਵੀ ਕੋ ਕੋਈ ਟ੍ਰਾਂਸਪੋਰਟ ਸਪੈਸੀਫਿਕ ਹੋ ਦੇ ਲਈ ਵੀ ਨਹੀਂ ਚਾਹੀਦੀ ਹੁੰਦਾ ਕਿਸੇ ਵੀ ਟਰੱਕ ਵਿੱਚ ਚੱਕ ਰੱਖਦੇ ਹੋਏ ਗਲਤ ਕੰਮ ਫਾਲਸ ਹੋਇਆ ਕਨੇ ਇਲ ਟ੍ਰਾਂਸਪੋਰਟੋ ਦੀ ਕੋਲੇਟਾ ਮੇ ਕੋਲੇ ਕੋਲੇਟਾ ਮਾ ਕੋਲੇਟਾ ਮਾ ਯਾਨੀ ਕਿ ਜਦਾ ਸਮਾਨ ਤੁਸੀਂ ਕਲੈਕਟ ਕੀਤਾ ਹੋਇਆ ਅਗੋ ਪਿੱਛੇ ਉਧਰ ਉਧਰ ਆਇਆ ਜਿਵੇਂ ਕਿ ਇਹ ਕਨੇ ਰਿਕੈਸਟ ਹਾਉਜ਼ ਹੋ ਉਹ ਦੇ ਵਿਕੋਲੀ ਅ ਟ੍ਰਾਂਸਪੋਰਟ ਸਪੈਸੀਫਿਕੋ ਲਾਜ਼ਮੀ ਤੁਸੀਂ ਇਸਤੇਮਾਲ ਕਰੋ ਸਪਾਟ ਟ੍ਰਾਂਸਪੋਰਟ ਸਪੈਸੀਫਿਕੋ ਕੋਲਤਾ ਕੋਲਤਾ ਮੇਂ ਯਾਨੀ ਕਿ ਇੱਕ ਸਮਾਨ ਡੱਬੇ ਡੱਬੇ ਕਾਫੀ ਹੋਣੇ ਛੋਟੇ ਵੱਡੇ ਇਸ ਤਰ੍ਹਾਂ ਦੇ ਇਹਦੇ ਲਈ ਵੀ ਕੋਈ ਯੂਜ਼ ਸਪੈਸ਼ਲ ਨਹੀਂ ਚਾਹੀਦੀ ਨਾਰਮਲ ਟਰੱਕਾਂ ਦੇ ਉੱਤੇ ਹੈ ਟਰਾਂਸਪੋਰਟ ਕਰ ਸਕਦੇ ਇਸ ਕਰਕੇ ਇਹ ਵੀ ਗੱਲ ਕਨਫਾਲਸ ਹੋਇਆ ਚਿਸਟਰਨੇ ਲੈ ਚਿਸਟਰਨੇ ਜਿਹੜੇ ਨੇ ਇਸ ਸੋਨੋ ਵਿਕੋਲੀ ਗੱਡੀਆਂ ਹੁੰਦੀਆਂ ਨੇ ਪਰ ਟਰਾਂਸਪੋਰਟੋ ਸਪੈਸੀਫੀਕੋ ਟਰਾਂਸਪੋਰਟੋ ਸਪੈਸੀਫੀਕੋ ਸੀਪੀਚ ਦੇਖਿਆ ਮੈਂ ਤੁਹਾਨੂੰ ਦੱਸਿਆ ਸੀ ਕਿ ਚਿਸਟਰਨੇ ਵੀ ਐ ਟਰਾਂਸਪੋਰਟੋ ਸਪੈਸੀਫੀਕੋ ਨੈਵੈਰੋ ਹੈ forgoni isotermico forgoni isotermico jele ne per trasporto del patter regime atp jele atp de andar jehdi cheeza aundian ne transport kar laggian ne jad atp de andar aa gae ne zehri kala fer sono vi goli eh gaddian ne per trasporto specifico vi ko dusre kive fer hoya betoniera jele ne betoniera je de vichoj bajri jehnu khuldi hui leke jande hunde sono vi goli classificati per trasporto specifico ek classified gaddian de trasporto specifico vi ko le ਦਰੂਜ ਕੇ ਵੀ ਬੇਰੋ ਯਾਗ ਕੇ ਹੋਰ ਕੋਈ ਚੀਜ਼ ਹੈ ਦੇ ਵਿਚ ਲਾਇਨ ਯਾਸ ਦੇ ਵੀ ਠੀਕ ਹੈ ਕਹਿੰਦੇ ਵੀ ਇਹ ਫਰਗੋਨ ਜਿਹੜੇ ਫਰਗੋਨ ਨੇ ਦੀ ਮਾਸਾ ਮੈਕਸਿਮਟਾਈਜ਼ ਹਤਾ ਸੁਪਰੀਅਰ ਸਰਦ ਰਟਨ ਜਿਨ੍ਹਾਂ ਦਾ ਵਜ਼ਨ ਸਰਦ ਤਿੰਨ ਤਾਂ ਤੋਂ ਸੂਪਰ ਉੱਪਰ ਹੈ ਦੇਖੋ ਜੀ ਵਜ਼ਨ ਦਾ ਦਿਨ ਕੋਈ ਤਲਕ ਨਹੀਂ ਹੈ ਵੀ ਠੀਕ ਹੈ ਕਹਿੰਦੇ ਸੋਨ ਵੀ ਕੋਲੀ ਦੀ ਦੀ ਵੀ ਦਾ ਟ੍ਰਾਂਸਪੋਰਟ ਸਪੈਸੀਫਿਕ ਕਹਿੰਦੇ ਗੱਡੀਆਂ ਨੇ ਟ੍ਰਾਂਸਪੋਰਟ ਸਪੈਸੀਫਿਕ ਹੋ ਗਲਤ ਕਹਿੰਦੇ ਫਾਲਸ ਹੋਇਆ ਇਹ ਗੱਡੀਆਂ ਟ੍ਰਾਂਸਪੋਰਟ ਸਪੈਸੀਫਿਕ ਹੋ ਨਹੀਂ ਹੁੰਦੀਆਂ ਇਸ ਕਰਕੇ ਫਾਲਸ ਹੋ ਹੈਗੇ ਨੇ ਬੇ ਲਿਆ ਤੋਕਰੀ ਦੀ ਮਾਸਾ ਮੈਕਸਿਮਾ ਤ੍ਰਿਜ਼ਾਤਾ ਇਨਫਰੀਓਰੀਏ ਤੇਨਰਮੋਡਿਕ ਕਿਨ ਲਾਤੇ ਜਿਹੜੀ ਗੱਡੀਆਂ ਦਾ ਵਜ਼ਨ 3.5 ਟਨ ਤੋਂ ਘੱਟ ਹੈ ਸੋ ਨਵਿਕੋਲੀ ਪਰਟਰਾਸਪੋਰਟਸ ਸਪੈਸੀਫਿਕ ਹੋ ਇਹ ਗੱਡੀਆਂ ਹੁੰਦੀਆਂ ਨੇ ਟ੍ਰਾਂਸਪੋਰਟ ਸਪੈਸੀਫਿਕ ਹੋ ਗਲਤ ਕਿਨ ਫਾਲਸੋ ਇਹ ਗੱਡੀਆਂ ਟ੍ਰਾਂਸਪੋਰਟ ਸਪੈਸੀਫਿਕ ਕੋ ਨਹੀਂ ਹੁੰਦੀਆਂ ਇਸ ਕਰਕੇ ਵੀ ਫਾਲਸੋ ਕਿਉਂਕਿ ਨਾ 3.5 ਟਨ ਨਾਲ ਥੱਲੇ ਨਾ 3.5 ਟਨ ਉੱਤੇ ਹੈ ਜਿਹੜੀਆਂ ਗੱਡੀਆਂ ਸਪੈਸੀਫਿਕ ਦਸੀਆਂ ਨੇ ਫੋਟੋਆਂ ਦੇ ਵਿੱਚ ਸਿਰਫ ਉਹ ਟ੍ਰਾਂਸਪੋਰਟ ਸਪੈਸੀਫਿਕ ਹੋਣਦੀਆਂ ਨੇ ਇਸ ਕਰਕੇ ਵਜ਼ਨ ਦਾ ਕੋਈ ਚੱਕਰ ਨਹੀਂ ਹੈ ਵੀ ਫਾਲਸੋ che ne vi coli per trasporto specifico che ne vi coli per specifico che possono essere utilizzati per trasporto di semi rimorchio e trasporto di codici e eh, ah, torre una cartona uh, qua c'è un hoiagalta ok Can we... ਈ ਐਂਡ ਥੋੜੇ ਸਾਨੂੰ ਸੈੱਟ ਕਰਨਾ ਪਿਆ ਲਫ਼ਜ਼ ਗਲਤ ਹੈ ਟ੍ਰਾਂਸਪੋਰਟ ਦੀ ਪਰਸੋਨੇ ਆਏ। ਉਹ ਕੀ ਹੋ ਗਿਆ? ਕਹਿੰਦੇ ਨੇ ਇਹ ਵਿਕੋਲੀ ਪਰਤਨਾ ਟ੍ਰਾਂਸਪੋਰਟੋ ਸਪੇਚੀ ਵਿਕੋ ਜਿਹੜੀ ਗੱਡੀਆਂ ਟ੍ਰਾਂਸਪੋਰਟੋ ਸਪੇਚੀ ਵਿਕੋ ਨੇ ਪੋਸਸੋ ਨੇ ਐਸੇਰੇ ਯੂਟਿਲਿਜ਼ਾਤੀ ਕਹਿੰਦੇ ਨੇ ਇਹ ਇਸਤੇਮਾਲ ਹੋ ਸੀ ਗਏ ਟ੍ਰਾਂਸਪੋਰਟੋ ਦੀ ਪਰਸੋਨੇ ਟ੍ਰਾਂਸਪੋਰਟ ਦੇ ਕੋਈ ਟ੍ਰਾਂਸਪੋਰਟ ਸਪੈਸੀਫਿਕ ਕੋਈ ਵੀ ਬੰਦੇ ਟ੍ਰਾਂਸਪੋਰਟ ਕਰਨ ਲਈ ਹੈ ਵੀ ਟ੍ਰਾਂਸਪੋਰਟ ਪਰਸਨਲ ਬੰਦੇ ਟ੍ਰਾਂਸਪੋਰਟ ਕਰਨ ਲਈ ਬੰਦੇ ਟ੍ਰਾਂਸਪੋਰਟ ਲਈ ਬੱਸਾਂ ਆਉਂਦੀਆਂ ਨੇ ਕੋਈ ਵੀ ਅਸੀਂ ਬਾਸ ਕਿਸਮ ਦੀ ਗੱਡੀ ਦੇਖੀ ਹੈ ਟ੍ਰਾਂਸਪੋਰਟ ਸਪੈਸੀਫਿਕ ਕੋਈ ਵੀ ਕੋਈ ਵੀ ਨਹੀਂ ਸੀ ਹੈ ਇਸ ਕਰਕੇ ਇਹ ਵੀ ਗਲਤ ਕਿਨ ਬੀ ਫਾਲਸ ਹੋਇਆ ਹੁਣ ਜੇ ਅੱਗੇ ਗੱਲ ਕਰੀਏ ਉਜ਼ੋ ਸਪੈਸ਼ਲ ਇਹ ਆ ਤੇ ਵਿਗੋਰੀ ਇਹ ਦੂਜਾ ਸਪੈਸ਼ਲ ਇਹ ਆ ਤੇ ਵਿਗੋਰੀ ਇਹ ਦੂਜਾ ਸਪੈਸ਼ਲ ਵਿੱਚ ਕਿਹੜੀਆਂ ਗੱਡੀਆਂ ਆਉਂਦੀਆਂ ਨੇ ਜੀ ਜ਼ੈਨ ਵੀ ਬਿਠਾ ਲ ਜਿਵੇਂ ਪਿੱਛੇ ਉਹਨਾਂ ਨੂੰ ਫੋਟੋ ਦੱਸਿਆ ਸੀ ਇਹ ਵੀ ਤੁਸੀਂ ਜ਼ੈਨ ਵੀ ਬਿਠਾ ਲੈਣਾ ਇਹਦੇ ਉਹ ਜਿਹੜੀ ਗੱਡੀਆਂ ਹੁੰਦੀਆਂ ਹੁੰਦੀਆਂ ਰੰਗ ਰੂਮ ਕਰਨ ਲਈ ਤੁਸੀਂ ਇੱਕ ਪਿਛੇ ਤਿਕਰੇ ਦੇਖੀ ਹੋਣੀਆਂ ਉਹ ਥਲੀਓ ਉਹਦੇ ਪ੍ਰਸਾਖ ਜੀ ਨਿਕਲ ਆਉਂਦੀ ਹੈ ਉੱਤੇ ਉੱਤੇ ਇੱਕ ਸੀੜੀ ਦੇ ਅੰਡੇ ਦੇ ਉੱਤੇ ਉੱਪਰ ਜਗ੍ਹਾ ਬਣੀ ਹੁੰਦੀ ਹੈ ਜਿੱਥੇ ਬੰਦਾ ਆਰਾਮ ਨਾਲ ਖਲੋ ਕੇ ਤਾਂ ਰੰਗ ਰੂਮ ਕਰ ਸਕਦਾ ਹੈ ਜਾਂ ਇਦਾਂ ਦਾ ਕੋਈ ਵੀ ਕੰਮ ਸੇ ਕੰਮ ਕਾਜ ਹੋਵੇ ਤੇ ਇਹ ਸਪੈਸ਼ਲ ਗੱਡੀਆਂ ਕਿਉਂਕਿ ਉਹ ਜ਼ੋ ਸਪੈਸ਼ial ਹੈ ਸਪੈਸ਼ially ਇਸ ਕੰਮ ਲਈ ਹੀ ਇਸਤੇਮਾਲ ਹੁੰਦੀਆਂ ਨੇ ਗੱਡੀਆਂ ਇਸ ਕਰਕੇ ਨੂੰ ਕਹਿੰਦੇ ਨੇ ਵਿਤਵਿਕੋਲੀ ਜਾਂ ਦੂਜੋ ਸਪੈਸ਼ial ਹੈ ਅੱਗੇ ਕਹਿੰਦੇ ਨੇ ਵੇ ਉਹ ਸਪੈਸੀਫਿਕ ਕੰਮ ਸਪੈਸੀਫਿਕ ਕੰਮ ਲਈ ਇਸਤੇਮਾਰ ਹੋ ਰਹੀ ਹੈ ਪਿੱਛੇ ਤੇ ਯਾਨੀ ਕਿ ਸਪੈਸੀਫਿਕ ਚੀਜ਼ ਟ੍ਰਾਂਸਪੋਰਟ ਕਰਨੀ ਸੀ ਇਹ ਚੀਜ਼ ਟ੍ਰਾਂਸਪੋਰਟ ਕਰਨੀ ਇਹ ਜਿਹੜੀਆਂ ਨੇ ਇਹ ਯੂਜ਼ ਸਪੈਸ਼ਲ ਯੂਜ਼ ਸਪੈਸ਼ਲ ਨੇ ਠੀਕ ਹੈ ਉਸ ਟ੍ਰਾਂਸਪੋਰਟ ਦਾ ਸਪੈਸੀਫਿਕ ਹੋਣਾ ਇਹ ਹੁਣ ਜਿਹੜੀ ਐਸਸੀ ਪਰ ਲੱਗੇ ਆ ਇਹ ਯੂਜ਼ ਸਪੈਸ਼ਲ ਨੇ ਠੀਕ ਹੈ ਜਿਵੇਂ ਕਿ ਅੱਗੇ ਸਾਡੇ ਕੋਲ ਦੂਜੀ ਨੰਬਰ ਤੇ ਗੱਡੀ ਹੈ ਵੀਕਲ ਇਸ ਕੋਰਸਸ ਰਲੇ ਰੋਡ ਤੇ ਮਤ ਕਰਨ ਵਾਲੀ ਹੁਣ ਜਿਹੜਾ ਬੀਜ਼ਾਰ ਕੇ ਨੇ ਉਹ ਵੀ ਟ੍ਰਾਂਸਪੋਰਟ ਕਰਨ ਦੀ ਗੱਡੀਆਂ ਨੇ ਲੇਕਿਨ ਉਹਦਾ ਪਰਪਸ ਹੈ ਨਵੀਆਂ ਗੱਡੀਆਂ ਟ੍ਰਾਂਸਪੋਰਟ ਕਰਨਾ ਤਾਂ ਉਹ ਉਹ ਨਵੀਆਂ ਗੱਡੀਆਂ ਟਰਾਂਸਪੋਰਟ ਕਰਕੇ ਸ਼ੋਅਰੂਮਾਂ ਤੋਂ ਛੱਡਦੇ ਨੇ ਉਹਨਾਂ ਦਾ ਪਰਪਸ ਹੋ ਰਿਹਾ ਹੈ ਇਹ ਸਕੋਰਸ ਸਤਾਲੀ ਰੋਡ ਤੇ ਮਦਦ ਕਰਨ ਲਈ ਨੇ ਇਹ ਦੋਵੇਂ ਭਾਵੇਂ ਟਰਾਂਸਪੋਰਟ ਕਰਦੇ ਨੇ ਲੇਕਿਨ ਇਹ ਗੱਡੀ ਜਿਹੜੀ ਹੈ ਸਕੋਰਸ ਸਤਾਲੀ ਰੋਡ ਤੇ ਮਦਦ ਕਰਨ ਲਈ ਹੈ ਇਸ ਕਰਕੇ ਇਹਨੂੰ ਯੂਜ਼ ਆਫ ਸਪੈਸ਼ਲ ਕਹਾਂਗੇ ਉਹਨੂੰ ਜ਼ਰੂਰ ਸਪੈਸ਼ਲ ਨਹੀਂ ਉਹ ਟਰਾਂਸਪੋਰਟ ਸਪੈਸੀਫਿਕ ਹੋਇਆ ਠੀਕ ਹੈ ਇਹ ਯੂਜ਼ ਆਫ ਸਪੈਸ਼ਲ ਹੈ ਕਿਉਂਕਿ ਇਹਨਾਂ ਨੂੰ ਛੂਟ ਹੁੰਦੀ ਹੈ ਕੋਈ ਇਹ ਜਿਹੜੀ ਸਕੋਰਸ ਸਤਾਲੀ ਵੀ ਹੁੰਦੀ ਹੈ ਕੋਰੋਂ ਤੱਕ ਇਰਾਫ ਵਗੈਰਾ ਤੋਂ ਇਹ ਇਗਲੀਮਿਟਿਡ ਜਿਵੇਂ ਕਿ 100 ਕਿਲੋਮੀਟਰ ਦੇ ਅੰਦਰ ਅੰਦਰ ਇਹ ਚਲਦੀਆਂ ਨੇ ਤੇ ਇਸ ਤੋਂ ਅੱਗੇ ਸਾਡੇ ਕੋਲ ਗੱਡੀ ਆਮਬੂਲੈਂਸ ਜਿਹੜੀ ਇਹ ਵੀ ਉਸ ਅ ਸਪੈਸ਼ਲ ਹੀ ਹੁੰਦੀ ਹੈ ਜੀ ਇਸ ਤੋਂ ਇਲਾਵਾ ਜੀ ਆਤੋ ਗੁਰੂ ਜਿਹੜੀ ਗੱਡੀ ਹੁੰਦੀ ਹੈ ਤੋ ਗੁਰੂ ਵਾਲੀ ਗੁਰੂ ਜਿਹੜੀ ਚੱਕ ਜਿਦਾਂ ਕਭ ਜਹਾ ਕਰਦੀ ਹੈ ਉਹ ਵੀ ਉਸ ਅ ਸਪੈਸ਼ਲ ਹੀ ਹੁੰਦੀ ਹੈ ਇਹ ਤੋਂ ਇਲਾਵਾ ਆਤੋ ਸਪੈਸ਼ਲ ਜਿਹੜੀ ਸਫਾਈ ਕਰਨ ਵਾਲੀ ਗੱਡੀ ਜਿਹੜੀ ਵੀ ਉਸ ਅ ਸਪੈਸ਼ਲ ਹੀ ਹੁੰਦੀ ਹੈ ਇਹ ਇਸ ਤੋਂ ਬਾਅਦ ਇਕੋਲੀ ਅੰਤੀ ਚੈਂ ਦਿਓ ਯਾਨੀ ਕਿ ਫਾਇਰ ਬਰਗੇਟ ਦੀ ਜਿਹੜੀਆਂ ਗੱਡੀਆਂ ਹੁੰਦੀਆਂ ਨੇ ਉਹ ਵੀ ਉਜ਼ਰ ਸਪੈਸ਼ਲ ਹੁੰਦੀਆਂ ਨੇ ਇਹਦੇ ਦੁਲਾਵਾ ਇਹ ਵੀ ਕੋਲੀ ਪਰ ਉਜ਼ੋ ਪਬਲਿਸ਼ਟਰੀ ਪਬਲਿਸਿਟੀ ਲਈ ਤੁਸੀਂ ਕਈ ਵਾਰ ਟਰੱਕ ਦੇਖਦੇ ਹੋ ਇਹ ਵੀ ਉਜ਼ੋ ਸਪੈਸ਼ਲ ਹੁੰਦੀਆਂ ਨੇ ਔਰ ਇਹਦੇ ਦੁਲਾਵਾ ਅੱਗੇ ਇਹ ਵੀ ਕੋਲੀ ਪਰ ਉਜ਼ੋ ਨੈਗੋਸ਼ੀਓ ਔਰ ਜਿਹੜੀ ਨੈਗੋਸ਼ੀਓ ਯਾਨੀ ਕਿ ਦੁਕਾਨਾਂ ਲਈ ਇਸਤੇਮਾਲ ਹੁੰਦੀਆਂ ਨੇ ਗੱਡੀਆਂ ਕਈ ਹੁੰਦੀਆਂ ਨੇ ਟਰੱਕ ਲਾਗਦਾ ਹੈ ਉਧਰੋਂ ਉਧਰੋਂ ਖੋਲ ਦਿੰਦੇ ਨੇ ਟਰੱਕਾਂ ਨੂੰ ਤੇ ਵਿੱਚ ਉਹ ਕਪੜੇ-ਫਪੜੇ ਵੇਚੀ ਜਾਂਦੇ ਨੇ ਮਾਰਕੀਟਾਂ ਮਰਸ਼ੀ ਮੁਰਸ਼ੀ ਵਿੱਚ ਆਮ ਤੌਰ ਤੇ ਤੁਹਾਨੂੰ ਮਿਲ ਜਾਂਦੀਆਂ ਨੇ ਉਹ ਹੁੰਦੀਆਂ ਨੇ ਉਜ਼ੋ ਨ ਇਕਨਾਂ ਦੇ ਇਹ ਲੈ ਤ੍ਰਤੀਜੀ ਸੜਕਾਂ ਦੇ ਜਿਹੜੇ ਟਰੈਕਟਰ ਨੇ ਰੋਡ ਦੇ ਰੇ ਸੋਨਾਂ ਵੀ ਕਾਲੀ ਪਰ ਹੂਜ਼ ਉਹ ਸਪੈਸ਼ਲ ਹੈ ਕਿਨੇ ਗੱਡੀਆਂ ਨੇ ਹੂਜ਼ ਸਪੈਸ਼ਲ ਦੇ ਲਈ ਟਰਟੋ ਤ੍ਰਤੀਜੀ ਸੜਕਾਂ ਲਈ ਤ੍ਰਤੀਜੀ ਸੜਕਾਂ ਜਿਹੜੇ ਹੁੰਦੇ ਨੇ ਨਾ ਇਹ ਹੁੰਦੇ ਨੇ ਵੱਡੇ ਟਰੱਕ ਜਿਹੜੇ ਆਤੁਰਤੀ ਗਲਾਤੀ ਲਈ ਯੂਜ਼ ਹੁੰਦੇ ਨੇ ਨਾ ਜਿਹੜੇ ਆਤੁਰਤੀ ਗਲਾਤੀ ਲਈ ਯੂਜ਼ ਹੁੰਦੇ ਨੇ ਉਹ ਕਿਉਂ ਹੂਜ਼ ਸਪੈਸ਼ਲ ਹੁੰਦੇ ਨੇ ਉਹ ਇਸ ਵਾਸੇ ਹੂਜ਼ ਸਪੈਸ਼ਲ ਹੁੰਦੇ ਨੇ ਕਿਉਂਕਿ ਉਹ ਟਰੱਕ ਤਰਾਤਰੀ ਸਰਦਾਲ ਜਿਹੜੇ ਨੇ ਇਹ ਉਤਰ ਜਾਂਦੇ ਨੇ ਠੀਕ ਹੈ ਉਤਾਰ ਕੇ ਤੁਸੀਂ ਕਿਸੇ ਵੀ ਦੂਸਰੀ ਗੱਡੀ ਦੇ ਵਿੱਚ ਹੈ ਇਹਨਾਂ ਨੂੰ ਲਾ ਸਕਦੇ ਹੋ ਯਾਨੀ ਕਿ ਸੋਰੀ ਗੱਡੀ ਨੀ ਰਿਮੋਰਕ ਦੇ ਵਿੱਚ ਹੈ ਸਭੀ ਰਿਮੋਰਕ ਇਹਨਾਂ ਨਾਲ ਲੱਗਦੇ ਆਤੁਰਤੀ ਕੁਲਾਤ ਜਿਹੜਾ ਹੁੰਦਾ ਨਾ ਇਹਦੇ ਵਿੱਚ ਤਰਾਤਰੀ ਸਰਦਾਲ ਜਿਹੋ ਸਭੀ ਰਿਮੋਰਕ ਦੇ ਦੋ ਐਲੀਮੈਂਟ ਹੁੰਦੇ ਨੇ ਠੀਕ ਹੈ ਜੀ ਜਿੰਨਾਂ ਦੇ ਬਾਰੇ ਅਸੀਂ ਅੱਗੇ ਹੋਰ ਕੁਐਸਚਨ ਵੀ ਪੜ੍ਹਨੇ ਨੇ ਕੀ ਕੀ ਹੁੰਦੇ ਨੇ ਇੱਕ ਤਰਤਰੀ ਤੇ ਤਰਤਰੀ ਚਿ ਸਟਰਾਡਾਲੀ اور ਦੂਜਾ ਸਮੀਰ ਮੋਰਕਿਓ ਇਹਨਾਂ ਦੀ ਖੂਬੀ ਹੁੰਦੀ ਹੈ ਇਹ ਉਹ ਜ਼ ਸਪੈਸ਼ialੀ ਵੀ ਜਾਂਦੇ ਨੇ ਕਿ ਇਹ ਜਦ ਤੁਸੀਂ ਕਿਤੇ ਜਾਂਦੇ ਹੋ ਨਾ ਅਹ ਟ੍ਰਾਂਸਪੋਰਟ ਕਰਨੀ ਜੋ ਚੀਜ਼ ਜਦ ਵੀ ਉੱਥੇ ਜਾ ਕੇ ਖਲੋਣਾ ਹੈ ਤੁਹਾਨੂੰ ਉੱਥੇ ਜਾ ਕੇ ਤੇ ਸ਼ਿਕਾਰੀ ਕਿ ਕਰਨ ਲਈ ਰੁਕਣ ਦੀ ਲੋੜ ਨਹੀਂ ਹੈ ਤੁਸੀਂ ਸਮਾਰ ਸਮੀ ਰਿਮੋਰਕ ਨੂੰ ਉਤਾਰੋਗੇ ਦੂਸਰੇ ਨਾਲ ਕਲੈਕ ਸਮੀ ਰਿਮੋਰਕ ਨੂੰ ਕਨੈਕਟ ਕਰੋਗੇ ਤਾਂ ਤੁਸੀਂ ਤਰਤੋਰੀ ਸਟਰਾਡਾਲੀ ਇਹ ਦੂਜਾ ਜਿਹੜਾ ਕਿ ਜੇ ਮੀਰ ਮੋਰ ਕੇ ਉਦਨਾ ਕਨੈਕਟ ਕਰਕੇ ਤੁਸੀਂ ਤੇ ਤੁਹਾਨੂੰ ਯਾਨੀ ਕਿ ਸਕਾਰੀ ਕੋ ਕਰਾਣ ਲਈ ਰੁਕਣ ਦੀ ਲੋੜ ਨਹੀਂ ਪੈਣ ਲੱਗੀ ਐ ਵੀ ਤਰਾਟੋਰੀ ਸਰਦਾਲੀ ਸੋਨੋ ਵਿਕੋਲੀ ਬਾਰੂਸੋ ਸਪੈਸ਼ਿਆਲੀ ਜਿਵੇਂ ਬੈਲ ਨੂੰ ਦੱਸਿਆ ਤੁਹਾਨੂੰ ਦੱਸ ਰਿਹਾ ਇਹ ਜਿਹੜੀ ਗੱਡੀਆਂ ਤਰਾਟੋਰੀ ਸਰਦਾਲੀ ਇਹ ਵਿਕੋਲੀ ਉਜ਼ ਸਪੈਸ਼ਿਆਲੀ ਵੀ ਜਾਂਦੀਆਂ ਦਰਸ ਕੇ ਮੈਂ ਬੇਰ ਹੋਇਆ ਅਤਵਗੋਲੀ ਸਕੋਰਸ ਸਰਦਾਲੀ ਜਦੋਂ ਤੁਸੀਂ ਗੱਡੀਆਂ ਜਿਹੜੀ ਹੱਥ ਸਕੋਰਸ ਸਰਦਾਲੀ ਹੁੰਦੀਆਂ ਨੇ ਵੀ ਯੂਜ਼ ਸਪੈਸ਼ਿਆਲੀ ਨੇ ਸੋਨੋ ਵਿਕੋਲੀ ਬਾਰੂਸੋ ਸਪੈਸ਼ਿਆਲੀ ਇਹ ਵੀ ਵਿਕੋਲੀ ਯੂਜ਼ ਸਪੈਸ਼ਿਆਲੀ ਹੈ ਦਰਸ ਕੇ ਮੈਂ ਬੇਰ ਹੋਇਆ ਇਹ ਟ੍ਰਾਟੋਰੀ ਸਰਦਾਲੀ ਜਿਹੜੇ ਨੇ ਅਤੌਤਿਕਲਾਤੀ ਦਾ ਅਗਲਾ ਟਰੱਕ ਹੁੰਦੇ ਸਮੀਰ ਮੋਰਗਿੰਚਾੜਗੇ ਉਹਨੂੰ ਟ੍ਰਾਟੋਰੀ ਸਰਦਾਲੀ ਕਹਿੰਦੇ ਨੇ ਇਹ ਨਜ਼ਰ ਇਹ ਵਿੱਚ ਰੱਖਣਾ ਵੀ ਇਹ ਯੂਜ਼ ਦ ਸਪੈਸ਼ਿਆਲੇ ਵਿੱਚ ਹੈ ਠੀਕ ਹੈ ਆਤ ਵੀ ਕੋਲੀ ਟ੍ਰਾਂਸਪੋਰਟ ਸਰਦਾਲੇ ਇਹ ਵੀ ਯੂਜ਼ ਦ ਸਪੈਸ਼ਿਆਲੇ ਵਿੱਚ ਹੈ ਆਤੋ ਪੋਂਪੇ ਜਿਹੜਾ ਮੈਂ ਸਭ ਤੋਂ ਪਹਿਲੇ ਤੁਹਾਨੂੰ ਦੱਸਿਆ ਜੀ ਕੱਲ ਕੱਲ ਚੇਸਟਰੂਜ਼ੋ ਸੁਨੋ ਵੀ ਕੋਲੀ ਪਰ ਯੂਜ਼ ਦ ਸਪੈਸ਼ਿਆਲੇ ਦੋਸ ਕੇ ਵੀ ਰਹਾ ਇਹ ਵੀ ਯੂਜ਼ ਦ ਸਪੈਸ਼ਿਆਲੇ ਵਿੱਚ ਜਾਂਦੇ ਨੇ ਬੇਤੁਨੀਅਰ ਆ ਹੁਣ ਇਹ ਕਨਫਿਊਜ਼ ਕਰ ਲਈ ਇਹਨਾਂ ਨੇ ਪਾਇਆ ਬੇਤੁਨੀਅਰ ਜਿਹੜੇ ਹੁੰਦੇ ਨਾ ਇਹ ਟਰਾਂਸਪੋਰਟ ਸਪੈਸੀਫਿਕ ਹੋਏ ਉਹ ਦਾ ਸਪੈਸ਼ਲ ਨਹੀਂ ਹੈ ਕਹਿੰਦੇ ਸਾਨੂੰ ਵੀ ਕੋਈ ਉਹ ਦਾ ਸਪੈਸ਼ਲ ਹੈ ਗਲਤ ਨਹੀਂ ਫਾਲਸ ਹੋਇਆ ਉਹ ਦਾ ਸਪੈਸ਼ਲ ਨਹੀਂ ਹੈ ਵੀ ਕਹਿੰਦੇ ਵੀ ਕੋਈ ਮਿੰਨਤੀ ਦੀ ਅਤਰੇਜ਼ਾਤੂਰਾ ਪਿਆਰ ਟਰਾਂਸਪੋਰਟ ਤੋਂ ਦੀ ਕੰਟੇਨਰ ਜਿਹੜੀ ਗੱਡੀਆਂ ਟਰਾਂਸਪੋਰਟ ਕਰ ਲੈਣੀ ਕੰਟੇਨਰ ਸਾਨੂੰ ਵੀ ਕੋਈ ਉਹ ਦਾ ਸਪੈਸ਼ਲ ਹੈ ਕੰਟੇਨਰ ਟਰਾਂਸਪੋਰਟ ਕਰਨ ਲਈ ਜਿਹੜੀ ਗੱਡੀਆਂ ਨੇ ਕਹਿੰਦੇ ਉਹ ਸਪੈਸ਼ਲ ਹੈ ਗਲਤ ਨਹੀਂ ਫਾਲਸ ਹੈ ਕੰਟੇਨਰ ਟਰਾਂਸਪੋਰਟ ਕਰ ਲੈਣੀ ਨਾ ਆਮ ਟਰੱਕ ਵੀ ਕਰ ਸਕਦੇ ਉਹਨਾਂ ਨੂੰ ਟਰਾਂਸਪੋਰਟ ਇਸ ਕਰਕ ਏ ਉਸ ਸਪੈਸ਼ialੇ ਨਹੀਂ ਹੋਣ ਕਾਜ਼ਮਬੀਲ ਔਰ ਕੰਟੇਨਰ ਟ੍ਰਾਂਸਪੋਰਟ ਕਰਨ ਵਾਲੀ ਉਸ ਸਪੈਸ਼ialੇ ਨਹੀਂ ਹੋਣ ਲਗੀਆਂ ਇਸ ਕਰਕੇ ਫਾਲਸੋ ਇਹ ਆਤਵਿਕ ਵਿਕੋਲੀ ਯਾਤਰੀ ਜਾਤੀ ਪਰ ਇਹ ਟ੍ਰਾਂਸਪੋਰਟ ਹੋਏ ਐਸਕਲੂਜੀਵਾ ਦੀ ਐਨੀਮਾਲੀ ਵੀ ਵੀਸ ਖਾਸ ਤੌਰ ਤੇ ਜਿਹੜੀ ਗੱਡੀਆਂ ਜੀਵਾਂ ਦੇ ਜਾਨਵਰਾਂ ਨੂੰ ਟ੍ਰਾਂਸਪੋਰਟ ਕਰਨ ਵਾਲੀਆਂ ਨੇ ਸੋ ਇਹਨ ਵਿਕੋਲੀ ਪਰ ਉਸ ਸਪੈਸ਼ialੇ ਇਕਨ ਵਿਕੋਲੀ ਉਸ ਸਪੈਸ਼ialੇ ਨਹੀਂ ਇਹ ਟ੍ਰਾਂਸਪੋਰਟ ਉਸ ਸਪੈਸੀਫਿਕੋ ਕਮਾਗੇਨੋ ਉਸ ਸਪੈਸ਼ialੇ ਅਨੀ ਮਾਲੀ ਵੀ ਵੀ ਵਾਲੀ ਗੱਡੀ ਨਹੀਂ ਹੈ ਇਸ ਸਰگە ਫਾਲਸੋ ਅੱਗੇ ਆਗੇ ਜੀ ਸਾਡੇ ਕੋਲ ਨੈਕਸਟ ਕੰਪਲੈਕਸਿਟੀ ਵਿਕੋਲੀ ਕੰਪਲੈਕਸਿਟੀ ਵਿਕੋਲੀ ਦੇਖੋ ਜੀ ਜਿਵੇਂ ਕਿ ਖਾਸ ਤੌਰ ਤੇ ਮੈਂ ਤੁਹਾਨੂੰ ਦੱਸਿਆ ਹੋਇਆ ਹੈ ਤ੍ਰਤੋ ਰਿਸਤਰਾਦਾਲੀ ਜਿਵੇਂ ਅਟੋਰਟਿਕੁਲਟਾ ਹੁੰਦੀ ਹੈ ਨਾ ਉਹਦੇ ਵਿੱਚ ਕੀ ਆਉਂਦੀਆਂ ਦੋ ਚੀਜ਼ਾਂ ਤ੍ਰਤੋ ਰਿਸਤਰਾਦਾਲੀ ਔਰ ਸੈਮੀ ਰਿਮੋਰਗੀ ਠੀਕ ਹੈ ਇਹਦੀ ਕੀ ਹੋ ਵੀ ਇਹੋ ਵੀ ਹੁੰਦੀ ਜਿਵੇਂ ਮੈਂ ਤੁਹਾਨੂੰ ਦੱਸ ਗਿਆ

ਯਾਨੀ ਕਿ ਇਹ ਸਫ਼ਰ ਦੇ ਦੌਰਾਨ ਇਹਦੇ ਤੋਂ ਅਲੱਗ ਹੋ ਸਕਦਾ ਹੈ ਯਾਨੀ ਕਿ ਸਮੀਰ ਮੋਰਕੀ ਜਿਹੜਾ ਤਰਤੋ ਰਿ ਸਰਦਾਲੀ ਹੈ ਇਹ ਸਮੀਰ ਮੋਰਕੀ ਨੂੰ उतारेगा ਔਰ ਦੂਜੇ ਯਾਨੀ ਕਿ ਸਕਾਰੀ ਕੋ ਕਰਨ ਲਈ ਕਿਉਂਕਿ ਸਮੀਰ ਮੋਰਕੀ ਬੜਾ ਬੜਾ ਬਹੁਤ ਬੜਾ ਹੁੰਦਾ ਹੈ ਇਸ ਸਕਾਰੀ ਕੋ ਕਰਨੀ ਵੀ ਬਹੁਤ ਟਾਈਮ ਚਾਹੀਦਾ ਹੈ ਔਰ ਟਾਈਮ ਜਿਹੜਾ ਹੈ ਤਰਤੋ ਰਿ ਸਰਦਾਲੀ ਨੂੰ ਰੁਕਣੇ ਦੀ ਲੋੜ ਨਹੀਂ ਹੈ ਵੀ ਉਹ ਸਮੀਰ ਮੋਰਕੀ ਨੂੰ उतारेगा ਔਰ ਆਪਣਾ ਜੇ ਚਾਹੀਦਾ ਤਾਂ ਦੂਸਰੇ ਨਾਲ ਕਨੈਕਟ ਕਰੇਗਾ ਔਰ ਸਿੱਧਾ ਆਪਣਾ ਕੰਮ ਸ਼ੁਰੂ ਕਰ ਦੇਗਾ ਠੀਕ ਹੈ ਇਸ ਕਰਕੇ ਟ੍ਰਾਂਸਪੋਰਟ ਇੰਟਰਮਦਾਲੇ ਯਾਨੀ ਕਿ ਇੰਟਰਮਦਾਲੇ ਟ੍ਰਾਂਸਪੋਰਟ ਯਾਨੀ ਕਿ ਇਹ ਇੰਟਰਮੋਡਲ ਇਹ ਦਰਮਦਾਲਿਤ ਯੂਰਤ ਤੌਰ ਤੇ ਯੂਜ਼ ਹੋ ਸਕਦਾ ਹੈ ਯਾਨੀ ਕਿ ਅ ਪਿਛਲਾ ਟਰੱਕ ਲਾ ਕੇ ਜਾਂਦਾ ਇਥੇ ਸਮਾਨ ਸਮੀਰ ਮੋਰਕਿਓ ਆਪਣਾ ਇਥੋਂ ਮੈਂ ਚੱਕਦਾ ਅੱਗੇ ਲੈ ਕੇ ਜਾਂਦਾ ਅੱਗੇ ਚੱਕਦਾ ਅੱਗੇ ਲੈ ਕੇ ਜਾਂਦਾ ਠੀਕ ਹੈ ਇਸका करके इंटरमोडल तौर पे यूज हो सकता है यानी कि ए अपना समीर मोरकियो मान लो जाके तो उतार देता है ए 베ਰੀ ਗਾਜ਼ ਦੇ ਵਿੱਚ ਇੰਟਰਮੋਡਲ ਦੀ ਕਟਕਰੀ ਵਿੱਚ ਆ ਜੀ ਠੀਕ ਹੈ ਕਿਉਂਕਿ ਇੱਧਰ ਬਾਦ 베ਰੀ ਵਿੱਚ ਹੋ ਜਾਏਗੀ ਫਿਰ ਅੱਗੇ ਲਵੇਗੀ ਅੱਗੇ ਲਾ ਕੇ ਦੂਜਾ ਜਿਹੜਾ ਟਰੱਕ ਤਰ੍ਹਾਂ ਤੋਂ ਇਸਦਾ ਲਏ ਉਹ ਨੂੰ ਪੜੇਗਾ ਸਮੀਰ ਮੋਰਗ ਨੂੰ ਉਹ ਗੱਲ ਹੈ ਜਗਾ ਠੀਕ ਹੈ ਤੇ ਇਹਦੇ ਵਿੱਚ ਇਹ ਖੂਬੀ ਹੁੰਦੀ ਹੈ ਕਿ ਤੁਹਾਨੂੰ ਸਕਾਰਿਕੋ ਕਰਨ ਲਈ ਤੁਹਾਨੂੰ ਰੁਕਣ ਦੀ ਲੋੜ ਨਹੀਂ ਹੈ ਵੀ ਠੀਕ ਹੈ ਤੇ ਇਹਦੇ ਤੋਂ ਇਲਾਵਾ ਆਤੋਰਟੀਕੁਲਾਤੀ ਸੋਰੀ ਆਤੋ ਟੋਟਿਕਲਾਤੀ ਦੀ ਗੱਲ ਕਰ ਰਿਹਾ ਸੀ ਸੀ ਆਤੋ ਟ੍ਰੇਨਿੰਗ ਆਤੋ ਟ੍ਰੇਨਿੰਗ ਵੀ ਫਰਾਜ਼ਿਓਨੇਮੈਂਟੋ ਦਲਕਾਰੀ ਕੋ ਕਰ ਸਕਦਾ ਹੈ ਲੇਕਿਨ ਦਲਕਰ ਲੇਕਿਨ ਉਹ ਹੈ ਫਰਾਜ਼ਿਓਨੇਮੈਂਟ ਤਲਕਾਰੀ ਕੋ ਇਹ ਹੈਗਾ ਫਰਾਜ਼ਿਓਨੇਮੈਂਟ ਦਲ ਦਲ ਵਿਆਜਿਓ ਇੱਕ ਕਾਰੀ ਕੋ ਇਹ ਉਤਾਰ ਸਕਦਾ ਹੈ ਇਹ ਫਰਾਜ਼ਿਓਨੇਮੈਂਟ ਫ ਫ੍ਰੈਜ਼ੀਓਨAMENTE ਦਾ ਕਰੀਕੋ ਨੂੰ ਕਹਾਂਗੇ ਉਹਨੂੰ ਕਹਾਂਗੇ ਫ੍ਰੈਜ਼ੀਓਨ ਵਿੱਚ ਦਾਲ ਬਿਆਜਿਓ ਤੇ ਇਹਦੇ ਵਿੱਚ ਜਿਹੜਾ ਆਤੋ ਆਰਟੀਕੁਲਾਤੀ ਹੈ ਇਹਦੇ ਵਿੱਚ ਚੀਜ਼ਾਂ ਆਤੋ ਤ੍ਰੇਨੀ ਦੇ ਮੁਕਾਬਲੇ ਜ਼ਿਆਦਾ ਨਹੀਂ ਲੇਕਿਨ ਚੀਜ਼ਾਂ ਇਹਦੇ ਮੁਕਾਬਲੇ ਚ ਜਿਹੜੀਆਂ ਨੇ ਉਹ ਸਪੇਸ ਇਹਦੇ ਵਿੱਚ ਜ਼ਿਆਦਾ ਹੁੰਦਾ ਹੈ ਠੀਕ ਹੈ ਲੇਕਿਨ ਜੇ ਛੋਟੀਆਂ ਚੀਜ਼ਾਂ ਤੁਸੀਂ ਰੱਖਣੀਆਂ ਜ਼ਿਆਦਾ ਰੱਖਣਾ ਚਾਹੁੰਦੇ ਤਾਂ ਫਿਰ ਤੁਹਾਡੇ ਲਈ ਆਤੋ ਤ੍ਰੇਨੀ ਜ਼ਿਆਦਾ ਸੂਟੇਬਲ ਹੋਵੇਗੀ कहने वे दी आतो कला थी में मेहनत इन दाह वे कहें इस्तेमाल करना आत ठीक है जी मैं पहली तो दसी थी यु खास तौर पर इंडीकेट करता है कि नलका नलका ट्रांसपोर्ट इंटर मोड मौद, मोड़ाले इंटर मोड़ाले जे तुम ट्रांसपोर्ट करते हो ते, तो इंत्र मुदाले तो वो भी होंगे जिमें कि तुम इतों छड़ के आ गए अपने चीज़ समान अगे अगे अगू कोई होर लैके जाएगा उसको अगर कोई होर लैके जाएगा ठीक इंत्र मोदाले को कहें ठीक है ਦਰਸ ਕੇ ਵੀਰ ਹੋਇਆ ਕਿ ਕੇ ਛੱਡ ਗਿਆ ਆਜ ਆਉਂਦੇ ਨੇ ਛੱਡ ਕੇ ਆ ਸਕਦੇ ਨੇ ਕਿਉਂਕਿ ਇਹਨਾਂ ਨੂੰ ਉਸ ਕਾਰੀ ਕੋ ਕਰਨ ਲਈ ਕਰਾਣ ਲਈ ਤਰਤਰੀ ਸਰਦਾਰੀ ਨੂੰ ਜਿਹੜੇ ਨੇ ਆਤੋ ਆਰਟੀਕੁਲਾਤੀ ਦੇ ਅੱਗੇ ਜੇ ਟਰੱਕ ਲੱਗੇ ਹੁੰਦਾ ਉਹਨੂੰ ਰੁਕਣ ਦੀ ਲੋੜ ਨਹੀਂ ਹੁੰਦੀ ਇਸ ਕਾਰੀ ਕੋ ਕਰਨ ਲਈ ਠੀਕ ਹੈ ਇਸ ਕਰਕੇ ਇਹ ਇਹਦੇ ਲਈ ਇਸਤੇਮਾਲ ਹੋਣਾ ਦਰਸ ਕੇ ਵੀਰ ਹੋਇਆ ਐ ਉਦੋ ਉਦਦਲਾ ਆਤੋ ਆਰਟੀਕੁਲਾਤੀ ਪਾਰਟੀਕੁਲਰਮੈਂਟੇ ਇੰਡੀਕਾਟੋ ਕਾਸੋ ਦੇ ਕਿ ਗ੍ਰਦੇ ਕਿ ਫਰਾਜੀਓ ਨੇ ਮੈਂ ਤੇ ਦਲਬਿਆਦ ਜਿਓ ਫਰਾਜ਼ਿਨੀ ਇਨੀ ਕਿ ਅਲੋ ਕੋ ਜਿੰਦ ਸਫਰ ਤੂੰ ਆਪਣੇ ਤੂੰ ਯਾਨੀ ਕਿ ਇਹ ਸਮਾਨ ਅਲਗ ਕਰਕੇ ਤੇ ਆਪਣੇ ਸਫਰ ਆਪਣਾ ਕੰਟੀਨਿਊ ਰੱਖ ਸਕਦਾ ਹੈ ਇਹ ਫਰਾਜ਼ਿ ਇਹ ਫਰਾਜ਼ਿਓਨਾਮੈਂਟ ਦਾ ਵਿਆਜੀ ਹੋਂਦਾ ਹੈ ਇਹ ਫਰਾਜ਼ਿਓਨਾਮੈਂਟ ਦਾ ਕਰੀ ਕੋ ਨਹੀਂ ਹੁੰਦਾ ਫਰਾਜ਼ਿਓਨਾਮੈਂਟ ਦਾ ਕਰੀ ਕੋ ਕਿਹੜਾ ਹੁੰਦਾ ਉਹ ਹੁੰਦਾ ਆਤੋ ਤਰੇਨੀ ਉਹਦੇ ਵਿੱਚ ਕਰੀ ਕੋ ਜਿਹੜਾ ਉਹ ਅਲਗ ਕਰਕੇ ਤੇ ਫੇਰ ਤੁਸੀਂ ਅਗਟਰਨ ਆਉਂਦਾ ਤੇ ਇਹਦੇ ਵਿੱਚ ਯਾਨੀ ਕਿ ਤੁਸੀਂ सफ़र ही इन छो अगर ठीक है अलग कर सकते हो अगर कहते हैं आतो त्रेनी जी मेहनत करते हैं मेहनतो दलकारी को आतो त्रेनी जी फ्रजियो नलकारी तो को खास तौर पर कहने वे बंताजियो की आतो आरतिकुलातीजू जो फायदा आतोला इंटरसिकांबिया बीलिता ਦੈਟਸ ਕੰਬੀ ਕੰਬੀ ਰੋਟ ਸਮੀਰ ਮੋਰਕਿਓ ਕਹਿੰਦੇ ਵੀ ਇਹਦੇ ਦੌਰਾਨ ਸਫਰ ਦੇ ਦੌਰਾਨ ਵਿਆਹ ਦੇ ਦੌਰਾਨ ਉਹ ਤੁਸੀਂ ਚੇਂਜ ਕਰ ਸਕਦੇ ਹੋ ਸਮੀਰ ਮੋਰਕਿਓ ਯਾਨੀ ਕਿ ਜੇ ਤੁਹਾਨੂੰ ਉਥੇ ਸਕਾਰੀ ਕਰਨ ਲਈ ਉਤਰਾ ਖੜਨੇ ਦੀ ਲੋੜ ਨਹੀਂ ਪੈਣ ਲੱਗੀ ਹੈ ਵੀ ਦਰਸ ਕੈਂਪੇ ਵੇ ਰਿਹਾ ਜਾਨੇ ਜੀ ਰੱਖਣਾ ਹੈ ਜਿਹੜਾ ਪ੍ਰਸ਼ਨਮੈਂਟ ਦੇ ਦਲਕਾਰੀ ਕੋ ਹੈ ਨਾ ਇਹ ਆਤੋ ਤਰੇ ਨਹੀਂ ਹੁੰਦਾ ਹੈ ਪ੍ਰਸ਼ਨਮੈਂਟ ਦਲ ਵਿਆਜੀ ਹੋ ਜਿਹੜਾ ਹੁੰਦਾ ਹੈ ਇਹ ਆਤੋ ਆਰਟੀਕੂਲਾਤੀ ਹੁੰਦਾ ਹੈ again be udo de la to torticolati particolarmente indicata ha sule di che da si trasporta esigui quantità di merci di quantità di merci leke jana quantity zyada leke jani hai fir kiran zyada fir torticolati hona chide is karke je lambi cheezan leke janiyan na je tusi man lo samaan lamba leke jana hai jivein main utte dasne di koshish kare si je tusi jede je truck hunde ne torticolati hunde ne a torticolati ide vich lambiyan cheezan ਰੱਖ ਸਕਦੇ ਹੋ ਕਿ ਕੋਈ ਲੰਬਾਈ ਵਿੱਚ ਇੱਕੋ ਹੀ ਖਾਨਾ ਹੋਵੇਗਾ ਥੋੜਾ ਥੋੜਾ ਤੱਕ ਜੇ ਤੁਸੀਂ ਜ਼ਿਆਦਾ ਮਿਕਦਾਰ ਵੀ ਜ਼ਿਆਦਾ ਕੁਆਂਟੀਟੀ ਵੀ ਚੀਜ਼ਾਂ ਰੱਖਣੀਆਂ ਨੇ ਤੇ ਫਿਰ ਜ਼ਿਆਦੀ ਗੱਲ ਹੈ ਤੁਹਾਨੂੰ ਯੂਜ਼ ਕਰਨਾ ਚਾਹੀਦਾ ਆਤੋ ਤਰੇਨੀ ਕਿਉਂਕਿ ਇਹਦੇ ਵਿੱਚ ਸਪੇਸ ਜ਼ਿਆਦਾ ਹੋਵੇਗਾ ਦੋ ਇੱਕ ਟਰੱਕ ਹੁੰਦਾ ਪਲੱਸ ਪਿੱਛੇ ਮੋਰ ਕੀ ਹੁੰਦਾ ਨਾ ਜੇਕਰ ਕਹਿੰਦੇ ਕਹਿੰਦੇ ਇਹ ਆਤੋ ਤਰੇਨੀ ਪਰਟੀਕੁਲਰ ਮੈਂ ਇਹ ਜਿਹੜਾ ਹਾਸਲ ਇੰਡੀਕੇਟ ਕਰਦੇ ਨੇ ਟਰਾਂਸਪੋਰਟ ਉਹਨਾਂ ਸਿਗਵੀ ਤੋਂ ਕੁਆਂਟੀਟੀ ਦੀ ਮਾਰਚੀ ਕੁਆਂਟੀਟੀ ਜੇ ਜ਼ਿਆਦਾ ਹੋਵੇ ਨਹੀਂ ਕੁਆਂਟੀਟੀ ਆਤੋ ਤ੍ਰਿਕਲਾਤੀ ਵਿੱਚ ਵਿਚ ਵਿਚ ਅਧਰ ਨਹੀਂ ਹੁੰਦੀ ਕੁਆਂਟੀਟੀ ਕਦੇ ਜ਼ਿਆਦਾ ਹੁੰਦੀ ਹੈ ਆਤੋ ਤਰੇਨੀ ਵਿੱਚ ਤਾਂ ਨਹੀਂ ਇਸ ਕਰ ਕਿ ਕਿ ਰਿਮੋਰਕ ਟ੍ਰੱਕ ਪਲਾਸ ਰਬੋਰ ਕਿਉਂ ਹੁੰਦਾ ਨਾ ਉਹਦੇ ਪਿੱਛੇ ਅਗੇਨ ਮੈਂ ਉਹਦਾ ਆਤੋ ਟ੍ਰੇਨ ਇੰਡੀਕੇਟਰ ਇਸਤੇਮਾਲ ਕਰਨਾ ਜ਼ਰੂਰੀ ਇੰਡੀਕੇਟ ਕਰਨੇ ਕਵਾਂਡੋ ਇਲ ਟ੍ਰਾਂਸਪੋਰਟੋ ਟ੍ਰਾਂਸਪੋਰਟਾਨੋ ਇੰਬੋਰਕਾਸਿਓਨੇ ਲੂਗੇਲੇ ਅਲੁੰਗੇ ਆਲਤਰੇ 12 ਮੀਟਰ ਕਿਸ਼ਤੀਆਂ ਜਦ ਲੰਬੀਆਂ 12 ਮੀਟਰ ਤੋਂ ਗਲਤ ਕਿ ਨਫਾਲਸ ਹੋਇਆ ਕਿਸ਼ਤੀਆਂ ਲੰਬੀਆਂ 12 ਮੀਟਰ ਤੋਂ ਰਿਮੋਰਕੇ ਬਣੇ ਨਾ ਉਹ ਠੀਕ ਹੈ ਤੇ ਉਹ ਲੰਬੀ ਯਾਤਰੀ ਹੋਵੇਗੀ ਤਾਂ ਉਹ ਦੇ ਲਈ ਮناسب ਹੁੰਦੀ ਹੈ ਆਤੋ ਅਰਤੀ ਕੋਲਾਤੀਸ ਕਰਕੇ ਵੀ ਗਲਤੀ ਨਿਫਾਜ਼ ਹੋਇਆ ਕਹਿੰਦੇ ਬਈ ਪਰਫੇਰੀ ਬਿਲੇ ਟ੍ਰਾਂਸਪੋਰਟ ਹੋਵੇ ਤਾਂ ਤੁਸੀਂ ਗਲਾਦੀ ਪ੍ਰਿਫਰ ਕਰਦੇ ਨੇ ਤੁਹਾਨੂੰ ਕਿ ਤੁਸੀਂ ਟ੍ਰਾਂਸਪੋਰਟ ਕਰਾਉ ਆਤੋ ਅਤੀ ਗਲਾਦੀ ਇੰਵੇਂ ਚੇ ਕਿ ਨੋਨ ਆਤੋ ਤਰੇਨੀ ਆਕੇ ਕਿ ਤੁਸੀਂ ਆਤੋ ਤਰੇਨੀ ਇਸਤੇਮਾਲ ਨਾ ਕਰੋ ਤੁਹਾਨੂੰ ਕਹਿੰਦੇ ਨੇ ਕਿ ਤੁਸੀਂ ਚਲਾ ਦੇ ਨੇ ਜਿਵੇਂ ਪ੍ਰਿਫਰ ਕਰਦੇ ਨੇ ਕਿ ਤੁਸੀਂ ਆਤੋ ਗਲਾਦੀ ਇਸਤੇਮਾਲ ਕਰੋ ਇਹਦੇ ਬਜਾਏ ਕਿ ਆਤੋ ਤਰੇਨੀ ਦੇ ਸੇਲ ਮਾਰਚੀ ਟ੍ਰਾਂਸਪੋਰਟਾ ਤੋ ਹਾਨੋ ਡੈਸਟੀਨੇਸ਼ਨੇ ਇਨ ਉਹਨਾ ਅਲਟਰੋ ਸਟੇਟ ਜੇ ਸਮਾਨ ਜਿਹੜਾ ਤੁਸੀਂ ਟ੍ਰਾਂਸਫਰ ਕਰਦੇ ਹੋ ਪੇ ਤਾਂ ਇਹ ਜੇ ਦੂਸਰੇ ਮੋਲਕ ਵਿੱਚ ਹੈ ਤੇ ਉਹ ਗਲਤ ਕਿ ਨਾ ਫਾਲਸ ਹੋਇਆ ਦੂਜੇ ਮੋਲਕ ਵਿੱਚ ਟ੍ਰਾਂਸਪੋਰਟ ਕਰਨਾ ਆਵੇ ਤਾਂ ਦੋਵੇਂ ਚੀਜ਼ਾਂ ਆਰਾਮਦਹਨ ਹੈ ਡਿਪੈਂਡ ਕਰਦਾ ਸਮਾਨ ਕਿਸ ਟਾਈਪ ਦਾ ਹੈ ਜੇ ਲੰਬੇ ਪੀਸਿਸ ਨੇ ਤੇ ਫਿਰ ਆਤੁਰੇ ਆਤੁਰਤੀ ਗਲਾਤੀ ਹੁੰਦਾ ਜੇ ਛੋਟੇ ਪੀਸਿਸ ਨੇ ਜਾਂ ਕੁਆਂਟੀਟੀ ਜ਼ਿਆਦਾ ਲੈ ਕੇ ਜਾਣੀ ਹੋਵੇ ਤਾਂ ਫਿਰ ਆਤੁਰੇ ਨਹੀਂ ਹੁੰਦਾ ਦੂਸਰੇ ਕੰਟਰੀ ਤੱਕ ਇਹਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਇਸ ਕਰਕੇ ਫਾਲਸ ਜੋ ਜਿੱਤੇ ਹੁਣ ਮੈਂ ਸ਼ੇਅਰ ਕਰਾਂ ਤੁਹਾਡੇ ਨਾਲ ਬਿਕੋਲੀ ਪਰ ਟ੍ਰਾਂਸਪੋਰਟ ਐਂਕੋਲੀ ਜਿਹੜੀ ਗੱਡੀਆਂ ਟ੍ਰਾਂਸਪੋਰਟ ਕਰਦੀਆਂ ਕਈ ਕਿਸਮ ਦੀਆਂ ਚੀਜ਼ਾਂ ਜੀਬ ਦੇ ਵਿੱਚ ਟ੍ਰਾਂਸਪੋਰਟੋ ਕੋਲੈਟਾਮੈਂਟੋ ਪੋਏਸਰੇ ਅਫੀਟੂਆਟੋ ਕੋਨ ਟ੍ਰਾਂਸਪੋਰਟੋ ਕੋਲੈਟਾਮੈਂਟੋ ਯਾਨੀ ਕਿ ਕਈ ਚੀਜ਼ਾਂ ਤੁਸੀਂ ਦੇ ਵਿੱਚ ਟ੍ਰਾਂਸਪੋਰਟ ਕਰ ਸਕਦੇ ਹੋ ਜਿਹਦੇ ਵਿੱਚ ਕਾਰਜ਼ੇਰੀ ਫੁਰਗੋਨ ਹੈ ਯਾਨੀ ਕਿ ਬੰਦ ਗੱਡੀਆਂ ਜਿਹੜੀਆਂ ਹੁੰਦੀਆਂ ਨੇ ਉਹ ਤੋਂ ਠੀਕ ਹੈ ਉਹ ਕਾਰਜ਼ੇਰੀ ਕੋਨਾ ਕਜ਼ੇਨੀ ਅਪੇਰਤੋ ਯਾਨੀ ਫਿਰ ਜਿਹੜੀ ਗੱਡੀਆਂ ਨੂੰ ਕਾਰਜ਼ੇਰੀ ਅ ਕਜ਼ੋਨੇ ਅਪੇਰਤੋ ਹੈ ਠੀਕ ਹੈ ਟ੍ਰਾਂਸਪੋਰਟੋ ਕੋਲੈਟਾਮੈਂਟੋ ਇਹਨਾਂ ਗੱਡੀਆਂ ਵੀ ਤੁਸੀਂ ਜਿਹਨੇ ਕਜ਼ੋ ਨੇ ਆਪੇਰ ਤੋਂ ਵੇ ਮੇ ਕਜ਼ੇ ਨੇ ਕਿਊਜ਼ ਹੋਵੇ ਉਹਨਾਂ ਦੋ ਮਸੂਰਤਾਂ ਵਿੱਚ ਟ੍ਰਾਂਸਪੋਰਟ ਕਰ ਸਕਦੇ ਜਿਵੇਂ ਕਿ ਪਾਲੇ ਤੇ ਵਗੈਰਾ ਹੋ ਸਕਦੇ ਨੇ ਡੱਬੇ ਹੋ ਸਕਦੇ ਨੇ ਡਰਮ ਹੋ ਸਕਦੇ ਨੇ ਜਾਂ ਫਿਰ ਕੋਲਾ ਸਮਾਨ ਵਗੈਰਾ ਇਸ ਤਰ੍ਹਾਂ ਇਸ ਟਾਈਪ ਦਾ ਹੋ ਸਕਦਾ ਹੈ ਜਿਹੜਾ ਕਿ ਅਸੀਂ ਟ੍ਰਾਂਸਪੋਰਟੋ ਕੋਲੇਟਾਮੈਂਟੋ ਵਿੱਚ ਕੋਲਿਟਾ ਕੋਲੇਟਾ ਮੈਂ ਸੌਰੀ ਕੋਲੇਟਾਮੈਂਟੋ ਨੂੰ ਕੋਲੇਟਾ ਮੈਂ ਵਿੱਚ ਅਸੀਂ ਟ੍ਰਾਂਸਪੋਰਟ ਕਰ ਸਕਦੇ ਹਾਂ ਠੀਕ ਹੈ ਇਸ ਤੋਂ ਇਲਾਵਾ ਅਸੀਂ ਇਹ ਦੇ ਵਿੱਚ ਪੜਾ ਗਏ ਅਸੀਂ ਵੀ ਕੋਲਿਸ ਕੋਪੇਰ ਤੋਂ ਜਿਹੜੀ ਗੱਡੀਆਂ ਸਕੋਪੇਰ ਤੋਂ ਹੁੰਦੀਆਂ ਨੇ ਯਾਨੀ ਕਿ ਉਤੋਂ ਜਿਹੜੀ ਖੁੱਲੀਆਂ ਹੋਣੀਆਂ ਯਾਨੀ ਕਿ ਹਾਲਾਪ ਇਹਨਾਂ ਲਈ ਨੂਦੋ ਪੈਨਲ ਨੂਦੋ ਯਾਨੀ ਕਿ ਜਿਵੇਂ ਅਸੀਂ ਫੋਟੋ ਵੀ ਦੇਖ ਸਕਦੇ ਹਾਂ ਕਿ ਇਹਦੇ ਵਿੱਚ ਪੈਨਲ ਨੂਦੋ ਤੁਮਰਾਜ਼ ਯਾਨੀ ਕਿ ਪਿੱਛੇ ਉਹਦਾ ਕਰਜ਼ੀਰੀ ਵਗੈਰਾ ਸਿਸਟਮ ਹੈ ਹੀ ਨਹੀਂ ਹੈ ਠੀਕ ਹੈ ਪ੍ਰੀਵਿਡਿਸਪੌਂਟ ਤੇ ਸਪੌਂਟ ਪ੍ਰੀਵਿਡਿਸਪੌਂਟ ਤੇ ਮਿਨੂਤੀ ਦੀ ਸਪੌਂਟ ਤੇ ਵੀ ਇਸ ਕੋਪਰਤ ਵੀ ਚੋ ਸਕਦੀ ਹੈ ਠੀਕ ਹੈ ਯਾਨੀ ਕਿ ਸਪੌਂਟੇ ਵਾਲੀ ਵੀ ਗੱਡੀ ਉਸ ਲਈ ਹੈ ਕਾਰੀਕੋਸਕੋਪ ਹੈਰਤ ਵੀ ਵਿਕੋਲਿਸਕੋਪ ਹੈਰਤ ਵੀ ਯਾਨੀ ਕਿ ਜਿਹੜੀ ਉੱਤੇ ਖੋਲੀਆਂ ਨਹੀਂਆਂ ਗੱਡੀਆਂ ਠੀਕ ਹੈ ਇਹਨਾਂ ਦੇ ਵਿੱਚ ਇਹ ਕਿਸਮਾ ਹੋ ਸਕਦੀਆਂ ਨੇ

ਤਲੇ ਨਾਤੀ ਕਿੰਤੀ ਨਾਤੀ ਹੁੰਦੀਆਂ ਜਿਹੜੇ ਕਿ ਜਿਹਨਾਂ ਦੇ ਤਰਪਾਲ ਵਗੈਰਾ ਪਏ ਹੁੰਦੇ ਠੀਕ ਹੈ ਤੇ ਅੱਗੇ ਵਿਕੋਲੀ ਕਿਊਜ਼ ਉਹ ਵਿਕੋਲੀ ਕਿਊਜ਼ ਉਹ ਹੁੰਦੀਆਂ ਨੇ ਜਿਹੜੀਆਂ ਕਿ ਬੰਦ ਗੜੀਆਂ ਹੁੰਦੀਆਂ ਨੇ ਯਾਨੀ ਕਿ ਪੱਕੀਆਂ ਬੰਦ ਹੁੰਦੀਆਂ ਨੇ ਤੂੰ ਜੋ ਵੀ ਉੱਤਰ ਤਰਪਾਲ ਜੋ ਵੀ ਪਿਆ ਹੋਗਾ ਪੱਕਾ ਬੰਧ ਹੋਵੇਗਾ ਠੀਕ ਹੈ ਜਿਵੇਂ ਕਿ ਇਹਨਾਂ ਵਿੱਚ ਇੱਕ ਕਿਸਮ ਹੁੰਦੀ ਹੈ ਕਾਰੀਕੋ ਪਰੇਤੀ ਕਪਰਤੂਰਾ ਦਰਜੀਦਾ ਕਾਰੀਕੋ ਜਿਹੜਾ ਉਹ ਕਵਰ ਗਿਆ ਹੁੰਦਾ ਮਜ਼ਬੂਤ ਚੀਜ਼ ਦੇ ਨਾਲ ਠੀਕ ਹੈ ਤੇ ਦੂਜੀਆਂ ਹੁੰਦੀਆਂ ਨੇ ਅਨਕੇ ਫ੍ਰਿਜੋਰੀਫੀਅਰ ਇਜ਼ੋਥਰਮਿਕੋ ਜਿਹੜੀ ਆਟੋਪੀ ਦੇ ਕੈਟੇਗਰੀ ਵੀ ਜਾਂਦੀਆਂ ਨੇ ਉਹ ਵੀ ਜਿਹੜੀ ਕੇ ਜਿਹੜੀ ਗੱਲ ਬੰਦ ਗੱਡੀਆਂ ਹੁੰਦੀਆਂ ਨੇ ਠੀਕ ਹੈ ਤੇ ਪਹਿਲੇ ਇਹਨਾਂ ਦੇ ਬਾਰੇ ਪੜ੍ਹਦੇ ਆਂ ਤੇ ਫਿਰ ਅੱਗੇ ਤੋਂ ਨਾਲ-ਨਾਲ ਦੱਸਾਂਗੇ ਕਿ ਕਿਹੜੀ-ਕਿਹੜੀ ਗੱਡੀਆਂ ਦੇ ਬਾਰੇ ਕਿਹੜੀ-ਕਿਹੜੀ ਚੀਜ਼ਾਂ ਦੇ ਬਾਰੇ ਅਸੀਂ ਪੜਨਾ ਵੇ ਕਹਿੰਦੇ ਨੇ ਵੇ ਕਿ ਇਹ ਵੀ ਕੋਲੀ ਆ ਇਹ ਟ੍ਰਾਂਸਪੋਰਟੋ ਦੀ ਕੋਲੇਟਾਮੇ ਟ੍ਰਾਂਸਪੋਰਟ ਕੋਲੇਟਾਮੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਠੀਕ ਹੈ ਟ੍ਰਾਂਸਪੋਰਟੋ ਕੋਲੇਟਾਮੇ ਪੁਆਏ ਸਰੇ ਫਿਟੋਆਤੋ ਕੋਨ ਐਟੋ ਸਿਟਾ ਕਾਰਸਿਕੋ ਦੇ ਟ੍ਰਾਂਸਪੋਰਟੇ ਕੋਲੇਟਾਮੇ ਤੁਸੀਂ ਕਰ ਸਕਦੇ ਹੋ ਵੀ ਇਹ ਵੀ ਕੋਲੀ ਮਿਨੂਤੀ ਦੀ ਕਾਰੋਜੇਰੀਆ ਫੋਰਗੋਨੇ ਕਾਰੋਜੇਰੀ ਫੋਰਗੋਨੇ ਹੋਵੇਗਾ ਟ੍ਰਾਂਸਪੋਰਟ ਕਰ ਸਕਦੇ ਹੋ ਵੀ ਕੋਲੀ ਮਿਨੂਤੀ ਦੀ ਕਾਰੋਜੇਰੀਆ ਕੋ ਨਾ ਕਜ਼ਨੇ ਆਪੇਰ ਤੋਂ ਕਜ਼ਨੇ ਆਪੇਰ ਤੋਂ ਆ ਫਿਰ ਵੀ ਕਰ ਸਕਦੇ ਹੋ ਜਿਹਦੇ ਵਿੱਚ ਪਾਲ ਲੈ ਤੇ ਡੱਬੇ ਵਗੈਰਾ ਹੋਰ ਇਦਾਂ ਹੀ ਡਰਮ ਵਗੈਰਾ ਤੇ ਚੀਜ਼ਾਂ ਤੁਸੀਂ ਟ੍ਰਾਂਸਪੋਰਟ ਕਰ ਸਕਦੇ ਹੋ ਕਿੰਨੀਆਂ ਕਿਸਮ ਦੀਆਂ ਇਹਦੇ ਵੀ ਕਰ ਸਕਦੇ ਹੋ ਇਹ ਤੋਂ ਇਲਾਵਾ ਹੋਰ ਵੀ ਹੁੰਦੀਆਂ ਨੇ ਜਿਵੇਂ ਕਿ ਅ ਜੇ ਤੁਸੀਂ ਟ੍ਰਾਂਸਪੋਰਟ ਕਰਨੀਆਂ ਨੇ ਚੀਜ਼ਾਂ ਕਾਜ਼ ਇਕੋ ਨੇ ਨੇ ਕਾਜ਼ੇ ਮੋਬਿਲ ਯੂਨੀਫਿਕੇਟ ਕੰਟੇਨਰ ਵਗੈਰਾ ਠੀਕ ਹੈ ਇਹਨਾਂ ਦੇ ਬਾਰੇ ਵੀ ਅੱਗੇ ਅਸੀਂ ਸਮਝਾਂਗੇ ਕਹਿੰਦੇ ਪਏ ਇਹ ਟ੍ਰਾਂਸਪੋਰਟ ਤੋਂ ਕੋਲੇ ਤਾਂ ਮੈਂ ਦੀ ਗੱਲ ਕਰ ਰਹੀ ਸੀ ਅਸੀਂ ਪੋਐਸ ਰੈਫੀ ਤੋਂ ਆਤੋਂ ਕੌਣ ਕਰ ਸਕਦੇ ਅਸੀਂ ਵੀਕਲੀ ਮਿਨੂਤੀ ਕੀ ਕਹਾਂ ਸੀ ਮੈਂ ਭਲੇ ਵੀਕਲੀ ਮਿਨੂਤੀ ਦੀ ਕਾਰਜ਼ੇਰੀ ਫਰਗੋਨ ਹੈ ਜਿਹਨਾਂ ਦੇ ਕਾਰਜ਼ੇਰੀ ਹੈ ਨਾ ਠੀਕ ਹੈ ਕਜ਼ੋਨੇ ਜਰ ਫਰਗੋਨ ਹੈ ਤਾਂ ਸਿਸਟਮ ਬਣਿਆ ਹੈ ਠੀਕ ਹੈ ਉਹ ਬੰਦ ਹੁੰਦਾ ਹੈ ਉਹਦੇ ਵੀ ਤੁਸੀਂ ਟ੍ਰਾਂਸਪੋਰਟ ਕੋਲੇਟਾ ਮੇ ਕਰ ਸਕਦੇ ਹੋ ਦੂਸਰ ਕੰਬੇ ਬਿਵਰ ਰਹਾ ਦੂਸਰਾ ਕਵਚਨ ਹੈ ਜਿਵੇਂ ਕਿ ਐਸੀ ਫੋਟੋ ਤੇ ਪੜਿਆ ਹੋਇਆ ਟ੍ਰਾਂਸਪੋਰਟ ਕੋਲੇਟਾ ਮੇ ਪੁਆਏਸ ਰੈਫਿਟਾ ਟੋ ਕਾਰਜ਼ੇਰੀ ਤੁਸੀਂ ਕੋਨ ਵੀ ਕੋਲੀ ਮਨੋਤੀ ਦੀ ਕਾਰਜ਼ੇਰੀ ਹੈ ਜਿਹਦੀ ਗੱਡੀ ਨੂੰ ਕਾਰਜ਼ੇਰੀ ਹੈ ਕੋਨ ਕਜ਼ੋਨੇ ਹੈ ਪੇਰਤੋ ਕਜ਼ੋਨੇ ਹੈ ਪੇਰਤੋ ਜਿਹੜੀ ਗੱਲ ਉੱਥੇ ਕਰ ਸਕਦੇ ਹੋ ਦੂਸਰ ਕੰਬੇ ਬਿਵਰ ਰਹਾ ਕਜ਼ੋਨੇ ਹੈ ਪੇਰਤੋ ਵਾਲੀ ਇੰਦੀ ਵੀ ਕਰ ਸਕਦੇ और करजे करजेरिया करजेरिया भी कर हैं ठीक है वे रहो ट्रांसपोर्ट तो कौलेता में पो एस रैफी तो आ तो कल ट्रांसपोर्ट तो कोलेता में कर सौ तुम्हें चैसतेरना चैस तेरना किमें करोगे असं दोस्म दस्म नहीं यानी करजे रही फुरगो ने और करजे रही कज़ो ने अपैर तो कजों ने अपेर तो करजे रही फुरगो ने यह दो चीज़ा बड़ी ने एलावा चेस्तेरने समान इस तरह नहीं आएगा ठीक है इस करके गलत कॉल्स ਇਹ ਕਨੇਪੇ ਇਹ ਟ੍ਰਾਂਸਪੋਰਟ ਕੋਲੇਟਾ ਮੇ ਪੋਇਸਟਰਾ ਫਿਟਾਤੋ ਕਨੇ ਟ੍ਰਾਂਸਪੋਰਟ ਕੋਲੇਟਾ ਮੇ ਕਾਰਸੀਦੋ ਤੁਸੀਂ ਕੋਨ ਬੇਟੋਨੀਰੀਆ ਬੇਟੋਨੀਰੀਆ ਜਿਮੇਂਟ ਪਾਟਰੀਆ ਟ੍ਰਾਂਸਪੋਰਟ ਸਪੈਸੀਫਿਕੋ ਸਿ ਪ੍ਰੀਆਸੀ ਜਿਹਦੇ ਉਤੋਂ ਬੇਟੋਨੀਰੀਆ ਕਾਲਚੇਸਟਰੂਜ਼ ਬੇਟੋਨੀਰੀਆ ਜਿਹਦੇ ਵਿੱਚ ਅਸੀਂ ਸੀਮੇਂਟ ਵਗੈਰਾ ਜਾਂ ਬਿਜਰੀ ਵਗੈਰਾ ਉਹ ਕੁਲੀ ਹੋਈ ਲੈ ਕੇ ਜਾਂਦੇ ਨੇ ਠੀਕ ਹੈ ਉਹ ਟ੍ਰਾਂਸਪੋਰਟ ਸਪੈਸੀਫਿਕੋ ਵੀ ਜਾਂਦੇ ਉਹਦਾ ਇਹਦੇ ਨਾਲ ਕੋਈ ਤਲਕ ਨਹੀਂ ਹੈ ਗੱਲ ਕਿਨ ਇਤਵਾਲਸ ਹੋਇਆ ਠੀਕ ਹੈ ਹੁਣ ਜੇ ਅਸੀਂ ਫਿਰ ਕੋਸ਼ਿਸ਼ ਕਰਾਂਗੇ ਸਮਝਣ ਦੀ ਦੁਬਾਰਾ ਜਿਹੜੀ ਕਿ ਵਿਕੋਲਿਸਕੋਪਰਟੋਨੀ ਯਾਨੀ ਠੀਕ ਹੈ ਜੀ ਜਿਵੇਂ ਕਿ ਪਹਿਲਾਂ ਅਸੀਂ ਉੱਤੇ ਵੀ ਦੇਖਿਆ ਵਿਕੋਲਿਸਕੋਪਰਟੋਨ ਹਨ ਹਨ ਆਪੇ ਨਾਲ ਲੇਨੂ ਦੋ ਪ੍ਰੀ ਵੀ ਦੀ ਸਪੌਂਤੇ ਠੀਕ ਹੈ ਜੀ ਇਨਕੀ ਸਪੌਂਤੇ ਤੋਂ ਬਣਾ ਯਾਨੀ ਕਿ ਸੈੱਲ ਦੇ ਜਿਹੜੇ ਕਾਜ਼ ਹੋਣੇ ਹੋਵੇਗਾ ਉਹ ਬਣੇ ਪਿੱਛੇ ਉਹ ਉਹਦੇ ਤੋਂ ਬਿਨਾਂ ਵੀ ਹੋ ਸਕਦੇ ਨੇ ਉਹ ਮੈਨੂ ਦੀ ਸਪੌਂਤੇ ਸਪੌਂਤੇ ਔਰ ਸਪੌਂਤੇ ਦੇ ਨਾਲ ਵੀ ਹੋ ਸਕਦੇ ਨੇ ਦਰੁਸ ਕੇ ਬਿਨਾਂ ਹੋਇਆ ਕਾਜ਼ੋਨੇ ਜਿਹੜਾ ਬਣੇ ਹੁੰਦੇ ਨੇ ਨਾ ਉਹਦੇ ਉਹਦੇ ਤੋਂ ਬਿਨਾਂ ਔਰ ਉਹਦੇ ਨਾਲ ਵੀ ਹੋ ਸਕਦੇ ਨੇ ਠੀਕ ਹੈ ਇਨਕੇ ਕਰਜ਼ੀਰੀ ਪੋਸਟ ਕੋਜ਼ੋਨਿਆਂ ਜਿਹਾ ਪਿਛਲੀ ਸਾਈਡ ਦਾ ਨਾ ਠੀਕ ਹੈ ਇਹਨੂੰ ਕਹਿੰਦੇ ਵਿਕੋਲੀ ਕੇੜੀ ਸਕੋਪੇਰ ਤੋਂ ਇਹਦੇ ਬਾਵਾਂਹ ਤੈ ਲੁਨਾਤੀ ਹੁੰਦੀ ਹੈ ਜਿਵੇਂ ਕਿ ਕਾਜ਼ੋਨ ਰਿਬੋਲਡਾਂਤੇ ਹੁੰਦਾ ਜਿੰਨਾਂ ਦਾ ਵਿੱਚ ਰੇਤਾ ਬਜਰੀ ਵਗੈਰਾ ਠੀਕ ਹੈ ਇਦਾਂ ਦੀ ਚੀਜ਼ਾਂ ਵਗੈਰਾ ਟ੍ਰਾਂਸਪੋਰਟ ਕਰ ਸਕਦੇ ਅਸੀਂ ਚਲੋ ਲੁਨਾਤੀ ਕਹਿੰਦੇ ਨੂੰ ਹੀ ਤੇ ਲੁਨਾਤੋ ਔਰ ਤੇ ਲੁਨਾਤੋ ਚੈਂਟੀਨਾਤੋ ਇਹਦੇ ਵਿੱਚ ਹੁੰਦੀਆਂ ਨੇ ਕਿ ਜਿੰਨਾਂ ਨੂੰ ਉਤੇ ਤਰਪਾਲ ਵਗੈਰਾ ਕੜੀਆਂ ਦੇ ਲੱਗਿਆ ਹੁੰਦਾ ਠੀਕ ਹੈ ਇਹ ਪ੍ਰੋਟੈਕਸ਼ਨ ਲਈ ਹੁੰਦਾ ਹੈ ਫਿਰ ਅਸੀਂ ਗੱਲ ਕਰਾਂਗੇ ਵਿਕੋਲੀ ਕਯੂਜ਼ ਉਹਦੀ ਵਿਕੋਲੀ ਕਯੂਜ਼ ਹੁੰਦੀਆਂ ਨੇ ਜਿਹੜੀ ਕਿ ਹਾਲਾ ਕੰਪੋਰਟੀਮੈਂਟੋ ਦੀ ਕਾਰੀਕੋ ਪਾਰੇਤੀ ਆਪਾਪਰਟੋ ਰੈਜੀਡੋ ਜਿਹੜਾ ਸਮਾਨ ਹੈ ਗਿਆ ਉਹ ਮਜ਼ਬੂਤੀ ਦੇਣਾ ਸਖਤ ਚੀਜ਼ ਦੇ ਨਾਲ ਉਹਨੂੰ ਕਵਰ ਕੀਤਾ ਜਾਂਦਾ ਹੈ ਠੀਕ ਹੈ ਅਨਕੇ ਫ੍ਰਿਗੋਰੀਫੇਰੀ ਯੌਰ ਥਰਮਿਕੋ

nudo o minuti sponte ya o bivero or minuti disponte e bivero della galleria d'ingresso che per ora gineve i vicoli per i vicoli che usano le macchine bandoni e intanto hanno i vicoli è una macchina che con comportamento dei carico del carico il materiale che è rimasto e pareti coperto dirigido il materiale o le cose che sono state coperte con una cosa forte d'ingresso ਮਜ਼ਬੂਤੀ ਨਾਲ ਤੂੰ ਬੰਦ ਬਣ ਗਿਆ ਜਿਹੜੀਆਂ ਠੀਕ ਹੈ ਫਰਗੋਨਾ ਤਾਂ ਹੋ ਗਈ ਨੇ ਇਨਕੇ ਟ੍ਰਾਂਸਪੋਰਟ ਤਾਂ ਕੰਫਰਗੋਨਾਤ ਹੋ ਫਰਗੋਨ ਦੇ ਨਾਲ ਜਿਹੜਾ ਟ੍ਰਾਂਸਪੋਰਟ ਕਰਾਗੇ ਉਹ ਤੂੰ ਬੰਦ ਹੋਵੇ ਗੱਡੀ ਠੀਕ ਹੈ ਦਰਸ਼ਕਾਂ ਬੇਵਰ ਹੋਇਆ ਕਹਿੰਦੇ ਵੀਕਲੀ ਕਿਊ ਤੇ ਜਿਹੜੀਆਂ ਗੱਡੀਆਂ ਮੈਂ ਤਿੰਨ ਦਿਨ ਨਹੀਂ ਅਨਕੇ ਫ੍ਰੀਗੋਰੀ ਫੇਰੀਓ ਇਜ਼ ਅ ਥਰਮਿਕੋ ਫ੍ਰੀਗੋਰੀ ਫ੍ਰੀਜਾ ਲਾ ਸਿਸਟਮ ਜਿਹੜਾ ਹੁੰਦਾ ਨਾ ਉਹ ਇਜ਼ ਅ ਥਰਮਿਕੋ ਉਹ ਟੈਂਪਰੇਚਰ ਦਾ ਕੰਟਰੋਲ ਆਤਾ ਵੀ ਦੇ ਲੈਵਲ ਦੇ ਵਿਚਾਰ ਜਿਹੜੀਆਂ ਹੁੰਦੀਆਂ ਨੇ ਉਹ ਵੀ ਤਰੀਕੇ ਨਾਲ ਫਰਗੋਨ ਕਯੋ ਜ਼ੋਨਰ ਮਜ਼ਬੂਤੀ ਨਾਲ ਬੰਦ ਉਹ ਸਾਮਾਨ ਦੀ ਪ੍ਰੋਟੈਕਸ਼ਨ

ਪਰ ਪ੍ਰੋਟੈਜਰ ਲੇ ਮਾਰਚੀ ਦਰਸਪੋਟਤਾ ਪ੍ਰੋਟੈਕਟ ਕਰਨ ਲਈ ਸਮਾਨ ਜਿਹੜਾ ਟ੍ਰਾਂਸਪੋਰਟ ਕਰ ਰਹੇ ਹੋ ਠੀਕ ਹੈ ਯਾਨੀ ਕਿ ਪਹਿਲੇ ਜੀ ਗੱਡੀ ਸਕੋਪਰ ਤੋਂ ਲੇਕਿਨ ਉਹਨੂੰ ਤਲਨਾ ਤੋਂ ਕਰ ਦਿੱਤਾ ਗਿਆ ਕਿਉਂਕਿ ਜੈਨੂਨ ਬੰਦ ਨਹੀਂ ਹੈ ਗੱਡੀ ਜੈਨੂਨ ਫਰਗੋਨਾਤ ਨਹੀਂ ਹੈ ਠੀਕ ਹੈ ਇਸ ਕਰਕੇ ਉਹਨੂੰ ਫਰਗੋਨਾਤ ਨਹੀਂ ਕਹਣਗੇ ਇਹਨੂੰ ਕਹੋ ਕਹਣਗੇ ਤਲਨਾ ਤੋਂ ਠੀਕ ਹੈ ਪਰ ਕਿਉਂਕਿ ਪ੍ਰੋਟੈਕਟ ਕਰਨ ਲਈ ਸਮਾਨ ਉੱਤੇ ਤੱਲੇ ਉਹਨੇ ਇੱਕ ਯਾਨੀ ਕਿ ਇੱਕ ਇੱਕ ਤਰਪਾਲ ਲਾਇਆ ਹੋਇਆ ਦਰਸਖਨ ਵੀ ਹੋ ਰਿਹਾ ਹੈ ਇਵੀ ਕੋਲੋ ਪਰਵੀ ਕੋਲੀ ਤੇ ਲਨਾ ਤੇ ਲਨਾ ਤੇ ਗੱਡੀ ਤੇ ਲਨਾ ਤੇ ਸੀ ਇੰਤਾਂ ਦਿਨ ਵਿਕੋਲੀਸ ਕੋਪੇਰਤੋ ਇੱਕ ਗੱਡੀ ਸਕਪੇਰਤੋ ਹੁੰਦੀ ਹੈ ਮੀਨੂਤੀ ਦੀ ਤਲੋਨੇ ਇਹਨੂੰ ਤਰਪਾਲ ਲੱਗਿਆ ਹੁੰਦਾ ਯਾਨੀ ਕਿ ਪਹਿਲੇ ਸੀ ਕਿ ਗੱਡੀ ਚ ਕੋਪੇਰਤੋ ਠੀਕ ਹੈ ਜੀ ਸਮਝ ਆ ਗਈ ਇਹ ਗੱਲ ਹੁਣ ਇਹਨੂੰ ਇਹ ਤਰਪਾਲ ਲਾਇਆ ਤੇ ਇਹ ਵਿਕੋਲੀ ਤੇ ਲਨਾ ਤੋਂ ਹੋ ਗਈ ਹੈ ਪਰ ਪ੍ਰੋਤੇਜੇ ਰੇਲ ਮਾਰਚੀ ਟ੍ਰਾਂਸਪੋਰਟਾ ਪ੍ਰੋਟੈਕਟ ਕਰਨ ਲਈ ਰਸਮਾਨ ਟ੍ਰਾਂਸਪੋਰਟ ਕਰਦੇ ਆ ਪੇ ਦਰੁਸ ਕਿੰਨੇ ਹੋ ਰਿਹਾ ਹੈ ਯਾਨੀ ਕਿ ਇਹਨੂੰ ਗੱਡੀ ਨੂੰ ਕਿਉਂ ਕਰਨ ਕਿ ਆ ਲੱਗਿਆ ਲekin ਇੱਕ ਵਿਕੋਲੀ ਤੇ ਲਨਾ ਤੋਂ ਕਾਇਸ ਕਰਦੇ ਆ ਜੇ ਵੀ ਕੋਲੀ ਪਰ ਵੀ ਕੋਲੀ ਤੇਲਨਾਤ ਜਿਹੜੀਆਂ ਨੇ ਸੀਂਤੈਂਡਾਂ ਨੂੰ ਗੱਡੀਆਂ ਹੁੰਦੀਆਂ ਨੇ ਕਿ ਵੀ ਕੋਲੀ ਅਨ ਕੇ ਚੈਂਤੀਨਾਤਾ ਚੈਂਤੀਨਾਤਾ ਜਿਹਨ ਕੇ ਚੁਏ ਮਨੂਤੀ ਦੀ ਚੈਂਤੀਨਾ ਦੇ ਉੱਤੇ ਲੈਣੋ ਯਾਨੀ ਕਿ ਚੈਂਤੀਨਾ ਜਿਹਨ ਕਿ ਉਹਨੂੰ ਇੱਕ ਟਲੋਂ ਇੱਕ ਤਰਪਾਲ ਲਗਾਇਆ ਗਿਆ ਹੋਵੇਗਾ ਠੀਕ ਹੈ ਯਾਨੀ ਕਿ ਪਹਿਲੇ ਨਹੀਂ ਕਿਸੇ ਜਗ੍ਹਾ ਜਨੂਅਲੀ ਇਹਨੂੰ ਲਗਾਇਆ ਗਿਆ ਜਾਂ ਸ਼ਰੀਰ ਨੂੰ ਚ ਸਿਸਟਮ ਜਿਹੜਾ ਹੈ ਰਿਮੂਵ ਕਰਨ ਵਾਲਾ ਔਰ ਲਗਾਉਣ ਵਾਲਾ ਸਿਸਟਮ ਹੈ ਇਹਦੇ ਵਿਚਾਰ ਜਿਹੜਾ ਵੇ ਆਪਣਾ ਤਰਪਾਲ ਤੇ ਉਹਨੂੰ ਫਿਰ ਗੱਡੀ ਨੂੰ ਕਿ ਕਹਿੰਦੇ ਨੇ ਵੀ ਕੋਲੀ ਤੇਲਨਾਤ ਤੇ ਦਰਸ਼ਕਾਂ ਪਰ ਹੋਇਆ

se intendo che il pianale è minuto il minuto di sponte il primo Il minuto è il di sponte è il di sponte sono i primi sponte. Perché? 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 ਕਵਰਟੂਰਾ ਰਜੀਦੇ ਉਹਨੇ ਜਿਹਦੇ ਮਜ਼ਬੂਤੀ ਨਾਲ ਬੱਝੇ ਹੋਣੇ ਚਾਹੀਦੇ ਸਰ ਗਲਤੀ ਨੇ ਫਾਲਸ ਹੋਇਆ ਜੇ ਕਿਊਜ਼ ਕਰਨੀ ਹੈ ਇਹ ਵੀ ਕੋਈ ਕਿਊਜ਼ ਆਈ ਸੀ ਇੰਟੈਂਡ ਜੇ ਜਿਹੜੀ ਕਿਊਜ਼ ਹੁੰਦੀ ਗੱਡੀ ਹੁੰਦੀ ਹੈ ਇਹਨਾਂ ਵੀ ਕੋਲ ਇਨਕੁਈਪਿਆ ਨਾਲ ਰਿਕੋ ਪੇਰ ਤੋ ਕੋਨਾ ਉਨਾ ਤੇਲੋਨੇ ਕਿ ਇੱਥੇ ਪਿਆ ਨਾਲ ਹੀ ਰਿਕੋ ਪਾ ਰਿਕਵਰ ਕੀਤਾ ਗਿਆ ਉਹਨੂੰ ਤੇਲੋਨੇ ਦਾ ਜੇ ਤੇਲੋਨੇ ਨਾਲ ਰਿਕਵਰ ਕੀਤਾ ਜਾਏਗਾ ਕਿਹੜੀ ਗੱਡੀ ਹੋਵੇਗੀ ਉਹ ਕਿਊਜ਼ ਥੋੜੀ ਹੋਵੇਗੀ ਕਿਉਂਕਿ ਸੀਗੀ ਨਹੀਂ ਹੈ ਜਨੂਲੀ ਕਿਊਜ਼ ਹੋਵਤੀ ਜੇ ਜਨੂਲੀ ਗੰਦ ਹੋਵੇਗੀ ਨਾ ਉਹਨੂੰ ਮਜ਼ਬੂਤ ਮਟੀਰੀਅਲ ਲੱਗੇ ਹੋਵੇਗਾ ਠੀਕ ਹੈ ਬੰਦ ਕਰ ਜਿਹੜੀ ਫਰਗੋਨਾਤ ਜਿਹੜੀ ਤੁਸੀਂ ਤਰਪਾਲ ਲਾ ਕੇ ਬੰਦ ਕਰਨੀ ਹੈ ਨਾ ਆਪੇ ਉਹਨੂੰ ਰਿਕੋਪੋਰਤਾ ਰਿਕੋਪੇਰਟੋ ਕੋਂਟੇਲੋਨੇਓ ਉਫਰ ਗੱਡੀ ਕੇ ਲਾਏਗੀ ਤੇਲੋਨਾ ਤੋ ਇਸ ਕਰਕੇ ਇਹ ਵੀ ਗਲਤੀ ਨੇ ਪਾਸ ਹੋਇਆ ਪਰ ਇਹ ਵੀ ਕੋਲੀਕਿਊਜ਼ੋ ਜਿਹੜੀ ਗੱਡੀ ਮਾਨੀ ਨਹੀਂ ਸੀਂ ਤੈਂਦਨ ਵੀ ਕੋਲੀਜੀ ਗੱਡੀ ਹੁੰਦੀ ਐ ਕਨ ਚੈਂਟੀਨਾ ਦੀ ਤੇਲੋਨੇ ਸਿਮੋਂਟਾਬਿਲੇ ਕਹਿੰਦੇ ਵੀ ਕੋਲੀਕਿਊਜ਼ੋ ਜਿਹੜੀ ਐ ਇਹਦੇ ਵਿੱਚ ਤੇਲੋਨੇ ਜਿਹੜਾ ਹੁੰਦਾ ਨਾ ਤਰਪਾਲ ਜਿਹੜਾ ਹੁੰਦਾ ਇਹ ਲੱਗਾ ਹੁੰਦਾ ਜਿਹੜਾ ਜ਼ਿਮੋਂਟਾਬਿਲੇ ਯਾਨੀ ਕਿ ਉਹ ਲੱਗੇ ਹੁੰਦੇ ਜਿਹੜਾ ਕਿ ਤੁਸੀਂ ਲਾ ਸਕਦੇ ਹੋ ਜਦ ਲਾਣੇ ਲਾਣੇ ਵਾਲਾ ਸਿਸਟਮ ਹੋਵੇਗਾ ਨਾ ਤਰਪਾਲ ਦਾ ਤੇ ਉਹ ਫਿਰ ਗੱਡੀ ਹੋਵੇਗੀ ਤੁਲਨਾ ਤੋਂ ਨਾ ਕਿ ਵਿਕੋਲੇ ਕਯੂਜ਼ ਨੂੰ ਕਹਾਂਗੇ ਸਰ ਕੇ ਫਾਲਸ ਹੋਇਆ ਇਹ ਵਿਕੋਲੀ ਇੰਤਲਨਾ ਤੋਂ ਸੀ ਇੰਤੰਦੇ ਉਹ ਨਾ ਵਿਕੋਲੇ ਕਯੂਜ਼ ਉਹ ਕਹਿੰਦੇ ਕਿ ਤੁਲਨਾ ਤੋਂ ਇੱਕ ਗੱਡੀ ਬੰਦ ਹੁੰਦੀ ਹੈ ਜੀ ਦੇਖੋ ਜੀ ਕਯੂਜ਼ ਹੋਰ ਮਟੀਰੀਅਲ ਹੈ ਤੇ ਤੁਲਨਾ ਤੋਂ ਹੋਰ ਹੈ ਠੀਕ ਹੈ ਜੀ ਤੁਲਨਾ ਤੋਂ ਗੱਡੀ ਚ ਕੰਪੇਅਰ ਤੋਂ ਹੁੰਦੀ ਹੈ ਜਿੰਨੂੰ ਕਿ ਅਗੂ ਤਰਪਾਲ ਲਾਣਦੇ ਨੇ ਕਯੂਜ਼ ਉਹ ਤੁਲਨਾ ਤੋਂ ਹੋ ਜਾਂਦੀ ਹੈ ਠੀਕ ਹੈ ਕਯੂਜ਼ਾ ਨਹੀਂ ਹੁੰਦੀ ਉਸ ਦੀ ਉਹ ਪਰੇਤੀ ਕਪਟੂਰਾ ਦੇ ਰਜੀਦੇ ਬਸ ਬੁੱਟੀਨਾ ਜੇ ਰਿਕਵਰ ਕੀਤੀ ਹੋਈ ਜੀ ਉਹਦੀ ਗਲਤ ਕੰਨ ਬਿਫਾਲ ਹੋਇਆ ਕਿਉਂਕਿ ਗੱਡੀ ਇਹ ਤਲਨਾਤ ਹੋਵੇਗੀ ਜੇ ਇਹ ਇਸ ਕੋਪਰਟੋ ਗੱਡੀ ਹੋਵੇਗੀ ਜਿਹੜੀ ਕਿ ਤਲਨਾਤ ਹੋ ਸਕਦੀ ਹੈ ਇਸ ਕਰਕੇ ਇਹ ਗਲਤ ਕੰਨ ਬਿਫਾਲ ਹੋਇਆ ਠੀਕ ਹੈ ਕੈਨੇ ਬੀ ਗੋਲੀ ਪਰ ਵੀ ਗੋਲੀ ਤਲਨਾਤ ਹੀ ਸੀ ਇੰਟਰਨੈਟ ਤੇ ਗੱਡੀ ਤਲਨਾਤ ਹੀ ਹੁੰਦੀ ਹੈ ਨਾ ਹੁਣ ਤਲਨਾਤ ਹੀ ਕਿਹੜੀ ਹੁੰਦੀ ਹੈ ਨਾ ਜਿਹੜੇ ਕਿ ਸੀਗੀ ਸਕੋਪਰਟੋ ਕਿਉਂ ਜ਼ਰੂਰੀ ਸੀ ਠੀਕ ਹੈ ਉਦੋਂ ਤਰਪਾਲ ਆਇਆ ਨੇ ਤੇਲ ਨਾਲ ਤੋ ਗਈ ਹੈ ਸਿੰਤੈਂਡੋਨ ਵੀ ਕੋਲੋ ਕਿ ਨਹੀਂ ਗੱਡੀ ਹੁੰਦੀ ਹੈ ਜਿਹੜੀ ਕਿ ਬੈਟਰੀਆ ਕੋਪਰਟੋ ਕੋਨ ਤੇ ਲੈਓ ਨੇ ਇਗਨੀਫੂਗਾ ਬੈਟਰੀ ਜਿਹੜੀ ਹੈ ਕੋਪਰ ਤੋਂ ਕਵਰ ਹੈ ਕੋਨ ਤੇ ਲੋ ਨੇ ਤਰਪਾਲ ਦੇ ਨਾਲ ਇਗਨੀਫੂਗਾ ਜਿਹਨੂੰ ਅਗ ਨਹੀਂ ਲੱਗਦੀ ਗਲਤ ਕਿਨਫਾਲਸ ਹੋਇਆ ਬੈਟਰੀ ਦਾ ਇਹ ਨਾਲ ਕੋਈ ਤਲਕ ਨਹੀਂ ਹੈ ਵੀ ਕਰਕੇ ਵੀ ਫਾਲਸ ਹੋ ਕਹਨੇ ਬੇ ਇਹ ਤਾਂ ਪਸ ਗਾਜ਼ੋਨੇ ਨ ਕੋਰਜ਼ੇਰੀਓ ਦਾ ਗੱਡੀ ਦਾ ਉਹਨੂੰ ਕਵਰ ਕਰਨੇ ਗੱਲ ਰਹੀ ਹੁੰਦੀ ਹੈ ਇਸ ਕਰਕੇ ਫਾਲਸੋ ਕਹਿੰਦੇ ਪਰ ਵੀ ਕੋਲੀ ਤਲਨਾਤ ਦੀ ਰਹੀ ਹੈ ਸੀਂਤੈਂ ਦਾ ਵਿਕੋਲੀ ਚੇਸਟਰਨਾ ਕਹਿੰਦੇ ਗੱਡੀ ਚੇਸਟਰਨਾ ਹੁੰਦੀ ਹੈ ਜਿਹੜੇ ਲੀਕਵਰ ਟ੍ਰਾਂਸਪੋਰਟ ਕਰ ਲਈਏ ਨੇ ਪੈਟਰੋਲ ਡੀਜ਼ਲ ਗੈਸ ਜਾਂ ਫਿਰ ਦੁੱਧ ਵਗੈਰਾ ਪਾਣੀ ਵਗੈਰਾ ਕਹਿੰਦੇ ਉਹ ਚੇਸਟਰ ਨੇ ਉਹ ਲੈਨੇ ਕਨ ਕਬਿੰਜ਼ਾਤ ਇੰਤਹ ਲਾਗਤ ਕੇ ਨਫਾਲਸ ਹੋਇਆ ਕਦੇ ਵੀ ਜਿਹੜੇ ਨਾ ਚੇਸਟਰ ਨੇ ਕਬਿੰਜ਼ਾਤ ਤੇ ਤੇਲ ਆ ਜਾਂ ਕਿਰਪਾਲ ਸ਼ਾਦਨ ਚੀਜ਼ਾਂ ਨਾਲ ਨਹੀਂ ਹੁੰਦੇ ਐ ਵੀ ਗਲਤ ਕਹਿੰਦੇ ਨਾ ਹਾਇਤ ਫਜ਼ੂਲ ਜੀ ਗੱਲ ਕੀਤੇ ਨੇ ਉਰ ਗਵੀਗੋਲੀ ਤੇਲਨਾਤੀ ਇਹ ਚੇਸਟਰਨੇ ਵਗੈਰਾ ਹੁੰਦੇ ਨਹੀਂ ਹੈ ਫਾਲਸੋ ਅੱਗੇ ਆ ਗਈ ਸਰਗੋਲੇ ਅ ਬਿਕੋਲੀ ਪਰ ਟ੍ਰਾਂਸਪੋਰਟੋ ਰਿਫੂਸਾ ਇਹਦੇ ਵਿੱਚ ਕਿਹ ਨਹੀਂ ਗੱਡੀਆਂ ਆਉਂਦੀਆਂ ਨੀ ਜੀ ਇਹਦੇ ਵਿੱਚ ਗੱਡੀਆਂ ਆਉਣਗੀਆਂ ਦੇਖੋ ਜੀ ਮਿਤ ਦੀ ਉਪਰਾਈ ਦੇ ਵਿੱਚ ਆਉਂਦੀ ਹੈ ਕਾ ਜ਼ੋਨੇ ਰੇ ਬਲਤਾਨ ਤੇ ਤੇਲਨਾਤੀ ਠੀਕ ਹੈ ਜਿਹੜੀ ਬਜਰੀ ਰਤ ਵਗੈਰਾ ਇਹਨਾਂ ਚੀਜ਼ਾਂ ਟ੍ਰਾਂਸਪੋਰਟ ਕਰਦੀ ਹੈ ਠੀਕ ਹੈ ਅਧੁਕਾਰਿਕ ਕਨਕੋਜ਼ੋਨੇ ਕਾ ਜ਼ੋਨੇ ਅਪੇਰਤੋ ਵੀ ਠੀਕ ਹੈ ਕਹਿੰਦੇ ਬੇ ਅ

ਕਨੇਮ ਕਾਜ਼ੋਨ ਦੀ ਬਲਤਾ ਵੀ ਲੈਣਾ ਚਾਹੀਦਾ ਹੈ ਦਰਸ਼ਕਾਂ ਵੀ ਵੇਰਾ ਕਾਜ਼ੋਨ ਰਬਲਤਾ ਵੀ ਲੈਣੀ ਕਿ ਤੁ ਜੱਕ ਫਰ ਚੁਕਣ ਹੁੰਦਾ ਕਾਜ਼ੋਨ ਰਬਲਤਾ ਵੀ ਹੁੰਦਾ ਮਟੀਰੀਅਲ ਜੋ ਵੀ ਬਜਰੀ ਰਤਾ ਵਗੈਰਾ ਇਹ ਆਰਾਮ ਨਾਲ ਪਿੱਛੇ ਨਿਕਲ ਆਉਂਦਾ ਹੁੰਦਾ ਠੀਕ ਹੈ ਨਾਰਮਲੀ ਹੋਣਾ ਚਾਹੀਦਾ ਲਾਜ਼ਮੀ ਨਹੀਂ ਹੋਵੇ ਇਹ ਠੀਕ ਹੈ ਕਿ ਉਹ ਜੇ ਹੋਵੇ ਤਾਂ ਜਿੰਨੀ ਟਾਈਮ ਬਚ ਜਾਂਦਾ ਨਾ ਕਾਜ਼ੋਨ ਰਬਲਤਾ ਵੀ ਲੈਣੀ ਕਿ ਤੁਸੀਂ ਗੱਡੀ ਭਰੋਗੇ ਤੇ ਗੱਡੀ ਜੱਕ ਚੱਕੇਗੀ ਤਾਂ ਕੀ ਹੋਵੇਗਾ ਵਿੱਚ ਸਾਰਾ ਸਭ ਕੁਝ ਨਿਕਲ ਜਾਏਗਾ ਤੇ ਦਗਸਤੀ ਗੱਡੀ ਦਸਤੀ ਖਾਲੀ ਹੋ ਜਾਏਗੀ ਕਨੇ ਪਰ ਟ੍ਰਾਂਸਪੋਰਟ ਤੇਰਾ ਮਿੱਸੀਆ ਬੀਆ ਮੱਟੀ ਰੇਤ ਮਟੀਰੀਅਲ ਇਨਰੈਂਟਲ ਸੀ ਟਿਲੀਜ਼ਾ ਜਾਂ ਬੱਜਰਾ ਵਗੈਰਾ ਬਜਰੀ ਵਰ ਜੋ ਵੀ ਦੇ ਰਿਲੇਟਿਡ ਮਟੀਰੀਅਲ ਤੁਸੀਂ ਇਸਤੇਮਾਲ ਕਰਦੇ ਹੋ ਦੀ ਦੀ ਨੋਰਮਾ ਵਿਕੋਲੀ ਕਲਾਸੀਫਾਈਟ ਮੈਜ਼ੋਦੀਓਪਰਾ ਨੋਰਮਲੀ ਇਹ ਦੇ ਲਈ ਮੈਜ਼ੋਦੀਓਪਰਾ ਗੜੀਆਂ ਆਉਂਦੀਆਂ ਨੇ ਮੈਜ਼ੋਦੀਓਪਰਾ ਗੜੀਆਂ ਜਿਹਨਾਂ ਪਾਰ ਸਮਾਨ ਦੁਆਰਾ ਜ਼ਿਆਦਾ ਲਾਜਾਂਡ ਜਿਨ ਕੇ ਮਟੀਰੀਅਲ ਲੈ ਕੇ ਜਾ ਸਕਦੀਆਂ ਨੇ ਇਨ ਸਪੀਡ ਸਪੀਡ ਵੀ ਸਪੈਸ਼ਲ ਹੁੰਦੀ ਹੈ ਸ਼ਹਿਰ ਦੇ ਵਿੱਚ ਆਲੀ ਉਹ ਸ਼ਹਿਰ ਤੋਂ ਬਾਹਰ ਮੈਕਸਿਮਮ 60 ਹੁੰਦੀ ਹੈ ਕਾਜ਼ੋਨਰੀ ਬਲਤਾਨ ਤੇ ਅੰਦਾਜ਼ਾ ਜਿਹੜਾ ਦਰਸ਼ਕਾਂ ਦੇ ਵੀ ਰਹਾ ਮੈਂ ਕਹਿੰਨੇ ਵੀ ਕਲਾਸੀਫਾਈਡ ਗੱਡੀਆਂ ਹੋਈਆਂ ਜਿਹਦੇ ਮੇਜ਼ੋ ਦੀ ਉਪਰਾ ਮੀਨੂ ਤੇ ਕਾਜ਼ੋਨਰੀ ਬਲਤਾਨ ਤੇ ਰਿਕਾਜ਼ੋਨਰੀ ਬਲਤਾਨ ਤੇ ਹੋਣਾ ਚਾਹੀਦਾ ਦਰਸ਼ਕਾਂ ਦੇ ਵੀ ਰਹਾ ਮੇਜ਼ੋਨੀਆ ਉਪਰਨ ਅਕਸਰ ਬੇਸਤਰ ਮ ਕਾਜ਼ੋਨਰੀ ਬਲਤਾਨ ਤੇ ਹੁੰਦੇ ਲੇਕਿਨ ਦੂਸਰੀ ਵੀ ਕਾਜ਼ੋਨਰੀ ਅਪੈਰ ਤੋਂ ਵਾਲੇ ਵੀ ਯੂਜ਼ ਹੋ ਸਕਦੀਆਂ ਨੇ ਠੀਕ ਹੈ ਉਹਨਾਂ ਦੇ ਵੀ ਬਜਰੀ ਰਤਾ ਇਹ ਵੋ ਇਹ ਥੋੜੀ ਮਿqdaਰ ਵੀ ਚਾਹੀਦਾ ਬੰਦੇ ਉਹਨਾਂ ਗੱਡੀਆਂ 'ਚ ਵੀ ਨਾਰਮਲ ਟਰੱਕਾਂ ਵਿੱਚ ਵੀ ਉਹਨਾਂ ਵਿੱਚ ਵੀ ਆਖਰੀ ਜਿਹੜਾ ਕਜ਼ੋ ਕਜ਼ੋ ਨੇ ਪੈਰ ਤੋਂ ਹੁੰਦੇ ਨਾ ਪਿਛਲੇ ਡਾਲਾ ਹੁੰਦੇ ਉਹਦੇ ਵਿੱਚ ਵੀ ਲੱਦ ਕੇ ਲੈ ਜਾਂਦੇ ਨੇ ਕਹਿੰਦੇ ਪੈਰ ਟਰਾਂਸਪੋਰਟ ਤੇ ਤੇਰਾ ਸਾਹਿਬ ਵੀ ਹੈ ਮੈਟੀਰੀਅਲ ਇਨ ਰੈਂਟੀ ਦੀ ਦੇਬੋਨੋ ਯਾ ਵੀ ਦਿਨ ਰਿਲੇਟਡ ਜਿਹੜਾ ਮਟੀਰੀਅਲ ਜੇ ਤੁਸੀਂ ਟਰਾਂਸਪੋਰਟ ਕਰਨਾ ਹੈ ਉਤਲੀਜ਼ਾਰੇ ਵੀ ਕੋਲ ਹੀ ਮੀਨੂਤੀ ਦੀ ਇਸਤੇਮਾਲ ਕਰੋ ਗੱਡੀਆਂ ਨੂੰ ਕਹਿੰਦੇ ਦੇਬੋਨੋ ਲਾਜ਼ਮੀ ਹੈ ਹੁਣ ਇੱਥੇ ਕੁਐਸਚਨ ਦੇਬੋਨੋ ਕਰਕੇ ਕੁਐਸਚਨ ਗਲਤ ਹੋ ਜਾਏਗਾ ਮੀਰਾ ਕਿ ਲਾਜ਼ਮੀ ਹੈ ਜ਼ਰੂਰੀ ਹੈ ਉਤਲੀਜ਼ਾਰ ਗਰੋਮੇਨੋ ਦੀ ਅਥੋਰਿਜ਼ਾਤੂਰਾ ਸਕਾਰਾਮੈਂਟੋ ਡੇਲਾ ਕਾਰਜੇਰੀਆ ਸਕਾਰਾਮੈਂਟੋ ਕਾਰਜੇਰੀ ਹੁੰਦਾ ਹੈ ਜਿਵੇਂ ਕਿ ਉਹ ਸਕਾਰਾਮੈਂਟੋ ਕਾਰਜੇਰੀ ਉਹ ਗੱਡੀਆਂ ਹੁੰਦੀਆਂ ਨੇ ਜਿਹੜੀਆਂ ਤੁਸੀਂ ਸ਼ਹਿਰਾਂ ਦੇ ਵਿੱਚ ਨਹੀਂ ਸੁੱਟ ਜਾਂਦੇ ਛੱਡ ਜਾਂਦੇ ਹੈਵੀ ਗੰਦ ਵਗੈਰਾ ਲਈ ਜਦ ਕਿਦਰ ਰਿਪੇਅਰ ਵਗੈਰਾ ਚੱਲ ਰਹੀ ਹੁੰਦੀ ਹੈ ਤਾਂ ਉਹ ਆਪਣਾ ਪਿੱਛਾ ਡਾਲਾ ਜਿਹੜਾ ਉਹ ਛੱਡ ਹੀ ਜਾਂਦੇ ਨੇ ਉੱਥੇ ਯਾਨੀ ਕਿ ਕੋਈ ਕਾਰ ਵਗੈਰਾ ਰਿਪੇਅਰ ਚੱਲੀ ਹੁੰਦਾ ਗੰਦ ਗੁੰਨ ਸੁੱਟਦੇ ਰਹਿੰਦੇ ਕੋਈ ਪਤਾ ਨਹੀਂ 15 ਦਿਨ ਬਾਅਦ ਮਹੀਨੇ ਬਾਅਦ 4 ਘੰਟੇ ਬਾਅਦ 10 ਘੰਟੇ ਬਾਅਦ 20 ਘੰਟੇ ਇਹ ਉਹ ਫੁੱਲ ਹੋ ਜਾਂਦੇ ਤਾਂ ਉਹਨੂੰ ਚੱਕਣ ਲਈ ਟਰੱਕ ਆ ਜਾਂਦਾ ਯਾਨੀ ਕਿ ਟਰੱਕ ਨੂੰ ਤਖਲੋਣ ਦੀ ਲੋਡ ਨਹੀਂ ਪੈਂਦੀ ਹੈ ਵੀ ਠੀਕ ਹੈ ਇਸ ਕਰਾ ਮਹਨਤ ਤੇ ਦਲਾ ਕਰਜ਼ੀਰੀ ਹੁੰਦਾ ਠੀਕ ਹੈ ਜਦ ਕਰਾਂ ਚ ਰਿਪੇਅਰ ਵਗੈਰਾ ਲੋਕੀ ਕਰਾਂਦੇ ਨੇ ਸ਼ਹਿਰਾਂ ਦੇ ਵਿੱਚ ਇੱਕ ਗੇਮ ਵਾਰੀ ਉਹ ਬਾਹਰ ਡਾਲਾ ਜਾਂ ਖਲਾ ਜਾਂਦੇ ਨੇ ਉਹ ਉਹਨੂੰ ਕਹਿੰਦੇ ਆ ਤ੍ਰਜ਼ੂਰਾ ਸਕਾਰਾ ਮਹਨਤੋ ਤੇ ਕਹਿੰਦੇ ਲਾਜ਼ਮੀ ਉਹ ਹੋਣਾ ਚਾਹੀਦਾ ਉਹ ਹੁਣ ਲਾਜ਼ਮੀ ਨਹੀਂ ਹੈ ਵੀ ਠੀਕ ਹੈ ਇਸ ਕਰਕੇ ਇੱਕ ਕੁਐਸਚਨ ਹੋ ਗਿਆ ਗਲਤ ਕਿਉਂਕਿ ਅਮੇਜ਼ ਦੀ ਉਪਰਣ ਚਾਹੀਦਾ ਮੈਨੂ ਦੀ ਕਾਜ਼ੋਨੇ ਰਬਾਲਦਾਂ ਤੇ ਹੋਣਾ ਚਾਹੀਦਾ ਠੀਕ ਹੈ ਸਕਾਰAMENTE ਉਹਨਾਂ ਦੇ ਵੀ ਤੁਸੀਂ ਲਾ ਕੇ ਉਹਨੂੰ ਰੱਖ ਜਾਓ ਤੇ ਜਦ ਪਰਾਂ ਜਾ ਹੋਵੇਗਾ ਤੇ ਵਾਪਸ ਆ ਕੇ ਚੱਕ ਲੋ ਜੀ ਆਮ ਤੋ ਤੇ ਸ਼ਹਿਰਾਂ ਦੇਖਿਆ ਹੁਣ ਗੰਦਸੰਦ ਉਹਦੇ ਵਿੱਚ ਜਦ ਰੇਅ ਚੱਲ ਰਹੀ ਹੁੰਦੀ ਹੈ ਟੋਟ ਪੱਜੋ ਵੀ 20 ਮਿੰਟਾਂ ਛਿੰਦੀਏ ਉਹ ਪੁਰਾਣਾ ਸਮਾਨ ਜੋ ਵੀ ਨਿਕ ਮਟੀਰੀਅਲ ਨਿਕਲਦਾ ਉਹ ਸੁੱਟ ਦੇ ਰਹੇ ਨੇ ਉਹਦੇ ਵਿੱਚ ਮੈਂ ਟ੍ਰਾਂਸਪੋਰਟ ਉਹ ਤੇਰਾ ਮਿੱਟੀ ਟ੍ਰਾਂਸਪੋਰਟ ਕਰ ਲਈ ਸਾਬੀਆ ਰੇਤ ਮਿੱਟੀ ਵਾਲੇ ਇਨ ਰੈਂਟਿਸ ਫੂਸੀ ਜਾਂ ਇਹਦੇ ਨਾਲ ਵਰਗਾ ਕੋਈ ਹੋਰ ਸਮਾਨ ਜੀ ਜੀ ਜ਼ਿਆਦਾ ਮਿਕਦਾਰ ਵੀ ਲੈ ਕੇ ਜਾਣਾ ਹੈ

ਯਾ ਫਿਰ ਜੇ ਤੁਸੀਂ ਮਿੱਟੀ ਰੇਤ ਜਾਂ ਇਹਦੇ ਨਾਲ ਮਟੀਰੀਅਲ ਕੋਈ ਹੋਰ ਜ਼ਿਆਦਾ ਲੈ ਕੇ ਜਾਣਾ ਚਾਹੁੰਦੇ ਹੋ ਤੁਸੀਂ ਤੇ ਤੇ ਇਸਤੇਮਾਲ ਕਰੋ ਦੀ ਨਾਰਮਲ ਨਾਰਮਲੀ ਵਿਕੋਲੀ ਜਿਹੜੀ ਗੱਡੀਆਂ ਨੇ ਦੀ ਮਿਨੂਤੀ ਕਾਰ ਕਾਰੀ ਕੋ ਕੰ ਕੰਟੀਨਿਊ ਸੈਂਸ ਆ ਸਪੌਂਟੇ ਲਟਰਾਲੀ ਕਹਿੰਨੇ ਜਿਹੜੀ ਗੱਡੀਆਂ ਵੀ ਸਪੌਂਟੇ ਲਟਰਾਲੀ ਯਾਨੀ ਕਿ ਸੜਕਾਂ ਦੇ ਡਾਲੇ ਜਿਹੜੇ ਹੁੰਦੇ ਨੇ ਨਾ ਉਹਨਾਂ ਦੇ ਸਪੌਂਟੇ ਲੱਗੇ ਹੋਏ ਕਹਿੰਨੇ ਉਹਦੇ ਤੋਂ ਬਿਨਾਂ ਜਿਹੜਾ ਤੁਸੀਂ ਇਸਤੇਮਾਲ ਕਰੋ ਗੱਡੀ ਗਲਤ ਕਿਨੇ ਫਾਲਸ ਹੋਇਆ ਅਸੀਂ ਗੱਡੀਆਂ ਉੱਤੇ ਪੜ ਕੇ ਆ ਚੁੱਕੇ ਹੋਏ ਆ ਅ ਮੈਦੂਦੀ ਉਪਰ ਆ ਨੋਰਮਲੀ ਹੋਣੀ ਚਾਹੀਦੀ ਠੀਕ ਹੈ ਇਸ ਕਰਕੇ ਜਿਹਦੇ ਵਿੱਚ ਕਜ਼ੋਨਰੀ ਬਲਤਾਂ ਤੇ ਹੋਣਾ ਚਾਹੀਦਾ ਠੀਕ ਹੈ ਜਿੰਨ ਕਿ ਜੈ ਕਰਨ ਨਾਲ ਚੁੱਕਣ ਜਾਈ ਤਾਂ ਪਿੱਛੇ ਸਮਾਨ ਸਾਰਾ ਨਿਕਲ ਜਾਏ ਇਸ ਕਰਕੇ ਇਹ ਫਾਲਸ ਹੋ ਅਗੇ ਨੇ ਬੇ ਆਪ ਕੇ ਜੀ ਸਕਾਰਾਮੈਂਟੋ ਜਿਹੜਾ ਨਾ ਅਟ੍ਰੀਜ਼ਾਤੂਰਾ ਸਕਾਰਾਮੈਂਟੋ ਇਹ ਤੁਹਾਨੂੰ ਦੱਸਿਆ ਹੈ ਕਿ ਜਿਵੇਂ ਤੁਸੀਂ ਕੋਈ ਸ਼ਹਿਰਾਂ ਦੇ ਵਿੱਚ ਜਾਂਦੇ ਹੋ ਨਾ ਤੇ ਸ਼ੈਅਰ ਦੇ ਵਿੱਚ ਤੁਸੀਂ ਦੇਖਣਾ ਅਕਸਰ ਜਿੱਥੇ ਰਿਪੇਅਰ ਚੱਲ ਰਹੀ ਹੁੰਦੀ ਹੈ ਉੱਥੇ ਕਿ ਟਰੱਕ ਜਿਹੜਾ ਆਪਣਾ ਪਿੱਛੇ ਨਾਲ ਉਹ ਕੰਟੇਨਰ ਜੇ ਇੱਕ ਲਾ ਜਾਂਦਾ ਹੁੰਦਾ ਹੈ ਠੀਕ ਹੈ ਜਿਹੜੀ ਆਪਿਕੋਰੀ ਇੰਡਸਟਰੀਅਲ ਜਿਹੜੀ ਹੁੰਦੀ ਹੈ ਨਾ ਉਹ ਉਹ ਲਾ ਜਾਂਦੇ ਨੇ ਜਦ ਉਹਦੇ ਵਿੱਚ ਗੰਦ ਵਗੈਰਾ ਜੋ ਵੀ ਰਿਪੇਅਰ ਵਗੈਰਾ ਤਾਂ ਆਉਂਦਾ ਉਹ ਸੁੱਟਦੇ ਰਹਿੰਦੇ ਨੇ ਉਹ ਇੱਕ ਦਿਨ ਬਾਅਦ ਦੋ ਦਿਨ ਬਾਅਦ ਯਾਨੀ ਕਿ ਗੱਡੀ ਨੂੰ ਉੱਥੇ ਖੜ੍ਹਨੇ ਦੀ ਲੋੜ ਨਹੀਂ ਪੈਂਦੀ ਐ ਵੀ ਜਦੋਂ ਫੇਲ ਹੋ ਜਾਂਦੇ ਤਾਂ ਉਹਨੂੰ ਲੈ ਕੇ ਤੇ ਲਿਜਾ ਕੇ ਤੇ ਸੁੱਟਾਉਂਦੇ ਨੇ ਠੀਕ ਹੈ ਕਹਿੰਦੇ ਬਈ ਇਕੋ ਲਈ ਮੀਨੂ ਤੇ ਤਰਜੋਤੁਰਸਕਾਰਾ ਮੈਂ ਤੋ ਜਿੱਗੜੀ ਨੂੰ ਹਰ ਤਰਜੋਤੁਰਸਕਾਰਾ ਮੈਂ ਤੋ ਲੱਗੇ ਹੁੰਦਾ ਕੀ ਫਾਇਦਾ ਹੁੰਦਾ ਜੇ ਰਿਕਲ ਉੱਥੇ ਖੜਨਾ ਨਹੀਂ ਪੋਵੇਗਾ ਠੀਕ ਹੈ ਉਹਨੂੰ ਪ੍ਰਾਣ ਤੱਕ ਪਰਨ ਤੱਕ ਠੀਕ ਹੈ ਉਹਨੂੰ ਲਾ ਘਟਜੋ ਗੱਡੀ ਕੋਲ ਕੋਈ ਹੋਰ ਲਾ ਗਾਂ ਮਲੋ ਤੇ ਜਦੋਂ ਪਰਨਾ ਆਵੇ ਤੇ ਉਦੋਂ ਫੇਰ ਲਾ ਲਵਾਂ ਕਹਿੰਦੇ ਬਈ ਕੌਨਸੈਂਟ ਤਨੂੰ ਇਜਾਜ਼ਤ ਦਿੰਦਾ ਦੀ ਲਾ ਓਟੀਮਾਜ਼ਿਓਨੇ ਦੇ ਮੋਦੀ ਈ ਦੇ ਟੈਂਪੀ ਦੀ ਕਾਰੀਕੋ ਉਸ ਕਾਰੀਕੋ ਕਹਿੰਦੇ ਬਈ ਇਹ ਦੇ ਵਿੱਚ ਤੁਨੂੰ ਇਜਾਜ਼ਤ ਦਿੰਦਾ ਹੈ ਕਿ ਸਹੀ ਤਰੀਕੇ ਨਾਲ ਤੁਸੀਂ ਟਾਈਮ ਸੇ ਇਹ ਯੂਜ਼ ਇਹ ਕਾਰਸਕੋ ਕਾਰੀ ਕੋ ਕਰਨ ਦਾ ਉਸ ਕਾਰੀ ਕੋ ਕਰਨ ਦਾ ਦਰਸ਼ਕਾਂ ਬਿਵਰ ਰਹਾ ਸਹੀ ਤਰੀਕੇ ਦੇ ਨਾਲ ਸੇ ਮੋ ਇਨ ਮੋ ਦੇ ਮੋਦੀ ਓੱਟਿਮੋ ਦੇ ਮੋਦੀ ਸੇ ਟ੍ਰਿਕ ਦੇ ਨਾਲ ਤੁਸੀਂ ਟਾਈਮ ਦਾ ਇਸਤੇਮਾਲ ਕਰ ਸਕੋ ਕਾਰੀ ਕੋ ਉਸ ਕਾਰੀ ਕੋ ਦਰਸ਼ਕਾਂ ਬਿਵਰ ਰਹਾ ਤੇਨੇ ਬੇ ਜੇ ਵਿਕੋਲੀ ਮੀਨੂਤੀ ਦੇ ਅਤਰ ਦਾ ਤੂਰਾ ਸਕਾਰਮੈਂਟੋ ਜਿਸ ਗੱਡੀਆਂ ਨੂੰ ਲੱਗਿਆ ਹੁੰਦਾ ਅਤਰ ਦਾ ਤੂਰਾ ਸਕਾਰਮੈਂਟੋ ਤੋ ਉਹਨੂੰ ਉਤਿਲੇ ਫਾਇਦਾਮੰਦ ਨਹੀਂ ਪਰ ਆਬਿਟਾਰੇ ਬਚਣ ਲਈ ਲੂੰਗੇ ਅਸੋਸਤੇ ਲੰਬੇ ਸੋਸਤੇ ਯਾਨੀ ਕਿ ਇਹ ਨਹੀਂ ਕਿ ਤੁਸੀਂ ਜੇ ਹੁਣ ਇਹ ਚੀਜ਼ ਨਾਲ ਲੱਗੀ ਹੁੰਦੀ ਠੀਕ ਹੈ ਜੇ ਤੁਸੀਂ ਉਹਨੂੰ ਨਾਲ ਅਲੱਗ ਅਲੱਗ ਰੱਖ ਜਾਂਦੇ ਆ ਵੀ ਕੰਟੇਨਰ ਵਗੈਰਾ ਨੂੰ ਤੇ ਫਿਰ ਤੁਹਾਨੂੰ ਉੱਤੇ ਖੜਨਾ ਪੈਣਾ ਸੀ ਲੰਬੇ ਸੋਸਤਾ ਇਹ ਵੀ ਇੱਕ ਹੀ ਗੱਲ ਹੈ ਉਤਿਲੇ ਫਾਇਦਾਮੰਦ ਪਰ ਆਬਿਟਾਰੇ ਲੂੰਗੇ ਸੋਸਤੇ ਸੋਸਤੇ ਲੰਬੇ ਦਪ ਜਾਣ ਲਈ ਇਹ ਵੀ ਕੋਲੀ ਮੈਂਤਰੇ ਕਜ਼ੋਨੇ 13 ਜਦਕਿ ਜਿਹੜੀ ਗੱਡੀ ਦਾ ਕਜ਼ੋਨੇ ਆ 13 ਜ਼ਮੀਨ ਤੇ ਵੇ ਦਰੁਸ ਕਿੰ ਭੇਵਰਾ ਹੈ ਅਗੇਨ ਬੇ ਵਿਗੋਲ ਮਿੰਨੂ ਦੀ ਅਤਰੇਜ਼ਾਤੂਰਾ ਸਕਾਰਾਮੈਂਟੋ ਜੀ ਗੱਡੀ ਨਾਲ ਅਤਰੇਜ਼ਾਤੂਰਾ ਸਕਾਰਾਮੈਂਟੋ ਲਗੇ ਹੈ ਸੋਨੋ ਉਤਿਲੇ ਪਰੇ ਵਿਤਾਰੇ ਇਹ ਫਾਇਦਾ ਮੰਦ ਹੈ ਬੱਚਣ ਲਈ ਲੂਂਗੇ ਸੋਸਤੇ ਲੰਬੇ ਸੋਸਤੇ ਲਾ ਅਲਕਾਜ਼ੋਨੇ ਮੈਂਤਰੇ ਇਹ ਵਿਕੋਲੀ ਇਨ ਅਤੀਵੀ ਵਿਲ ਲੰਬੇ ਸੋਸਤੇ ਵਿਚਾਂਦਾ ਹੈ ਜਦ ਕਿ ਗੱਡੀ ਇਨ ਐਕਟਿਵ ਸੀ ਯਾਨੀ ਕਿ ਗੱਡੀ ਨੂੰ ਉੱਥੇ ਕੰਮ ਨਹੀਂ ਸੀ ਆ ਵੀ ਜਿਹੜੀ ਗੱਲ ਹੈ ਲੰਬੇ ਸੁਸਤੇ ਬਚਾਉਂਦਾ ਗੱਡੀ ਨੂੰ ਜਦ ਗੱਡੀ ਤੇ ਕੰਮ ਨਹੀਂ ਉੱਥੇ ਆਉਂਦਾ ਵੀ ਕਿਉਂਕਿ ਗੱਡੀ ਨੇ ਖਲਾਣਾ ਹੁੰਦਾ ਮਮਕਨ ਨਤੀਜੇ ਦਿਨੇ ਜਾਂ ਕਪਰਾਓ ਭਰੇਓ 15 ਦਿਨ ਜਾਂ ਕਪਰਨੋ ਠੀਕ ਹੈ ਤਾਂ ਦੀ ਉਹਨੂੰ ਲੈ ਕੇ ਜਾਣਾ ਵੇਰ ਹੋਇਆ ਕਹਿੰਦੇ ਵੀ ਕੋਲੀ ਮੈਨੂੰ ਤੇ ਯਾਤਰਾ ਦਤੂ ਰਾਸਕਾਰਾ ਮੈਨ ਤੋਂ ਜਿਸ ਗੱਡੀ ਨੂੰ ਯਾਤਰਾ ਦਤੂ ਰਾਸਕਾਰਾ ਮੈਨ ਤੋਂ ਐ ਸੋਨੋ ਉਤਿਲੇ ਫਾਇਦਾ ਮੰਨਦਾ ਹੈ ਲੰਘੇ ਸੁਸਤੇ ਲੰਬੇ ਸੁਸਤੇ ਬਚਾਉਣ ਲਈ ਅਭੀ ਤਾਂ ਰੇ ਲੰਘੇ ਸੁਸਤੇ ਬਚਾਉਣ ਲਈ ਲੰਬੇ ਸੁਸਤੇ ਤੋਂ ਗੱਡੀ ਨੂੰ ਨੈਸਰੀਆ ਕਾਰੀ ਕੋ ਇਸ ਕਾਰੀ ਕੋ ਜਿਹੜਾ ਕਿ ਲੋਡ ਪੈਂਦੀ ਹੈ ਕੱਢੀ ਨੂੰ ਕਾਰੀ ਕੋ ਕਰਨ ਲਈ ਉਸ ਕਾਰੀ ਕੋ ਕਰਨ ਲਈ ਇਲਬਾਨ ਅਧਿਕਾਰੀ ਕੋ ਜਿਹੜਾ ਬਾਨ ਅਧਿਕਾਰੀ ਕੋ ਹੈ ਨਾ ਉਹਨੂੰ ਕਾਰੀ ਕੋ ਇਸ ਕਾਰੀ ਕੋ ਕਰਨ ਲਈ ਜਿਹੜਾ ਬਸ ਹੁੰਦਾ ਹੈ ਨਾ ਉਹਦੇ ਤੋਂ ਪਹੁੰਚਦਾ ਹੈ ਬੇਰ ਹੋਇਆ ਇਕਵਲੀ ਮਨਦਤ ਯਾਤਰਾ ਤੂਰਾ ਜਿਹੜੀ ਕੱਢੀ ਯਾਤਰਾ ਤੂਰਾ ਲੱਗਿਆ ਇਸ ਕਾਰਾ ਮਹਨਤੋ ਸੋਨੋ ਉਤਿਲੇ ਫਾਇਦਾ ਮੰਦਾ ਪਰ ਮੂਵਮੈਂਟਾਸਿਓਨੇ ਕੰਟੇਨਰ ਕੰਟੇਨਿਟੋਰੀ ਜਿਹੜਾ ਕੰਟੇਨਰ ਹੁੰਦੇ ਨਾ ਉਹਨੇ ਮੂਵਮੈਂਟ ਲਈ ਉਹ ਕਾਜ਼ਾ ਮੋਬਿਲ ਲਈ ਕਾਜ਼ਾ ਮੋਬਿਲ ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸ ਚੁੱਕਿਆ ਹਾਂ ਉਹ ਵੀ ਕੰਟੇ ਤੇ ਇੱਕ ਕੰਟੇਨਰਾਂ ਵਗੈਰਾ ਦੇ ਨਾ ਉਹਨਾਂ ਦੇ ਲਈ ਮੂਵਮੈਂਟ ਲਈ ਦਰਸ਼ਕਾਂ ਤੇ ਵੇਰ ਹੋਇਆ ਉਹਨਾਂ ਦੀ ਮੂਵਮੈਂਟ ਲਈ ਫਾਇਦਾਮੰਦ ਹੁੰਦਾ ਠੀਕ ਹੈ ਤੇ ਅਗੇ ਕਹਿੰਦੇ ਵੇ ਕਿਉਂਕਿ ਕਸਾ ਮੋਬਿਲ ਵੀ ਲਾ ਕੇ ਰੱਖਾਉਣਾ ਹੁੰਦਾ ਕਿਤੇ ਕੰਟੇਨਰ ਵੀ ਲਾ ਕੇ ਕਿਤੇ ਰੱਖਾਉਣਾ ਹੁੰਦਾ ਠੀਕ ਹੈ ਜਿਹੜੀ ਚੀਜ਼ਾਂ ਲੱਤ ਜਾਂਦੀਆਂ ਨਾ ਉਹਦੇ ਵਿੱਚ ਕਾਰੀ ਕੋ ਕਰਨਾ ਅਮਲ ਜਾਂ ਕਾਰੀ ਕੋ ਕਰਨਾ ਅਮਲ ਜਿਹੜਾ ਨਾ ਉਹ ਮਜ਼ਦੂਰ ਲੱਗੇ ਰਹਿੰਦੇ ਨੇ ਗੱਡੀ ਨੂੰ ਉੱਥੇ ਕਰਨਾ ਨਹੀਂ ਪੈਂਦਾ ਇਹ ਵੀ ਕਨੇਪੇ ਇਹ ਵਿਕੋਲੀ ਮੀਨੂਤੀ ਜਿਆਸਰ ਅਤਰਜ਼ਾ ਤੁਰਸਕਾਰਮੈਂਤੋ ਜਿਕੇ ਦਿਨ ਲੱਗਿਆ ਹੈ ਸਿਸਟਮ ਅਤਰਜ਼ਾ ਤੁਰਮ ਲੱਗਿਆ ਮੁਨੀਤੋ ਐ ਸਿਸਟਮ ਸਕਾਰਮੈਂਤੋ ਦਾ ਇਹ ਸੋਨੋ ਉਤਿਲੇ ਫਾਇਦਾਮੰਦ ਹੈ ਪਰ ਰੇ ਡੂਰੇ ਕੰਜ਼ੂਮ ਦੇ ਕਰਬਣ ਤੇ ਦਲ ਵਿਕੋਲੀ ਕਨੇ ਕੰਜ਼ੂਮਰ ਕਰਬਣ ਤੇ ਘਟਾਉਂਦਾ ਹੈ ਦੇਖੋ ਜੀ ਕੰਜ਼ੂਮ ਦੇ ਕਰਬਣ ਤੇ ਦਾ ਉਹ ਕੋਈ ਤਲਕ ਕੰਜ਼ੂਮ ਦੇ ਕਰਬਣ ਤੇ ਦਾ ਉਹਦੇ ਨਾਲ ਕੋਈ ਤਲਕ ਨਹੀਂ ਹੈ ਨਾ ਘਟਾਉਂਦਾ ਨਾ ਵਧਾਉਂਦਾ ਜਿਹੜਾ ਨਾਰਮਲ ਜਨਰਲ ਲੱਗਣਾ ਹੈ ਉਹ ਹੀ ਲੱਗਣਾ ਹੈ ਇਹਦਾ ਇਹਦੇ ਨਾਲ ਕੋਈ ਤਲਕ ਨਹੀਂ ਹੈ ਵੀ ਸਰ ਕੇ ਫਾਜ਼ੋ

ਉਤ ਇਸਤੇਮਾਲ ਹੁੰਦੀ ਐਨੇ ਪਰ ਇਲ ਟ੍ਰਾਂਸਪੋਰਟ ਦੀ ਬਿਕੋਲੀ ਇਨ ਅਵਾਰੀਆ ਵਿ ਟ੍ਰਾਂਸਪੋਰਟ ਲੀ ਗੱਡੀ ਕਰਨ ਲਈ ਖਰਾਬੀ ਦੀ ਹਾਲਤ ਵਿੱਚ ਕਹਨੇ ਪਏ ਇਹ ਗਲਤ ਕਿਨਫਾਲ ਹੋਇਆ ਕਹਨੇ ਫਾਇਦਾਮੰਦ ਹੈ ਟ੍ਰਾਂਸਪੋਰਟ ਕਰਨ ਲਈ ਗੱਡੀ ਜਦ ਖਰਾਬੀ ਦਾ ਹਾਲਤ ਵਿੱਚ ਗਲਤ ਕਿਨਫਾਲ ਹੋਇਆ ਦੰਦ ਕੋਈ ਚੀਜ਼ ਨਹੀਂ ਹੈ ਵੀ ਇਹ ਬਿਕੋਲੀ ਮਿਨੂਤੀ ਦੀ ਯਾਤਰਾ ਦਾ ਤੂਰਾ ਜਿਸ ਗੱਡੀ ਨੂੰ ਲੱਗਿਆ ਯਾਤਰਾ ਦਾ ਤੂਰਾ ਇਸ ਕਾਰਨ ਮੈਂ ਤੋ ਸੋਨੋ ਉਤੀਲੇ ਫਾਇਦਾਮੰਦ ਦੇ ਪਰ ਰਿਦੂਰੇਲ ਕਾਰੀ ਕੋ ਸੁਲ ਆਸੇ ਪੋਸਟਰੀਓਰੇ ਕਿਨੇ ਪਿਛਲੇ ਧੂਰੇ ਦੇ ਹੁੰਦਾ ਹੈ ਕਾਰੀ ਕੋ ਜਿਹੜਾ ਹੈ ਇਹ ਰਿਦੂ ਦੇ ਕੱਟ ਕਰਦਾ ਹੈ ਗਲਤੀ ਨੇ ਫਾਲਸ ਹੈ ਇੱਕ ਕਾਰੀ ਕੋ ਕਿਤੇ ਅੱਗੇ ਪਿੱਛੇ ਕੱਟ ਨਹੀਂ ਕਰਦਾ ਇਹਦਾ ਕਾਰੀ ਕੋ ਦੇ ਨਾਲ ਤੱਲਕ ਹੀ ਨਹੀਂ ਹੈ ਵੀ ਇਸ ਤਰ੍ਹਾਂ ਕਰਨ ਦਾ ਕਾਰਟਿਸ ਕਰਕੇ ਫਾਲਸ ਹੋ ਇਹ ਬਿਲਕੁਲੀ ਮਿਲਉਂਦੀ ਇਤਿਆਸ ਰਸਦੂ ਰਸਕਾਰਮੈਂਟੋ ਜਿੱਕੇ ਟਿਨ ਲੱਗਿਆ ਤੋ ਰਸਕਾਰਮੈਂਟੋ ਨੂੰ ਸੋ ਸੋਨ ਨੇ ਸਾਰੇ ਪਰ ਟ੍ਰਾਂਸਪੋਰਟੋ ਕਿਨੇ ਲੋਡ ਹੁੰਦੀ ਹੈ ਦੀ ਟ੍ਰਾਂਸਪੋਰਟ ਕਰ ਲਈ ਇਹ ਮਿਰਚੀ ਪੈਰੀਗਲੋਜ਼ੋ ਖਤਰਨਾਕ ਮਟੀਰੀਅਲੋ ਗਲਤ ਕਿ ਨੇ ਫਾਲਸ ਹੋਇਆ ਕੋਈ ਖਤਰਨਾਕ ਮਟੀਰੀਅਲ ਦਾ ਨਾਲੀ ਦਾ ਤਲਕ ਨਹੀਂ ਹੈ ਇਹ ਤਾਂ ਜਦ ਰਿਪੇਅਰ ਵਗੈਰਾ ਹੁੰਦੀ ਹੈ ਇਸ ਤਰ੍ਹਾਂ ਦੀ ਚੀਜ਼ਾਂ ਜਿਹੜੀ ਗੰਦਮੰਦ ਹੁੰਦਾ ਉਹ ਸੁਰਦਨ ਦੇ ਹੋ ਚੁੱਕਾ ਲੈ ਜਿੰਨੇ ਸਰਕੇ ਵੀ ਫਾਲਸ ਹੋ ਅੱਗੇ ਆਗੇ ਜੀ ਤੁਹਾਡਾ ਨਲ ਕਾਰੀ ਕੋ ਨਲ ਕਾਰੀ ਕੋ ਦਲਮਾਰਚੀ ਇੰਪੋਰਟਾਂਤੇ ਤਨੇਰੇ ਕੋਨਟੋ ਜਦ ਤੁਸੀਂ ਕਾਰੀ ਕੋ ਇਹ ਦਲਮਾਰਚੀ ਜਿਹੜਾ ਸਮਾਨ ਹੈ ਕਾਰੀ ਕੋ ਕਰਦੇ ਹੋ ਗੱਡੀ ਦੇ ਉੱਤੇ ਇੰਪੋਰਟੈਂਟ ਹੈ ਤੈਨੇ ਕੋੰਟੋ ਇਸ ਗੱਲ ਤੇ ਆ ਰੱਖੋ ਦੇਲਾ ਆਰਡਰ ਨੇ ਦੇ ਦੀ ਕੌਨਸੇਨਿਆ ਦੇ ਸਿੰਗਲੋ ਕੋਲੀ ਆਰਡਰ ਨੇ ਦੇ ਕੌਨਸੇਨਿਆ ਹੁੰਦਾ ਵੀ ਜੀ ਸਿੰਗਲੋ ਕੋਲੀ ਨੇ ਹਰ ਚੀਜ਼ ਦਾ ਸਾਹਮਣੇ ਰੱਖੋ ਹਰ ਸਿੰਗਲ ਚੀਜ਼ ਰੱਖੋ ਕੌਨਸੇਨਿਆ ਦੇ ਆਰਡਰ ਵਿੱਚ ਕੌਨਸੇਨਿਆ ਦੇ ਆਰਡਰ ਤੋਂ ਮੁਰਾਦ ਯਾਨੀ ਕਿ ਜਦ ਤੁਸੀਂ ਸਮਾਨ ਕਿਸੇ ਨੂੰ ਦੇਣ ਜਾਣਾ ਨਾ ਤੇ ਤੁਹਾਡੇ ਸਾਹਮਣੇ ਜਿਹੜਾ ਨਾ ਸਮਾਨ ਉਹ ਪਿਆ ਹੋਵੇ ਪਹਿਲਾ ਜਿਹੜਾ ਕਿ ਤੁਸੀਂ ਸਮਾਨ ਪਹਿਲੇ ਕਿਦ ਤਰ੍ਹਾਂ ਪਛਾਣਾ ਠੀਕ ਹੈ ਇਹ ਨਹੀਂ ਹੈ ਕਿ ਜਿਹੜਾ ਮੈਂ ਸਮਾਨ ਪਹਿਲੇ ਪਛਾਣਾ ਹੈ ਉਹ ਮੈਂ ਪਿੱਛੇ ਰੱਖ ਦਿਆਂ ਤੇ ਜਿਹੜਾ ਸਮਾਨ ਐਂਡ ਤੇ ਪਹੁੰਚਣਾ ਹੈ ਦੇਣਾ ਮੈਂ ਕਿਸੇ ਕੀ ਉਹ ਮੈਂ ਅੱਗੇ ਰੱਖ ਦਿਆਂ ਜ਼ੈਰੀ ਗੱਲ ਹੈ ਫਿਰ ਮੈਨੂੰ ਸਮਾਨ ਟੱਪ ਕੇ ਪਿੱਛੇ ਜਾਣਾ ਪਵੇਗਾ ਜਾਂ ਸਮਾਨ ਕੱਢ ਕੇ ਪਿੱਛੇ ਸਮਾਨ ਕਰਨਾ ਪਵੇਗਾ ਇਸ ਕਰਕੇ ਔਰਤ ਨੇ ਦੀ ਔਰਤੀ ਨੇ ਦੀ ਕੌਨਸੀ ਨੀਅਤ ਹਿਸਾਬ ਨਾਲ ਸਿੰਗਲੋ ਕੋਲੀ ਰੱਖਣੀ ਅਦਰ ਇਸਕੇ ਵੀ ਫੇਰ ਹੋਇਆ ਨਹੀਂ ਕਨਲ ਕਾਰੀ ਕੋਦਲੇ ਮਾਰਜੀ ਜਦ ਤੁਸੀਂ ਕਾਰੀ ਕੋ ਕਰਦੇ ਹੋ ਸਮਾਨ ਲੱਦਦੇ ਹੋ ਗੱਡੀ ਦੇ ਵਿੱਚ ਕਿਨੇ ਜਦ ਤੁਸੀਂ ਸਮਾਨ ਲੱਦਦੇ ਹੋ Importante è, important è che le marce che devono essere consegnate, che non entusiasmano a e consegnare i chitaggi, per primo in posizione più immediatamente accessibile, di ripelli in posizione immediatamente, immediatamente accessibile.

ਆਪਰੇਸ਼ਨ ਅਧਿਕਾਰਿਕ ਇੰਟਰਮੀਡੀਓ ਜਦ ਤੁਸੀਂ ਰਸਤੇ ਵਿੱਚ ਜਦ ਸਮਾਨ ਦੇਣਾ ਹੈ ਅੱਗੇ ਲਾਣਾ ਹੈ ਰਾਮ ਰਾਮ ਦੇ ਨਾਲ ਤੇ ਉਹ ਆਸਾਨੀ ਪੈਦਾ ਹੋਵੇ ਦਰੁਸ ਕਿੰ ਵੀ ਹੋ ਰਿਹਾ ਇਸ ਤਰ੍ਹਾਂ ਸਿਸਟਮ ਆ ਰਹੀ ਕਰਨਾ ਚਾਹੀਦਾ ਹੈ ਕਹਨੇ ਕਹਾਂਦੋ ਸੀਚਿਰ ਕੋਲਾ ਕਾਰੀਕਾਨੋ ਸੋਰੀ ਚਿਰ ਕੋਲਾ ਨਹੀਂ ਕਾਰੀਕਾਨੋ ਲੈ ਮਾਰ ਜਿੱਦ ਤੁਸੀਂ ਸਮਾਨ ਲੱਦੇ ਹੋ ਗੱਡੀ ਉੱਤੇ ਇਹ ਇਨ ਦੀ ਫਰੰਟੇ ਤਨੇਰੇ ਕੋੰਤੋ ਇਸਗਲਦਤੀਾਂ ਤੁਸੀਂ ਨਹੀਂ ਰੱਖਣਾ ਜਿਹੜਾ ਆਰਡੀਨਰੀ ਕਨਸਰਨੀਆ ਦੇ ਸਿੰਗਲ ਕੋਹਲੀ ਆਰਡੀਨਰੀ ਕਨਸਰਨੀਆ ਜਿਹੜੀ ਹੈ ਨਾ ਹਰ ਇੱਕ ਸਿੰਗਲ ਪੀਸ ਦਾ ਕਰਨੇ ਬੇ ਧਿਆਨ ਨਹੀਂ ਤੁਸੀਂ ਨਹੀਂ ਰੱਖਣਾ ਇਹ ਵੀ ਆਰਡੀਨਰੀ ਕਨਸਰਨੀਆ ਦੀ ਯਾਨੀ ਕਿ ਜਿਵੇਂ ਤੁਸੀਂ ਅੱਗੇ ਲੋਕਾਂ ਨੂੰ ਪਹਚਾਣਾ ਸਮਾਨ ਉਹਦੇ ਹਿਸਾਬ ਨਾਲ ਨਹੀਂ ਤੁਸੀਂ ਰੱਖਣਾ ਇਹ ਵੀ ਗਲਤੀ ਨੇ ਫਾਲਸ ਹੋਇਆ ਜੇ ਅਸੀਂ ਪਹਿਲੇ ਜਿਹੜਾ ਸਮਾਨ ਦੇਣਾ ਹੈ ਉਹ ਪਿੱਛੇ ਰੱਖੀਏ ਜਿਹੜਾ ਬਾਅਦ ਵਿੱਚ ਦੇਣਾ ਉਹ ਅੱਗੇ ਰੱਖੀਏ ਤੇ ਜ਼ਾਹਿਰੀ ਕਰ ਸਾਨੂੰ ਆਪ ਨੂੰ ਹੀ ਮੁਸੀਬਤ ਪਾਵੇਗੀ ਬਾਅਦ ਵਿੱਚ ਕਰਕੇ ਇਹ ਵੀ ਗਲਤ ਕੰਮ ਬਫਾਲਸ ਹੋਇਆ ਇਸ ਕਰਕੇ ਜਿਹੜਾ ਸਮਾਨ ਪਹਿਲੇ ਦਿਨਾ ਉਹ ਪਹਿਲੇ ਰੱਖੋ ਜਿਹੜਾ ਬਾਅਦ ਵਿੱਚ ਦਿਨਾ ਉਹ ਅੱਗੇ ਅੱਗੇ ਰੱਖੋ ਦਰਾਂਤੇ ਲਫਾਜ਼ ਦੀ ਕਾਰੀ ਕੋਦਲ ਵੀ ਕੋ ਲੋ ਗਾਰੀ ਕੋ ਕਰਨ ਦੇ ਦੌਰਾਨ ਗੱਡੀ ਨੂੰ ਲੈ ਮਾਰਚੀ ਸਮਾਨ ਨੂੰ ਕਿੱਦੇ ਵੋਨੋ ਐਸਰੇ ਕੋਂਸੀਨੀਆਤਾ ਜਿਹੜਾ ਕੋਂਸੀਨੀਆਰੇ ਕਰਨਾ ਤੁਸੀਂ ਪਰ ਪ੍ਰੀਮੇ ਦੇਵੋਨੋ ਐਸਰੇ ਕੁਆਲੇ ਮੈਨੋ ਐਚਸੀਬਿਲੇ ਕਿਨੇ ਪਹਿਲਾ ਜਿਹੜਾ ਉਹ ਕਾਰਟ ਐਕਸੈਸਿਬਲ ਹੋਣਾ ਚਾਹੀਦਾ ਜਿਹੜਾ ਕਾਰਟ ਪਹਿਲਾ ਹੈ ਉਹ ਤਾਂ ਪਹਿਲੇ ਐਕਸੈਸਿਬਲ ਹੋਣਾ ਚਾਹੀਦਾ ਨਾ 올ਟ ਕਹਿੰਦੇ ਨੇ ਪੇਸ਼ ਕਰਕੇ ਗਲਤ ਕਿਨੇ ਫਾਲਸ ਹੋਇਆ ਵਿਫਰੰਟ ਟੈਕਨੀਕ ਦੇ ਪ੍ਰੈਜ਼ੈਂਟੇਸ਼ਨ ਰਕਤ ਚਿਕਲਸ਼ਨ ਨੇ ਕਾਰਟ ਚਿਕਲਸ਼ਨ ਦੇ ਉੱਤੇ ਜਿਹੜੀਆਂ ਚੀਜ਼ਾਂ ਜਿਹੜੀਆਂ ਨੇ ਮੌਜੂਦ ਹੁੰਦੀਆਂ ਨੇ ਜਿਹੜੀਆਂ ਅਸੀਂ ਧਿਆਨ ਕਰਨੀਆਂ ਨੇ ਠੀਕ ਹੈ ਕਾਰਟ ਚਿਕਲਸ਼ਨ ਇਹ ਗੱਡੀ ਦੇ ਡਾਕੂਮੈਂਟਸ ਨੇ ਠੀਕ ਹੈ ਨਾ ਗੱਡੀ ਦੀ ਜਿਹੜੀ ਲਿਬਰਟ ਆਉਂਦੀ ਹੈ ਜਿਹੜੇ ਕਿ ਤੁਸੀਂ ਕਾਰਟ ਚਿਕਲਸ਼ਨ ਬਾਰੇ ਬਹੁਤ ਬਧੀਆ ਤਰੀਕੇ ਨਾਲ ਸੀ ਦੇ ਵਿੱਚ ਜਾਂ ਦੀ ਦੇ ਤੁਸੀਂ ਲਾਇਸੈਂਸ ਕੀਤਾ ਤੇ ਉਹਦੇ ਵਿੱਚ ਪੜਿਆ ਹੋਣਾ ਠੀਕ ਹੈ ਤੇ ਉਹਦੇ ਵਿੱਚ ਜ਼ਿਆਦਾ ਡਿਟੇਲ ਵਿੱਚ ਮੈਂ ਨਹੀਂ ਜਾਣ ਲੱਗਾ ਹੈ ਵੀ ਨਾ ਠੀਕ ਹੈ ਜਿਹਦੇ ਵਿੱਚ ਮਾਸਾ ਮਾਸੀਮਾ ਕਾਰੀ ਕੋ ਅਮੇ ਸੀ ਵੀ ਲੈ ਐਫ 2 ਤੇ ਲਿਖਿਆ ਹੁੰਦਾ ਹੈ ਠੀਕ ਹੈ ਤੇ ਐਲ ਜਿਹੜਾ ਕੁਆਟਰੋ ਦੇ ਨੰਬਰੋ ਦੀ ਆਸੀ ਨੰਬਰੋ ਦੀ ਪੋਸਤੀ ਇਸ ਐ ਦੀ ਜਿਹੜਾ ਵੇ ਐਸ ਐਸ 4.1 ਤੇ 3 ਤੇ ਲਿਖਿਆ ਹੁੰਦਾ ਯਾਨੀ ਕਿ ਇਹ ਚੀਜ਼ਾਂ ਸਾਰੀਆਂ ਜਿਹੜੀਆਂ तकरीबन ਨਾਰਮਲ ਜਨਰਲੀ ਤੁਹਾਨੂੰ ਪਤਾ ਹੀ ਨਹੀਂ ਪੁਰਤਾਤਾ ਜਿਹੜਾ ਲਿਖਿਆ ਹੁੰਦਾ ਐਥਲੇ ਦੂਜੀ ਦੂਜੇ ਬਨੇ ਠੀਕ ਹੈ ਇਹ ਤਿੰਨ ਨੰਬਰ ਪਾਜੀ ਨਾਲ ਜਿਹੜਾ ਲਿਬਰਤੋ ਦਾ ਫਿਰ ਇਨਫੋਰਮੇਸ਼ਨ ਇਸ ਹੋ ਪਾਣੀ ਮਾਚੀ ਟੈਰਾਂ ਦੀ ਇਨਫੋਰਮੇਸ਼ਨ ਲਿਖੀ ਹੁੰਦੀ ਹੈ ਠੀਕ ਹੈ ਮਾਸਾ ਮਾਸੀਮਾ ਮੇਸੀਬੀ ਰਸੂਲ ਅਸੀ ਇੱਕ ਤੂਰੇ ਦੇ ਕਿੰਨਾ ਵਜ਼ਨ ਜਿਹੜਾ ਥੱਲੇ ਲਿਖਿਆ ਹੁੰਦਾ ਠੀਕ ਹੈ ਤੇ ਡਿਮੈਂਸ਼ਨੇ ਦਿਲ ਵਿਕੋਲੋ 8 ਲਿਖਿਆ ਹੁੰਦਾ ਇਹ ਸਾਰੀ ਚੀਜ਼ਾਂ ਜਿਹੜੀਆਂ ਤੁਹਾਨੂੰ ਵਜ਼ਾਰੀ ਗੱਲੇ ਨੋਟਿਸ ਵਿੱਚ ਹੋਣੀਆਂ ਹੀ ਨਹੀਂ ਸਾਰੀਆਂ ਯਾਨੀ ਕਿ ਘਰ ਚ ਕੁਛ ਹੋਣੇ ਤੁਸੀਂ ਦੇਖ ਸਕਦੇ ਹੀ ਹੋ ਬਗੇ ਜੇ ਨਾ ਦੇਖ ਸਕਦੇ ਹੋ ਤੁਸੀਂ ਮੈਨੂੰ ਦੱਸ ਸਕਦੇ ਹੋ ਕਮੈਂਟ ਦੇ ਵਿੱਚ ਮੈਂ ਅਗਲੀ ਕੋਈ ਵੀਡੀਓ ਬਣਾਵਾਂਗਾ ਤਾਂ ਉਹਦੇ ਵਿੱਚ ਪਹਿਲੇ ਮੈਂ ਕੱਤ ਚ ਕੁਸ਼ਨ ਦੇ ਬਾਰੇ ਤੁਹਾਨੂੰ ਮੈਂਸ਼ਨ ਕਰ ਦੇਵਾਂਗਾ ਕਿਹੜੀ ਚੀਜ਼ਾਂ ਨੇ ਕਹਿੰਦੇ ਬੇ ਲਮਾਸਾ ਮੈਕਸੀਮਾ ਕਾਰੀਗੋ ਜਿਹੜਾ ਮਾਸਾ ਮੈਕਸੀਮਾ ਕਾਰੀਗੋ ਜਿਹੜਾ ਹੁੰਦਾ ਹੈ ਟੈਕਨੀਕਲ ਮੈਂ ਤੇ ਮੈ ਸਿਮੂਲੇਟ ਟੈਕਨੀਕਲੀ ਜਿਹੜਾ ਅਜਾਜ਼ਤ ਹੁੰਦੀ ਹੈ ਠੀਕ ਹੈ ਤੁਹਾਨੂੰ ਪਤਾ ਨਾ ਜਿਹੜੇ ਉਹ 4 ਪੇਜੀ ਨੀਜੇ ਬਣੇ ਹੁੰਦੇ ਨੇ ਉਹਦੇ ਤੇ ਕੱਤ ਚ ਕੁਸ਼ਨ ਨੇ ਉਹਦੇ ਵਿੱਚ ਚੌਥੇ ਵਿੱਚ ਤੁਹਾਨੂੰ ਲਿਖਿਆ ਲੱਭੇਗਾ ਇਨਫਾਰਮੇਸ਼ਨ ਜਿਹੜਾ ਕਿ ਮਾਸਾ ਮੈਕਸੀਮਾ ਅਮੈਸਸੀਬਿਲੇ ਸੁਲਾਸੀ ਇੱਕ ਤੂਰੇ ਦੇ ਕਿੰਨਾ ਵਜ਼ਨ ਆ ਜਿਵੇਂ ਗੱਡੀ ਦੇ ਕਿੰਨਾ ਵਜ਼ਨ ਲੈ ਕੇ ਜਾ ਸਕਦੇ ਹੋ ਠੀਕ ਹੈ 2ਵੇਂ ਕੇ F2 ਵਿੱਚ ਮਿਲੇਗਾ ਮਾਸਾ ਮੈਕਸੀਮਾ ਅਕਾਰਿਕੋਮੈਸਿਬਿਲੇ ਜਿਹੜਾ ਦੂਸਰਾ ਪੱਜინა ਉਹਦਾ ਤੇ ਲਿਬਰੇ ਤੋਂ ਦਾ ਗੱਡੀ ਦੀ ਦਾ F2 ਦੇ ਵਿੱਚ ਵੀ ਲੱਭ ਸਕਦਾ ਠੀਕ ਹੈ ਕਹਿੰਦੇ ਬੇ ਮੈਂ ਕਹਿੰਦੇ ਮਾ ਮਾਸਾ ਮਾਸਿਮਾ ਕਾਰੀ ਕੋ ਟੈਕਨੀਕਾ ਮੈਂ ਤੇ ਐਮ ਐਸ ਸੀ ਵੀਲੇ ਮੈਕਸਮ ਐਸ ਸੀ ਮੇ ਜਿਹੜਾ ਇਜਾਜ਼ਤ ਹੈ ਡਿਲੀਟੋ ਕਾਰੀ ਟ੍ਰੱਕ ਦੇ ਉਤੇ ਹੈ ਇੰਡੀਕਾਟੂ ਸਰ ਕਰਤਾ ਜਿਹੇ ਕੁਸ਼ਨ ਕਿਤੇ ਇੰਡੀਕੇਟ ਕਰਦੇ ਕਾਤਾ ਜਿਹੇ ਕੁਸ਼ਨ ਇਧਰ ਉਸਕੇ ਪੇਪਰ ਆਇਆ ਸਾਨੂੰ ਪਹਿਲੀ ਵਾਰ ਕਾਤਾ ਜਿਹੇ ਕੁਸ਼ਨ ਇੰਡੀਕੇਟ ਕਰਦੇ ਨੇ ਉਹ ਜੀ ਮਾਸਾ ਦਲ ਬਿਗੋਲੀ ਜਿਹੜਾ ਗੱਡੀ ਦਾ ਵਜ਼ਨ ਹੈਗਾ ਠੀਕ ਹੈ ਜੀ ਆ ਵੋ ਤੋ ਦਲਵੀ ਗੋਲ ਖਾਲੀ ਗੱਡੀ ਦਾ ਵਜ਼ਨ ਜਿਹੜਾ ਹੈਗਾ ਠੀਕ ਹੈ ਜਿਹੜਾ ਕਿ ਜਿਹਨੂੰ ਕਿ ਤਾਰਾ ਕਹਿੰਦੇ ਨੇ ਹੈਨਾ ਮਾਸਾ ਇਨ ਔਰਡਿਨੇ ਦੇ ਮਾਰਚੀਆ ਯਾਨੀ ਕਿ ਮਤਾਰਾ ਹੋ ਗਈ ਠੀਕ ਹੈ ਮਾਸਾ ਇਨ ਔਰਡਿਨੇ ਮਾਰਚਿਆ ਤਾਰਾ ਨਹੀਂ ਕਹਿੰਦੇ ਨੇ ਠੀਕ ਹੈ ਜੀ ਇਸ ਗੱਲ ਨੂੰ ਜ਼ੈਨ ਵਿੱਚ ਰੱਖਣਾ ਹੈ ਤਾਰਾ ਯਾਨੀ ਕਿ ਖਾਲੀ ਗੱਡੀ ਖਾਲੀ ਗੱਡੀ ਵਿੱਚ ਕੀ ਵਜ਼ਨ ਹੁੰਦਾ ਜੀ ਉਹਦੇ ਬਾਰੇ ਇਹ ਕੁਐਸਚਨ ਆਵੇਗਾ ਕਹਿੰਦੇ ਮਾਸਾ ਮਾਸਾ ਦਲਵੀ ਗੋਲ ਹੋ ਦੀ ਇਨ ਔਰਡਿਨੇ ਦੇ ਮਾਰਚੀਆ ਜਿਹੜਾ ਹੈ ਆਪਾਰੀ ਬਰਾਬਰ ਹੁੰਦਾ ਹੈ ਅਲਾ ਮਾਸਾ ਵੋਟੋ ਦੇ ਵਿਕੋਲੋ ਕਿਨੇ ਖਾਲੀ ਗੱਡੀ ਦੇ ਬਰਾਬਰ ਹੁੰਦਾ ਹੈ ਪਿਊ ਪੇਜ਼ੋ ਦਲਕੰਦ ਚੈਂਤੇ ਔਰ ਜੇ ਤੁਪਲਾਸ ਡਰਾਈਵਰ ਦਾ ਵਜ਼ਨ ਹੁੰਦਾ ਹੈ ਪਿਊ ਪੇਜ਼ੋ ਦਲਕਰ ਬਰਾਂਤੇ ਔਰ ਇਸ ਤੋਂ ਬਾਅਦ ਕਰਬਰਨ ਤੇ ਗੱਡੀ ਦੇ ਜਿ ਵਿੱਚ ਜਿਹੜੀ ਗੱਡੀ ਤੇਲ ਡੀਜ਼ਲ ਜੋ ਵੀ ਖਾਂਦੇ ਉਹਦਾ ਵਜ਼ਨ ਹੁੰਦਾ ਹੈ ਕਨ ਸਰਬਤੋ ਯਾ ਪੈਨੋ ਅਲ ਨਵਾਂਤਾ ਪਰਚੈਂਟੋ ਜਿਹੜੀ ਸਰਬਤੋ ਇਹ ਟੈਂਕੀ ਉਹਦੀਨ ਫੁੱਲ ਹੋਣੀ ਚਾਹੀਦੀ 90% ਯਾਨੀ ਕਿ ਮਾਸਾ ਨੀ オーਰਡੀਨ ਨੀ ਮਾਰਜਾ ਯਾਨੀ ਕਿ ਜਰਮਤਾਰਾ ਗੱਡੀ ਦਾ ਵਜ਼ਨ ਹਾਲੀ ਗੱਡੀ ਦਾ ਵਜ਼ਨ ਹੁੰਦਾ ਨਾ ਉਹ ਡਰਾਈਵਰ ਦਾ ਵਜ਼ਨ ਗੱਡੀ ਦਾ ਵਜ਼ਨ ਔਰ 90% ਜਿਹੜਾ ਉਹਦੇ ਵਿੱਚ ਔਇਲ ਹੁੰਦਾ ਹੈ ਉਹਦਾ ਵਜ਼ਨ ਨਾਪਿਆ ਜਾਂਦਾ ਸਮਝਾਇਆ ਜਾਂਦਾ ਠੀਕ ਹੈ ਇਹਨੂੰ ਕਹਿੰਦੇ ਨੇ ਮਾਸਾ ਨੀ オーਰਡੀਨ ਨੀ ਮਾਰਜਾ ਯਾਨ ਤਾਰਾ ਇਹਦੇ ਤੋਂ ਇਲਾਵਾ ਹੁੰਦਾ ਹੈ ਪੋਰਟਾਤਾ ਕਾਰਿਕੋ ਉਟਿਲੇ ਜਿਹੜਾ ਕਿ ਸਮਾਨ ਲੱਦ ਕੇ ਲੈ ਕੇ ਜਾ ਰਹੇ ਉਹਨੂੰ ਕਹਿੰਦੇ ਨੇ ਪੋਰਟਾਤਾ ਜਾਂ ਫਿਰ ਕਾਰਿਕੋ ਉਟਿਲੇ ਕਹਿੰਦੇ ਨੇ ਫੇਰ ਇਹ ਜਦੋਂ ਲਾਬਾ ਹੁੰਦਾ ਮਾਸਾ ਕੰਪਲੈਸਿਵਾ ਪੈਨੋ ਕਾਰੀਗੋ ਮਾਸਾ ਕਾ ਐਮ ਸੀ ਪੀ ਸੀ ਵੀ ਕਹ ਦਿੰਦੇ ਨੇ ਮਾਸਾ ਕੰਪਲੈਸਿਵਾ ਕੰਪ ਕਾਰੀਗੋ ਹੁੰਦਾ ਹੈ ਜਿਹੜਾ ਕਿ ਅਸੀਂ ਤਾਰਾ ਪੜਿਆ ਸੀ ਨਾ ਮਾਸਾ ਮਾਸਾ ਨੋਰਡਿਨ ਮਰਚੀਆ ਤਾਰਾ ਪਲਸ ਪੋਰਟਾਤਾ ਕਾਰੀਗੋ ਉੱਤੇ ਲੇ ਇਹ ਦੋ ਵਿੱਚ ਨਰ ਲਾ ਕੇ ਬਣਦਾ ਹੈ ਮਾਸਾ ਕੰਪਲੈਸਿਵਾ ਪੈਨੋ ਕਾਰੀਗੋ ਇਸ ਕਰਕੇ ਕੁਐਸਚਨ ਨੇ ਦਰੁਸ ਕਿੰਨੇ ਬੇ ਵੇਰ ਹੋਇਆ ਇੱਕ ਆਨ ਬੇ ਮਾਸ ਤਾਰਾ ਹਾਲੀ ਗੱਡੀ ਦਾ ਵਜ਼ਨ ਦਾਸ ਰਹੇ ਡਰਾਈਵਰ ਪਿਊ ਪੈਸ ਦੇ ਲਿਵ ਕਰ ਬਣਦੇ ਕੋਨ ਸਰਬਤੋਇਆ ਪੈਨੋ ਅਲ 90% ਜਿਦੇ ਵਿੱਚ ਤਾਂ ਕੀ ਫੁੱਲ ਹੋਵੇ 90% ਦੂਸਰ ਕੇ ਵੀ ਹੋ ਰਹਾ ਹੈ ਮਾਸਾ ਕਮਲਸਿਵਾ ਪੈਨੋ ਕਾਰੀ ਗੁਜਰਾ ਹੈ ਕੌਨ ਚੀ ਦੇ ਪ੍ਰਭਾਵਿਤ ਅਸਰ ਅੰਦਾਜ਼ ਕਰਦਾ ਹੈ ਕੌਨ ਲਾ ਮਾਸਾ ਦਲ ਵਿਕੋਲੋ ਇਨ ਔਰਦੀਨੇ ਦੀ ਮਾਰਚੀਆ ਕਹਿੰਦੇ ਮਾਸਾ ਜਿਹੜਾ ਵਜ਼ਨ ਹੈ ਗੱਡੀ ਦਾ ਔਰਦੀਨੇ ਦੀ ਮਾਰਚੀਆ ਦੇਖੋ ਜੀ ਔਰਦੀਨੇ ਦੀ ਮਾਰਚੀਆ ਕੀ ਹੁੰਦਾ ਹੈ ਔਰਦੀਨੇ ਦੀ ਮਾਰਚੀਆ ਹੁੰਦਾ ਹੈ ਤਾਰਾ ਖਾਲੀ ਗੱਡੀ ਦਮਾਸਾ ਕੰਪਲੈਸਿਵਾ ਕਹਿੰਦੇ ਕੋਈ ਚੀਜ਼ ਦੇ ਇਹ ਇਹ ਮਫਾਕ ਪਰ ਇਹ ਦੇ ਨਾਲ ਮਿਲਦਾ ਜੁਲਦਾ ਹੈ ਠੀਕ ਹੈ ਕਹਿੰਦੇ ਨੇ ਪੇ ਇਹ ਮਾਸਦਲ ਔਰ ਨੇ ਮਾਰਚਾ ਯਾਨੀ ਕਿ ਗੱਡੀ ਖਾਲੀ ਦੇ ਵਜ਼ਨ ਦੇ ਨਾਲ ਮਿਲਦਾ ਜੁਲਦਾ ਨਹੀਂ ਇਹ ਮਾਸਾ ਕੰਪਲੈਸਿਵਾ ਤੇ ਲਈ ਨਾ ਇਹ ਹੋਣਾ ਚਾਹੀਦਾ ਮਾਸ ਮਾਸਾ ਨੇ ਔਰ ਨੇ ਮਾਰਚਾ ਪਿਓ ਪਲਸ ਪੋਰਟਾਤਾ ਯਾਨੀ ਕਿ ਕਾਰ ਦੀ ਕੋ ਉਤਿਲੇ ਪਲਸ ਇਹ ਦੋ ਵਿੱਚ ਇਹਨਾਂ ਲਾ ਕੇ ਮਾਸਾ ਕੰਪਲੈਸਿਵਾ ਬਣਦਾ ਹੈ ਇਸ ਕਰਕੇ ਇਹ ਸਿਰਫ ਇੱਕ ਚੀਜ਼ ਦਾ ਨਾਮ ਨਹੀਂ ਲੈਨੇ ਵਿਕੋਲੀ ਨੇ ਔਰ ਨੇ ਮਾਰਚਾ ਯਾਨੀ ਕਿ ਤਾਰਾ ਖਾਲੀ ਗੱਡੀ ਦੇ ਵਜ਼ਨ ਕਰ ਰਹੇ ਨੇ ਗੱਲ ਇਸ ਕਰਕੇ ਫਾਲਸ ਹੋ ਇਹਨੇ ਮਾਸ ਕੰਪਲੈਕਸਿਵਾ ਪੈਨੋ ਕਾਰੀ ਕੋ ਜਰ ਹੈ ਡਿਫਰੈਂਟ ਡਿਫਰੈਂਟ ਹੁੰਦਾ ਹੈ ਤਰਾਲਾ ਪੋਰਟਾਤਾ ਇਤਾਰਾ ਕਹਿੰਦੇ ਪੋਰਟਾਤੋਂ ਦੇ ਵਜ਼ਨ ਜਿਹੜਾ ਟਰਾਂਸਪੋਰਟ ਕਰ ਰਹੇ ਹੋ ਇਤਾਰਾ ਔਰ ਜਿਹੜੀ ਖਾਲੀ ਗੱਡੀ ਸੀ ਜਿਹਦੇ ਵਿੱਚ 90% ਓਇਲ ਡਰਾਈਵਰ ਖਾਲੀ ਗੱਡੀ ਉਹਨੂੰ ਇਤਾਰਾ ਕਹਿੰਦੇ ਨੇ ਕਹਿੰਦੇ ਇਹਦੇ ਨਾਲ ਡਿਫਰੈਂਟ ਹੁੰਦਾ ਹੈ ਇਹ ਡਿਫਰੈਂਟ ਨਹੀਂ ਹੁੰਦਾ ਇਹ ਪ੍ਰੋਪਰ ਡੈਫੀਨੇਸ਼ਨ ਹੈ ਹੀ ਮਾਸ ਕੰਪਲੈਕਸਿਵਾ ਦੀ ਹੈ ਇਸ ਕਰਕੇ ਕੁਐਸਚਨ ਗਲਤ ਹੋ ਗਿਆ ਕਹਿੰਦੇ ਡਿਫਰੈਂਟ ਹੁੰਦਾ ਹੈ Pentru că masa compresivă de definiție în aghie, portata și tara, portata carică utile, tara masa în ordine de marci, e în domeniul de numele ache, masa compresivă, pieno carică, bani de ser, că e falsă aia. Carică utile, gere, masa maximă, carică utile, gere, masa maximă, de la marci, gere, la mă De că e un avicolo po transportare. ਕਾਰੀ ਕੋ ਉਤਲੇ ਜਿਹੜਾ ਨਾ ਮੈਕਸਿਮਮ ਵਜ਼ਨ ਹੁੰਦਾ ਹੈ ਮਾਸਾ ਮਾਸੀਮਾ ਮਰਚੀਸ ਮਾਸ ਮੈਕਸਮਮ ਮੰਨ ਹੁੰਦਾ ਹੈ ਕਿ ਵਿਕੋਲੀ ਪੋ ਟ੍ਰਾਂਸਪੋਰਟਾਰ ਜਿਹੜਾ ਗੱਡੀ ਟ੍ਰਾਂਸਪੋਰਟ ਕਰ ਸਕਦੀ ਹੈ ਜਿਹੜਾ ਕਰਤਾ ਚੁਕਸ਼ਨ ਲਿਖਿਆ ਹੁੰਦਾ ਹੈ ਕਾਰੀ ਕੋ ਉਤਲੇ ਹੀ ਹੁੰਦਾ ਦਰੁਸ਼ਕਾਂ ਦੇ ਵੇਰ ਕਾਰੀ ਕੋ ਉਤਲੇ ਯਾਨੀ ਕਿ ਪੋਰਤਾਤਾ ਵੇਰ ਹੋਇਆ ਇਹ ਕਾਰੀ ਕੋ ਉਤਲੇ ਦੀ ਹੁੰ ਨਾ ਵਿਕੋਲੋ ਜਿਹੜਾ ਕਾਰੀ ਕੋ ਉਤਲੇ ਗੱਡੀ ਦਾ ਇੰਦਿਵੀਦੁਆਤਾ ਦਲਾ ਸੂਏ ਪੋਰਤਾਤਾ ਕਿ ਨੇ ਇੰਡਿਵੀਦੁਆਤੇ ਛਨਾਤ ਕਰਦਾ ਹੈ ਉਹਨਾਂ ਸੂਏ ਪੋਰਤਾਤਾ ਕਾਰੀ ਕੋ ਉਤਲੇ ਕੀ ਹੁੰਦਾ ਪੋਰਤਾਤਾ ਹੁੰਦਾ ਛਨਾਤ ਕਰਦਾ ਪੋਰਤਾਤਾ ਦੀ ਯਾਨੀ ਇਦੋ ਵੀ ਕੋਈ ਚੀਜ਼ਾਂ ਦੀ ਗੱਲ ਕਰ ਰਹੇ ਨੇ ਕਾਰੀ ਕੋ ਉਤਲੇ ਦਿਨ ਵੀ ਕੋ ਲਈ ਕਾਰੀ ਕੋ ਇਤਲੇ ਗੱਡੀ ਦਾ ਅੰਦਾ ਇੰਦੂ ਵਿਦਵਾਤਾ ਸ਼ਨਾਤ ਕਰਦੇ ਨੇ ਦਰਸੂਆ ਪੋਰਤਾਤਾ ਦਰਸ਼ਕਾਂ ਤੇ ਪਰ ਹੈ ਇਕਾਰੀ ਕੋ ਉਤਲੇ ਰਿਕਾਵਾ ਸੋਤੋਰੈਂਡੋ ਕਹਨੇ ਬੇ ਇਹ ਥੋੜਾ ਜਿਹਾ ਇਕੱਠ ਹੋਣਾ ਚਾਹੀਦਾ ਇਦਲਾ ਮਾਸ ਕੰਪਲੈਕਸਿਵਾ ਪੈਨੋ ਕਾਰੀ ਕੋ ਤੂੰ ਕਹਨੇ ਬੇ ਕੱਟ ਹੋਣਾ ਚਾਹੀਦਾ ਮਾਸ ਕੰਪਲੈਕਸਿਵਾ ਪੈਨੋ ਕਾਰੀ ਕੋ ਤੂੰ ਦਲੇ ਵਿਕੋਲੋ ਅਲ ਸੂਏ ਮਾਸਾ ਇਨ ਔਰਡੀਨੇ ਮਾਰਚੀਆ ਔਰ ਜਿਹੜਾ ਮਾਸਾ ਔਰਡੀਨੇ ਦੀ ਮਾਰਚੀਆ ਯਾਨੀ ਕਿ ਤਾਰਾ ਖਾਲੀ ਗੱਡੀ ਦਾ ਵਜ਼ਨ ਔਰ ਕਾਰੀ ਕੋ ਜਿਹੜਾ ਉੱਤੇ ਲਿਆ ਹੈ ਇਹਦੇ ਤੋਂ ਜਿਹੜਾ ਮਾਸਾ ਕੰਪਲੈਕਸਿਵ ਆ ਨਾ ਇਹ ਦੋ ਮਤ ਲਾ ਕੇ ਤੇ ਇੱਕ ਆ ਥੋੜਾ ਜਿਹਾ ਕੱਟਣਾ ਚਾਹੀਦਾ ਠੀਕ ਹੈ ਦਰਸ ਕਿਨ ਵੇਅ ਹੋ ਰਹਾ ਕਿਉਂਕਿ ਜਿਤਨੀ ਲਿਮਟ ਹੈ ਨਾ ਲਿਮਟ ਤੋਂ ਬਾਧ ਨਹੀਂ ਹੋਣਾ ਚਾਹੀਦਾ ਸਮਾਨ ਸਮਾਨ ਕੋਸ਼ਿਸ਼ ਹੋਣੀ ਚਾਹੀਦੀ ਇਕੱਠੀ ਹੋਵੇ ਤੁਹਾਡਾ ਆਲਾਂਗੇ ਟੋਲਰੈਂਸ ਆ ਹੁੰਦੀ ਹੈ ਇਹਦੇ ਵਿੱਚ ਵੀ ਜੇ ਤੁਸੀਂ ਸਮਾਨ ਟਰਾਂਸਪੋਰਟ ਕਰਨਾ ਪਾਉ ਇਹ ਕਰੋਗੇ ਨਾ ਥੋੜਾ ਜਿਨਾ ਵਧ ਤੇ ਟੋਲਰੈਂਸ ਆ ਨਹੀਂ ਕਿ ਹੁੰਦੀ ਹੈ ਦੇ ਵਿੱਚ ਲੇਕਿਨ ਪੈਰ ਜਿਹੜਾ ਹੁੰਦਾ ਨਾ ਖਤਰਨਾਕ ਸਮਾਨ ਉਹਦੇ ਵੀ ਟੋਲਰੈਂਸ ਆ ਨਹੀਂ ਹੁੰਦੀ ਹੈ ਵੀ ਟੋਲਰੇਟ ਨਹੀਂ ਕਰਦੇ ਬਰਦਾਸ਼ਤ ਨਹੀਂ ਕਰਦੇ ਆ ਵੀ ਕਿ ਜੇ ਆਮ ਸਮਾਨ ਹੋਵੇਗਾ 5% ਜੇ ਵਧ ਹੋਵੇਗਾ ਨਾ ਤਾਂ ਉਹਦੇ ਵਿੱਚ ਬਰਦਾਸ਼ਤ ਕਰਦੇ ਨੇ ਤੁਹਾਨੂੰ ਨਿਕਲਣ ਜਾਣ ਦੇਾਂਗੇ ਲੇਕਿਨ ਜੇ ਸਮਾਨ ਹੋਵੇਗਾ ਮਿਰਚੀ ਪੈਰੀਕਲੋਸ ਹੋਵੇਗਾ तो फिर तो जान नहीं दे सुरत भी तो लेकिन थोड़ा घट होगा तो वादी कई कार्यको दिखोलो कारिको जरा ग्डी का नो न दे कोजारे इल सुपेरा महन तो दला सूए मासा क्या नी बदलना चाहिए उस मासा तू मासा कॉम्बलैसीवा पेनों कारीको मासा कॉम्बलेवा यानी कि कंपलीट ग तारा खाली गड्ढी का प्लस पुरताता कारीको ऊ तिले यानी कि इन दोवह तू मिला के बनता मासा कॉम्बलैसीवा मासा कॉम्पलैसीवा टोटल वजन हो गया बराबर ठीक है ਮਾਸ ਆ ਕੰਪਲੈਸੀਦਾ ਉਸੀ ਵਤੂ ਜਿਹੜਾ ਕਾਰੀ ਕੋ ਉਤਲੇ ਜਿਹੜੇ ਕਨ ਗੱਡੀ ਦਾ ਵਜ਼ਨ ਜਿਹੜਾ ਮਾਸ ਆ ਕੰਪਲੈਸੀਦਾ ਤੂੰ ਸੁਪਰ ਉਪਰ ਨਹੀਂ ਹੋਣਾ ਚਾਹੀਦਾ ਦਰੁਸ ਕਿੰ ਬੇਵਰ ਹੋਇਆ ਕਾਟੋ ਉਸਕੇ ਬਾਤ ਨਹੀਂ ਹੋ ਸਕਦਾ ਲਾ ਪੋਰਟਾਤਾ ਦਿ ਨੋਵਿਕੋਲੋ ਦਿ ਲਾ ਪੋਰਟਾਤਾ ਗੱਡੀ ਦਾ ਉਮੈਂਤਾ ਵਧ ਜੇਗਾ ਹਲੋਮੈਂਟਾਰ ਦਲਾ ਤਾਰ ਦਲਿਵ ਗੋਲੀ ਕਿਨ ਪੋਰਟਾਤਾ ਵਧ ਜੇਗਾ ਉਮੈਂਟਾਰੇ ਜੇ ਵਧ ਜੰਦਾ ਤਾਰ ਦਲਿਵ ਗੋਲੀ ਗੱਡੀ ਦਾ ਤਾਰਾ ਵਧ ਗਿਆ ਔਰ ਗੱਡੀ ਦਾ ਖਾਲੀ ਵਜ਼ਨ ਨਾ ਕਨਨ ਪੇ ਪੋਰਟਾਤਾ ਵੀ ਵਧ ਜੇਗਾ ਪੋਰਟਾ ਤੱਕ ਹੀ ਮਵਾ ਦੇਗਾ ਪਰ ਬਈ ਗੱਡੀ ਤੇ ਜਿੰਨਾ ਵਜ਼ਨ ਹੈ ਜੇ ਗੱਡੀ ਦੇ ਕਾਤ ਚ ਕ੍ਰਿਸ਼ਨ ਜਿਨ੍ਹਾਂ ਲਿਖਿਆ ਪੋਰਟਾ ਤਾਂ ਉਤਨਾ ਹੀ ਰੋਵੇਗਾ ਉਹ ਵੱਧ ਨਹੀਂ ਸਕਦਾ ਇਹ ਵੀ ਇਸ ਕਰਕੇ ਗਲਤ ਕਿਨ ਫਾਲਸ ਹੋਇਆ ਇੱਕਾਰੀ ਕੋ ਉਤਲੇ ਦੇ ਰਮੋਰਕਿਓ ਜਿਹੜਾ ਕਾਰੀ ਕੋ ਉਤਲੇ ਰਮੋਰਕਿਓ ਦੇ ਲਈ ਰਮੋਰਕਿਓ ਤਾਂ ਵੀ ਲਿਖਿਆ ਹੁੰਦਾ ਠੀਕ ਹੈ ਗੱਡੀ ਦੇ ਕਾਤ ਚ ਕ੍ਰਿਸ਼ਨ ਹੁੰਦਾ ਹੈ ਲਿਖਿਆ ਹੁੰਦਾ ਵੀ ਗੱਡੀ ਦਾ ਇੰਨਾ ਹੋਵੇ ਔਰ ਰਮੋਰਕੀ ਦਾ ਇੰਨਾ ਹੋਵੇ ਠੀਕ ਹੈ ਕਹਿੰਦੇ ਪੇ ਇਹ ਕਨੇਬੇ ਕਾਰੀ ਕੋ ਉਤਲੇ ਰਮੋਰਕਿਓ ਕੋਰਿਸਪੋਂਦੇ ਕੋਰਿਸਪੋਂਦੇ ਸਾਲਾ ਸੂ ਮਾਸਾ ਮੈਸੀਮਾ ਪੈਨੋ ਕਾਰੀ ਕੋ ਕਨੇਬੇ ਇਹ ਉਹਦੇ ਤੋਂ ਹੁੰਦਾ ਜਿਹੜਾ ਕਿ ਮਾਸਾ ਮੈਸੀਮਾ ਪੈਨੋ ਕਾਰੀ ਕੋ ਹੈ ਦੇਖੋ ਜੀ ਮਾਸਾ ਮੈਸੀਮਾ ਪੈਨੋ ਕਾਰੀ ਕੋ ਗੱਡੀ ਦਾ ਹੁੰਦਾ ਹੈ ਪਲਸ ਰਮੋਰਕਿਓ ਦਾ ਵੀ ਲਿਖਿਆ ਹੁੰਦਾ ਹੈ ਅਲੱਗ ਤੋਂ ਕਿ ਰਮੋਰਕਿ ਦਾ ਨਾ ਉਸਦਾ ਠੀਕ ਹੈ ਇਸ ਕਰਕੇ ਇਹ ਗਲਤ ਕਨੇਬੇ ਫਾਲਸ ਹੋਇਆ ਕਿ ਕਾਰੀ ਕੋ ਉਤਲੇ ਹੁੰਦਾ ਠੀਕ ਹੈ ਜਿਹੜਾ ਉਪਰਤਾਤ ਹੁੰਦਾ ਹੈ ਠੀਕ ਹੈ ਮਾਸਾ ਕੰਪਲੈਕਸਿਵਾ ਨੇ ਟੋਟਲ ਕੰਪਲੀਟ ਕਰ ਦਿੱਤਾ ਵਜ਼ਨ ਕਾਰੀਕੋ ਉਤਿਲੇ ਦੀ ਹੁੰਦਾ ਹੈ ਅਤੇ ਵਿਗੋਲੀ ਕਾਰੀਕੋ ਉਤਿਲੇ ਇਹ ਕੱਢੀਦਾ ਜਿਹੜਾ ਕੋਨਚੀ ਦੇ ਇਹ ਉਹਦੇ ਵਰਗਾ ਹੁੰਦਾ ਹੈ ਠੀਕ ਹੈ ਆਲਾਸੂ ਹੈ ਮਾਸਾ ਕੰਪਲੈਕਸਿਵਾ ਪੈਨੋ ਕਾਰੀਕੋ ਕਿਨੇ ਕਾਰੀਕੋ ਉਤਿਲੇ ਇਹਦੇ ਵਰਗਾ ਹੀ ਹੁੰਦਾ ਕਾਸ ਮਾਸਾ ਕੰਪਲੈਕਸਿਵਾ ਪੈਨੋ ਕਾਰੀਕੋ ਯਾਨੀ ਕਿ ਦੇਖੋ ਜੀ ਕਾਰੀਕੋ ਉਤਿਲੇ ਪਲਸ ਤਾਰਾ ਯਾਨੀ ਕਿ ਮਾਸਾ ਨਹੀਂ ਹੋਰਦੀ ਨਹੀਂ ਮਾਰਚ ਜਿਹੜਾ ਤਾਰਾ ਖਾਲੀ ਹੁੰਦੀ ਗੱਡੀ ਪਲਸ ਮਾਰਕ ਬਰਤਾਤਾ ਇਨ ਕਾਰੀ ਕੋਉਤਲੇ ਕਹਿੰਦੇ ਨੇ ਇਹ ਦੋਵੇਂ ਮਲਾਕ ਹੈ ਤੇ ਫਿਰ ਮਾਸਾ ਕੰਬਲਸੀਵਾ ਬਣਦਾ ਇਸ ਕਰਕੇ ਫਾਲਸੋ ਕਾਰੀ ਕੋਉਤਲੇ ਦੀ ਨੀ ਗੋਲੋ ਜਿਹੜਾ ਕਾਰੀ ਕੋਉਤਲੇ ਇੱਕ ਗੱਡੀ ਦਾ ਕ੍ਰਿਸਪੋਂਦੇ ਅਲਾ ਸੂਏ ਮਾਸਾ ਇਨ ਔਰਡਿਨੇ ਦੇ ਮਾਰਚੀਆ ਕਹਿੰਨੇ ਕੋਰਿਸਪੋਂਡ ਇਹ ਕਹਿੰਨੇ ਬੇ ਕਾਰੀ ਕੋਉਤਲੇ ਹੁੰਦਾ ਹੈ ਕ੍ਰਿਸਪੋਂਦੇ ਸੂਏ ਮਾਰਚੀ ਔਰਡਿਨੇ ਦੇ ਮਾਰਚੀਆ ਯਾਨੀ ਕਿ ਤਾਰਾ ਦਾ ਹੁੰਦਾ ਹੈ ਗਲਤੀ ਨਿਫਾਸਾ ਤਾਰਾ ਦਾ ਇੱਕ ਸਪੈਸੀਫਿਕ ਹੁੰਦਾ ਜਿਹਦੇ ਵਿੱਚ ਖਾਲੀ ਗੱਡੀ ਦਾ ਵਜ਼ਨ ਡਰਾਈਵਰ ਦਾ ਪਲਸ 90% ਔਇਲ ਦਾ ਹੋਰ ਕਾਰੀ ਕੋ ਉਤਲੇ ਡਿਪੈਂਡ ਕਰਦਾ ਜੀ ਜਨਾ ਕਾਰ ਤਰਿਕ ਚ ਕੁਸ਼ਨ ਉੱਤੇ ਲਿਖਿਆ ਹੈ ਸਰ ਕੇ ਫਾਲਸ ਹੋ ਕਿਨੇ ਕਾਰੀ ਕੋ ਉਤਲੇ ਪਾਰੀ ਬਰਾਬਰ ਹੁੰਦਾ ਪੇਜ਼ੋਦਲਾ ਕਰੋਜੇਰੀਆ ਕਰੋਜੇਰੀਆ ਦੇ ਕਰਨੇ ਤੇ ਜਿਹੜਾ ਵਜ਼ਨ ਹੈ ਨਾ ਉਹਦੇ ਬਰਾਬਰ ਹੁੰਦਾ ਹੈ ਗਲਤ ਕਿਨਪੇ ਬੇ ਨਿਹਾਇਤ ਫਜ਼ੂਲ ਤਰ੍ਹਾਂ ਦੀ ਗੱਲ ਕੀਤੀ ਨਹੀਂ ਪਏ ਕਿਉਂਕਿ ਕਾਰੀ ਕੋ ਉਤਲੇ ਸਿਰਫ ਲਿਖਿਆ ਹੋਵੇਗਾ ਕਾਰਤਨ ਦੀ ਚੀਜ਼ ਕੋ ਲੈਸ਼ੂ ਨਹੀਂ ਹੁੰਦਾ ਹੈ ਵੀ ਕਿੰਨਾ ਤੁਹਾਡਾ ਪੋਰਟਾਟ ਹੈ ਕਿੰਨਾ ਤੁਸੀਂ ਸਮਾਨ ਲੈ ਕੇ ਸੇ ਜਾ ਸਕਦੇ ਹੋ ਇਸ ਕਰਕੇ ਜਿਕਾਰੇ ਖੂਤਲੇ ਦੇਖਣਾ ਹੋਵੇ ਤੇ F2 ਨੂੰ ਦੇਖੋ ਮਾ ਸਮਾਸੀਮਾ ਆਕਾਰਿਕੋ ਅਮੇ ਸੀਵਿਲੇ ਇਨ ਕੇਜੀ ਕਿਲੋਗ੍ਰਾਮ ਲਿਖਿਆ ਹੋਣਾ ਠੀਕ ਹੈ ਇਸ ਕਰਕੇ AV ਗਲਤ ਕਿਨਵੇ ਫਾਲਸ ਹੋਇਆ